ਧੰਨ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰੂ ਬਾਣੀ ਕਹਿ ਸੇਵਕ ਜਨ ਮਨੈ, ਪ੍ਰਤੱਖ ਗੁਰੂ ਨਿਸਤਾਰੇ। ਕੋਈ ਕੋਏ ਮਾਝਰ ਬਾਣੀ ਇੱਕ ਤੂੰ, ਕਿਉਂ ਨਾ ਮਰੀ ਜੈ ਰੋਏ, ਜਾਂ ਲੱਗ ਚਿਤ ਨਾ ਆਵਹੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੂ ਕੋਈ। ਮਾਟੀ ਕਾ ਆਪਾਂ ਸਾਰਿਆਂ ਨੇ ਪਰਿਸ਼ਰ ਗੁਣਾ ਪਾਸੋਂ ਸਰਵ ਕੀਤਾ ਹੈ।
ਜੁਰਾਗ ਬਲਾਵਲ ਅੰਦਰ ਗੁਰੂ ਅਰਜਨ ਸਿੰਘ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 803 ਅਤੇ 4 ਉੱਪਰ ਸੁਭਾਵਾਨ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬੜੀ ਕੀਮਤੀ ਗੱਲ ਇਸ ਸ਼ਬਦ ਵਿੱਚ ਕੀਤੀ ਹੈ। ਬਿਮਾਰੀ ਦਾ ਪਤਾ ਲਾ ਲੈਣਾ, ਬਿਮਾਰੀ ਦਾ ਪਤਾ ਲੱਗ ਜਾਣਾ ਹੋਰ ਗੱਲ ਹੈ, ਕਿ ਉਸ ਰੋਗ ਦਾ ਇਲਾਜ ਕਰਨਾ, ਉਹਨੂੰ ਜੜ੍ਹ ਪੁੱਟ ਕੇ ਬਾਹਰ ਸੁਣਨਾ ਇਹ ਵੱਖਰੀ ਗੱਲ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪਾਠ ਸ਼ਬਦ ਦੁਆਰਾ ਬਹੁਤ ਕੀਮਤੀ ਨੁਕਤੇ ਵੱਲ ਸਾਡਾ ਧਿਆਨ ਦਵਾਇਆ ਹੈ। ਸੰਸਾਰ ਦੇ ਅੰਦਰ ਮਨੁੱਖ ਆਜ਼ਾਦ ਹੋਣਾ ਚਾਹੁੰਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਹਰ ਇੱਕ ਬੰਦਾ ਚਾਹੁੰਦਾ। ਤੁਸੀਂ ਕਦੀ ਬੱਚਿਆਂ ਨੂੰ ਧਿਆਨ ਨਾਲ ਵੇਖਣਾ, ਬੱਚੇ ਵੀ ਖੇਡਣ ਅਕਸਰ ਆਜ਼ਾਦੀ ਮੰਗਦੇ ਨੇ। ਪਰਿਵਾਰ ਦਾ ਹਰ ਮੈਂਬਰ ਚਾਹੁੰਦਾ ਮੈਂ ਆਜ਼ਾਦ ਹੋਵਾਂ, ਆਜ਼ਾਦੀ ਚਾਹੁੰਦਾ ਹੈ। ਪਰ ਵੇਖਣ ਵਾਲੀ ਗੱਲ ਹੈ, ਆਜ਼ਾਦ ਰਹਿਣ ਵਾਸਤੇ ਵੀ ਕੁੱਝ ਦਾਇਰੇ ਹੁੰਦੇ ਨੇ, ਕੁੱਝ ਕਾਇਦਾ ਕਾਨੂੰਨ ਹੁੰਦੇ ਨੇ, ਕੁੱਝ ਪਾਬੰਦੀਆਂ ਹੁੰਦੀਆਂ ਨੇ। ਜਿਹਨਾਂ ਦੇਸ਼ਾਂ 'ਚ ਤੁਸੀਂ ਰਹਿ ਰਹੇ ਹੋ, ਇੱਥੇ ਮੇਰੇ ਖਿਆਲ 'ਚ ਇਹ ਗੱਲ ਸਮਝਣੀ ਬਹੁਤ ਸੌਖੀ ਹੈ ਕਿ ਮਨੁੱਖ ਆਜ਼ਾਦ ਰਹਿੰਦੀਆਂ ਨਹੀਂ, ਕੁੱਝ ਪਾਬੰਦੀਆਂ ਦੇ ਵਿੱਚ ਤਾਂ ਰਹਿਣਾ ਪਵੇ। ਮਨੁੱਖ ਆਜ਼ਾਦ ਹੈ ਪਰ ਪਾਬੰਦੀ ਤੇ ਹੈ ਨਾ, ਇੱਕ ਦਾਇਰਾ ਤੇ ਹੈ। ਬੱਚਿਆਂ ਨੂੰ ਤੁਸੀਂ ਘਰ 'ਚ ਆਜ਼ਾਦੀ ਦਿਓ, ਪਰ ਘਰ ਵਿੱਚ ਰਹਿਣ ਵਾਸਤੇ ਉਹ ਮਾਂ ਬਾਪ ਨੇ ਇੱਕ ਦਾਇਰਾ ਬਣਾਇਆ ਹੁੰਦਾ ਵੀ ਆਹ ਦਾਇਰਾ ਹੈ, ਇਹਦੇ ਅੰਦਰ ਅੰਦਰ ਆਪਾਂ ਸਾਰਿਆਂ ਨੂੰ ਰਹਿਣਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਸ ਮੁਸਤੇ ਵੱਲ ਸਾਡਾ ਧਿਆਨ ਪਾਇਆ, ਆਓ ਇੱਕ ਵਾਰ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਲਿਖਾਓ ਦੇ ਬੰਦ ਵਿੱਚ ਜੋ ਗੁਰੂ ਅਰਜਨ ਸਾਹਿਬ ਨੇ ਫਰਮਾਇਆ, ਸਿਮਰ ਮਨਾ, ਕਿਉਂਕਿ ਸਾਰਾ ਗਿਆਨ ਮਨ ਨੂੰ ਸੰਬੋਧਨ ਹੈ। ਤਾਂ ਇਹ ਵਧੀਆ ਹੈ ਮਨ ਨੂੰ ਗੁਰਦੁਆਰੇ ਲਿਆਉਣ ਦਾ, ਪਰ ਸਾਰਾ ਗਿਆਨ ਮਨ ਉੱਪਰ ਕੇਂਦਰਿਤ ਗੁਰਦੇਵ ਜੀ ਨੇ ਕੀਤਾ ਹੈ। ਗੁਰਦੇਵ ਜੀ ਕਹਿੰਦੇ ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹਿ ਹਿਰਦੇ ਗੁਰ ਚਰਨ ਚੜ੍ਹ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸ਼ਬਦ ਰਹਾਓ ਵਾਲੇ ਦੁਆਰਾ ਦੁਹਰਾ ਲਈਏ ਤਾਂ ਕਿ ਸਾਡੀਆਂ ਮਨ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਗੁਰੂ ਸ਼ਬਦ ਵਿੱਚ ਜੁੜ ਸਕਣ, ਫਿਰ ਆਪਾਂ ਵਿਚਾਰ ਆਰੰਭ ਕਰਦੇ ਹਾਂ। ਸਾਰੇ ਲਿਆਦੀਆਂ ਗੁਰੂ ਜੀ ਬਹੁਤ ਪਿਆਰੀਆਂ ਅਤੇ ਸੌਖੀਆਂ ਗੁਰੂਆਂ ਨੇ ਸਤਿਗੁਰੂ ਜੀ ਦੀਆਂ, ਕਿਉਂਕਿ ਵਿਚਾਰ ਭਾਵੇਂ ਬਹੁਤ ਸੀ। ਭਾਈ ਸਾਹਿਬ ਉਹਨਾਂ ਸ਼ਬਦ ਪੜ੍ਹਿਆ, ਮਨ ਵਿੱਚ ਖਿਆਲ ਆਇਆ ਕਿ ਕਿੰਨੀ ਪਿਆਰੀ ਗੱਲ ਗੁਰੂ ਅਰਜਨ ਸਾਹਿਬ ਨੇ ਕਹੀ ਹੈ ਕਿ ਇੱਕ ਵਾਰ ਸਾਰੇ ਆਪਾਂ ਰਲ ਕੇ ਇਹਨਾਂ ਪੰਕਤੀਆਂ ਨੂੰ ਦੁਹਰਾ ਲਈ। ਸਿਮਰ ਮਨਾ ਰਾਮ ਨਾਮ ਚਿਤਾਰੇ, ਸਿਮਰ ਮਨਾ ਰਾਮ ਨਾਮ ਚਿਤਾਰੇ, ਸਾਰੇ ਪੰਜ ਸਾਸ਼ਾਂ ਦੀ ਬਾਣੀ ਪੜ੍ਹਨ ਦੀ ਸਾਨੂੰ ਸਾਰਿਆਂ ਨੂੰ ਆਦਤ ਹੋਣੀ ਚਾਹੀਦੀ ਹੈ। ਵੈਸੇ ਜਿੰਨੀ ਆਵਾਜ਼ ਅਸੀਂ ਜਦੋਂ ਪਰਿਵਾਰ ਵਿੱਚ ਗੱਲਾਂ ਕਰਦੇ ਹਾਂ ਉਨੀ ਆਵਾਜ਼ ਕੇ ਅਸੀਂ ਸਾਰੇ ਰਲ ਕੇ ਪੜ੍ਹੀਏ ਤੇ ਬਹੁਤ ਗੂੰਜਾਂ ਪੈ ਸਕਦੀਆਂ ਨੇ। ਨਾਲੇ ਤੁਸੀਂ ਭਾਵਾਂ ਵਾਲੇ ਹੋ, ਇਹ ਤੁਹਾਡੀ ਆਵਾਜ਼ ਦੇਸ਼ਾਂ ਵਿਦੇਸ਼ਾਂ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਇਸ ਰੇਡੀਓ ਮਾਧਿਅਮ ਦੇ ਰਾਹੀਂ, ਇੰਟਰਨੈਟ ਦੇ ਰਾਹੀਂ ਸੰਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਘਰਾਂ ਵਿੱਚ ਬੈਠੇ ਵੀ ਸਰਵਿਸ ਕਰ ਰਹੇ ਨੇ। ਪਤਾ ਲੱਗੇ ਵੀ ਇਹਨੇ ਸਰੋਤੇ ਗੁਰੂ ਸ਼ਬਦ ਨਾਲ ਜੁੜ ਕੇ ਗੁਰੂ ਦੀ ਗੋਦ ਵੀ ਜੁੜ ਕੇ ਬੈਠੇ ਨੇ। ਆਓ ਇੱਕ ਵਾਰ ਸਾਰੇ ਕਿਵਾਂ ਰਹੋ ਆਪਣਾ, ਵੈਸੇ ਗੁਰੂ ਦੀ ਗੋਦ ਮਾਂ ਵਰਗੀ ਹੁੰਦੀ ਹੈ। ਬੱਚਾ ਵਿਗੜਿਆ ਹੋਵੇ, ਜਿੰਨਾ ਮਰਜ਼ੀ ਥੱਕਿਆ ਟੁੱਟਿਆ ਹੋਵੇ, ਉਹਨੂੰ ਮਾਂ ਦੀ ਗੋਦ ਵਿੱਚ ਬਹਿੰਦਾ ਤਾਂ ਸਾਰਾ ਚਕਵਾ ਲੈ ਜਾਂਦਾ। ਵੈਸੇ ਸਤਿਗੁਰ ਨੇ ਸਾਨੂੰ ਜਵਾਨ ਸ਼ਾਮਾਂ ਨੂੰ ਕਰਦੇ ਆ ਕੇ ਕਰ ਸਕਦਾ ਵੀ ਸਵੇਰ ਦਾ ਥੱਕਿਆ ਟੁੱਟਿਆ ਹੋਵੇ, ਸ਼ਾਮਾਂ ਨੂੰ ਗੁਰੂ ਦੀ ਗੋਦ ਵਿੱਚ ਬਹਿ ਚੁੱਕਿਆਂ ਲੈ ਜਾਏ। ਰਾਤ ਤੂੰ ਤੇਰੀ ਲੰਘੇ ਤੇ ਸਵੇਰ ਫਿਰ ਉੱਠ ਕੇ ਗੁਰੂ ਦੀ ਗੋਦ ਵਿੱਚ ਬਹੁਤ ਸਿੱਖਾ, ਤੂੰ ਹਰ ਵਕਤ ਗੁਰੂ ਦੀ ਗੋਦ ਵਿੱਚ ਰਹਿੰਦੇ ਆ, ਇਹ ਮਹਿਸੂਸ ਕਰਨਾ ਜਿਵੇਂ ਬੱਚਾ ਮਾਂ ਦੀ ਗੋਦ ਵਿੱਚ ਬੈਠਾ ਹੋਵੇ, ਉਹਦਾ ਥਕੇਵਾ ਲੈ ਜਾਂਦਾ। ਪਰ ਕਿੰਨੇ ਭਾਗੇ ਨੇ ਬੱਚੇ ਜਿਹੜੇ ਗੁਰੂ ਮਾਂ ਦੀ ਗੋਦ ਛੱਡ ਕੇ ਪਤਾ ਨਹੀਂ ਹੋ ਰਹੀ ਵੀ ਕਿਹੜੀ ਗੋਦ ਵਿੱਚ ਬਹਿਣਾ ਪਸੰਦ ਕਰਦੇ ਨੇ। ਥਕੇਵਾ ਨਹੀਂ ਰਹੇਗਾ, ਅੱਗ ਜ਼ਰੂਰ ਜਾਵਾਂਗੇ, ਥੱਕ ਜ਼ਰੂਰ ਜਾਵਾਂਗੇ, ਸਾਰੀ ਜ਼ਿੰਦਗੀ ਦਾ ਬਹੁਤ ਸਮਾਂ ਬਰਬਾਦ ਹੋ ਜਾਏਗਾ ਜਿਹੜੇ ਗੁਰੂ ਮਾਂ ਦੀ ਗੋਦ ਛੱਡ ਕੇ ਪਤਾ ਨਹੀਂ ਥਾਂ ਥਾਂ ਕਿੱਥੇ ਧੱਕੇ ਖਾਂਦੇ ਪਏ। ਅਰਦਾਸ ਕਰੀਏ ਉਹਨਾਂ ਬੋਲੇ ਵੀ ਮਾਲਕ ਉਹਨਾਂ ਨੂੰ ਕਿਰਪਾ ਕਰੇ
ਉਹਨਾਂ ਨੂੰ ਆਪਣੀ ਗੁਰੂ ਮਾਂ ਦੀ ਗੋਦ ਨਸੀਬ ਹੋਵੇ ਤੇ ਕਿਹਾ ਜ਼ਿੰਦਗੀ ਦਾ ਉਹਨਾਂ ਦਾ ਲੈ ਸਕੇ। ਪੜ੍ਹੋ ਪੜ੍ਹੋ ਸਾਰੇ ਸਿਮਰ ਮਨਾ ਰਾਮ ਨਾਮ ਚਿਤਾਰੇ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਾਰ ਬਾਰ ਪਹਿਰੇ ਦੇ ਅਖੀਰ ਤੇ ਹੁੰਦਾ ਨਾ ਬੋਲੋ ਜੀ,
ਜੇ ਪਤਾ ਕਿ ਵਾਰ ਅਖੀਰ ਤੇ ਰਹਿ ਜਾਂਦਾ ਹੁੰਦਾ, ਪਤਾ ਕੀ ਹੋਣਾ ਸੀ? ਸਾਨੂੰ ਪਤਾ ਨਹੀਂ ਸੀ ਲੱਗਣਾ ਅਰਦਾਸ ਕਿਹੜੇ ਵੇਲੇ ਹੋ ਗਈ। ਉਹ ਇੱਕ ਪਹਿਰੇ ਤੋਂ ਬਾਅਦ ਬੋਲੋ ਜੀ ਵਹਿਣ ਨੂੰ, ਤਾਂ ਕਿ ਆ ਜਿਹੜਾ ਇਸ ਪਹਿਰੇ ਵਿੱਚ ਨਾਂ ਲਿਆ ਗਿਆ ਵੀ ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਇਸ ਚੀਜ਼ ਉੱਤੇ ਹੈ ਤੇਰੇ ਨਾਲ ਵੀ ਉਹਦਾ ਸੰਬੰਧ, ਤੂੰ ਸਮਝਦਾ ਹੈ ਕਿ ਇਹਦੇ ਨਾਲ ਤੇਰਾ ਕੋਈ ਸੰਬੰਧ ਹੈ? ਹਰ ਪਹਿਰੇ ਦੇ ਬਾਰੇ ਇੱਕ ਲੱਭ ਜਾਂਦਾ ਹੈ, ਬੋਲੋ ਜੀ ਵਾਹਿਗੁਰੂ। ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਪਟਾਏ, ਖੋਪਰੀਆਂ ਬਵਾਈਆਂ, ਚਰਖੀਆਂ ਤੇ ਚੜ੍ਹੇ, ਆਰੇ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਤੈਨੂੰ ਚੇਤਾ ਰਹੇ ਗੁਰਦੁਆਰਿਆਂ ਦੀ ਸੇਵਾ ਲਈ ਕਿਸੇ ਨੇ ਕੁਰਬਾਨੀ ਕੀਤੀ? ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਲੰਬੇ ਕਿਹਨੇ ਕੀਤੀ? ਧਰਮ ਨਹੀਂ। ਅੱਜ ਅਸੀਂ ਸਭ ਸਭ ਕੁਝ ਸਾਡੇ ਕੋਲ ਹੈ, ਕੀ ਆ ਕੇ ਲੋਕਾਂ ਦੀ ਭਲਾ ਕਿਉਂ ਮੇਰੀ ਉਹ ਭੈਣ ਕਿਉਂ ਗੁਰਸਿੱਖ ਵੀਰੋ ਕੀ ਆ ਕੇ ਉੱਥੇ ਭਲਾ ਪਾ ਧਰਮੀ ਆ ਕੇ ਉੱਥੇ ਬਾਬੂ ਸਾਹਿਬ ਕੁਝ ਕੋਲ ਰੋਟੀ ਸਾਡੇ ਦਾਦਿਆਂ ਪੜਦਾਦੇ ਨਾਲ ਵਧੀਆ ਖਾ ਰਹੇ, ਸੁੱਖ ਸਹੂਲਤਾਂ ਸਾਡੇ ਕੋਲ ਵਧੀਆ ਨੇ, ਠੰਡ ਲੱਗਦੀ ਹੈ ਉਹਦਾ ਪ੍ਰਬੰਧ ਵੱਖਰਾ ਹੈ, ਗਰਮੀ ਲੱਗਦੀ ਉਹਦਾ ਪ੍ਰਬੰਧ ਵੱਖਰਾ ਹੈ, ਦਾਦੇ ਪੜਦਾਦੇ ਚਾਹੇ ਖਾਦੇ ਪੈਦਲ ਤੁਰ ਤੁਰ ਕੇ ਸਾਨੂੰ ਸਭ ਤਰ੍ਹਾਂ ਤਰ੍ਹਾਂ ਦੇ ਰੱਬ ਨੇ ਦੇ ਪਰ ਹਾਰ ਕੇ ਵੀ ਮਿੱਠੇ ਭਲਾ ਧਰਮ ਆ ਕੇ ਮਿੱਠੇ ਧਰਮ ਜ਼ਿੰਦਗੀ ਵਿੱਚ ਅਲੋਪ ਹੋ ਗਿਆ। ਬਾਕੀ ਸਭ ਕੁਝ ਹੈ ਸਾਡੇ, ਕੀ ਨਹੀਂ ਹੈ? ਖਾਣ ਨੂੰ ਚੰਗਾ ਹੈ, ਪਹਿਨਣ ਨੂੰ ਚੰਗਾ ਹੈ, ਬੱਚੇ ਸਕੂਲਾਂ ਵਿੱਚ ਪੜ੍ਹਦੇ ਨੇ, ਸਭ ਹੋ ਜਾਏ, ਬਿਮਾਰੀ ਮਗਰੋਂ ਆਉਂਦੀ ਹੈ ਇਲਾਜ ਦਾ, ਪਹਿਲਾਂ ਸ਼ੁਰੂ ਹੋ ਜਾਂਦਾ, ਪਹਿਲਾਂ ਦੇ ਬਿਮਾਰੀਆਂ ਇੰਨੀਆਂ ਸਨ, ਇਲਾਜ ਨਹੀਂ ਸਨ, ਵਿਚਾਰੇ ਸਕੂਲੇ ਮਰ ਜਾਂਦੇ ਸਨ, ਪੈਸਾ ਨਹੀਂ ਸੀ, ਗਰੀਬੀ ਬੜੀ ਸੀ, ਹੁਣ ਸਭ ਕੁਝ ਆ ਗਿਆ। ਹਾਰ ਕੇ ਕਿਵੇਂ ਕਿਹਾ? ਕਮਾਲ ਦੀ ਗੱਲ ਹੈ, ਉਹਨਾਂ ਦੇ ਕੋਲ ਕੁਝ ਵੀ ਨਹੀਂ ਪਰ ਧਰਮ ਨਹੀਂ ਹਾਰਿਆ, ਸਾਡੇ ਕੋਲ ਸਭ ਕੁਝ ਹੈ, ਧਰਮ ਹਾਰ ਕੇ ਬੈਠੇ, ਧਰਮ ਨਿਕਲ ਗਿਆ ਜ਼ਿੰਦਗੀ ਵਿੱਚੋਂ। ਧਰਮ ਦਾ ਕੀ? ਆਪਣੇ ਫਰਜ਼ਾਂ ਦੀ ਪਹਿਚਾਣ ਕਰਨੀ, ਮੈਂ ਕਿਸ ਵਾਸਤੇ ਦੁਨੀਆਂ ਤੇ ਆਇਆ, ਜੇ ਪਤਨੀਆਂ ਦੇ ਪਤੀ ਦੇ ਕੀ ਫਰਜ਼ ਨੇ, ਪਤਨੀਆਂ ਦੇ ਪਤਨੀ ਦੇ ਕੀ ਫਰਜ਼ ਨੇ, ਬੱਚੇ ਦੇ ਬੱਚਿਆਂ ਦੇ ਕੀ ਫਰਜ਼ ਨੇ, ਸਕੂਲ ਟੀਚਰ ਹੈ ਉਹਦਾ ਕੀ ਫਰਜ਼ ਹੈ, ਪ੍ਰਿੰਸੀਪਲ ਹੈ ਉਹਦਾ ਕੀ ਫਰਜ਼ ਹੈ, ਜੱਜ ਹੈ, ਪੁਲਿਸ ਅਫਸਰ ਕੀ ਉਸਦਾ ਫਰਜ਼ ਹੈ, ਇੱਕ ਨੇਤਾ ਉਸਦਾ ਕੀ ਫਰਜ਼ ਹੈ, ਆਪਣੀ ਡਿਊਟੀ ਸਮਝ, ਆਪਣਾ ਫਰਜ਼ ਦੀ ਪਹਿਚਾਣ ਕਰਨੀ। ਅੱਜ ਸਭ ਕੁਝ ਹੋ ਰਿਹਾ, ਬੰਦਾ ਧਰਮ ਹਾਰ ਕੇ ਬਹਿ ਗਿਆ ਹੈ, ਤਾਂ ਇਸ ਗੱਲ ਦੇ ਵੀ ਗੁਰਦੇਵ ਨੇ ਆਖਿਆ ਸੀ ਤੇਰੀ ਜਨਮ ਜੂਏ ਜਨਮੀ ਜੂਏ ਚ ਹਾਰ ਕੇ ਬਹਿ ਗਏ, ਕੀ ਰਹਿ ਗਿਆ ਤੇਰੇ ਕੋਲ, ਖਾਲੀ ਲਾਸ਼ ਤੋਂ ਹੀ ਫਰਦੀ ਹੈ? ਗੁਰਦੇਵ ਜੀ ਕਹਿਣ ਲੱਗੇ ਲਾਸ਼ ਹੋਰ ਇਸ ਤੋਂ ਸਿਵਾਏ ਕੋਈ ਨਹੀਂ, ਲੱਭੇ ਕੋ ਕਿੰਨੇ ਕੀਮਤੀ ਕੋਲ ਉਹਨਾਂ ਨੇ ਅਰਦਾਸ ਨਾਉਣ ਲੱਗੇ ਅੰਦਰ ਕੀਤੇ ਨੇ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਦੋਂ ਅਸੀਂ ਹੁਣ ਇਹ ਵਾਰ ਵਾਰ ਅਰਦਾਸ ਵਿੱਚ ਅਖੀਰ ਦੇ ਵਹਿ ਨੂੰ ਆਉਂਦਾ ਕਿਵੇਂ, ਕਿਉਂਕਿ ਸਾਡੀ ਇੱਕ ਆਦਤ ਹੈ, ਜਿੱਥੇ ਕਈ ਵਾਰੀ ਧਿਆਨ ਖਿੜ ਜਾਏ ਤਾਂ ਖਿੜਿਆ ਰਹਿੰਦਾ, ਪਰ ਤੁਸੀਂ ਵੇਖਿਆ ਕਿ ਪਾਠ ਕਰਦੇ ਹਾਂ ਉਹ ਜਵਾਨੀ ਜਿਹਨਾਂ ਨੂੰ ਬਾਣੀ ਕੱਢ ਹੈ ਸ਼ੁਰੂ ਕੀਤਾ ਹੁੰਦਾ, ਜਪੁਜੀ ਸਾਹਿਬ ਤੇ ਕਈ ਵਾਰੀ ਪੜ੍ਹਦੇ ਪੜ੍ਹਦੇ ਸੋਦਾ ਮੁੰਡਾ ਵਾਲੀ ਗੱਲ ਪੰਜਵਾਂ ਵੀ ਆਪਣੇ ਆਪ ਮਨ ਰਜਾ ਕਰਦੇ ਨੇ, ਪਾਠ ਹੋ ਗਿਆ ਖੀਰ ਤੇ ਮੱਥੇ ਨੂੰ ਹੱਥ ਮਾਰਦਾ ਵੀ ਇਹ ਚੱਲੇਗਾ ਕੰਮ, ਮਨ ਨਾਲ ਸਮਝਦੇ ਸੀ ਡਿਊਟੀ ਸੀ ਬੋਝ ਸੀ ਮਨ ਦੇ ਦਾਦਾ ਪੜ੍ਹ ਦੇਣਾ ਭਾਈ ਦਾਦਾ ਕੰਮ ਇਹ ਕੰਮ ਨਿਬੇੜਨ ਵਾਲੀ ਗੱਲ ਹੈ ਵੀ ਕੰਮ ਨਿਬੇੜ ਲੈਣਾ ਬਸ ਆਪਾਂ, ਨਹੀਂ ਤੇ ਮਨ ਤੇ ਬੋਝ ਰਹਿਣਾ। ਹੁਣ ਜਦੋਂ ਪਹਿਰਾ ਲੈ ਗੱਲ ਕਰ ਰਹੇ ਸੀ ਆਪਾਂ ਚਿੰਤ ਦੀ ਅਰਦਾਸ ਪ੍ਰਥਮ ਹੈ, ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਲੱਭ ਚੁੱਕੇ ਜੀ ਕੇ ਬੋਲਾ ਚੇਤੇ ਆ ਗਏ, ਨਾਮ ਨਹੀਂ ਚੇਤੇ ਆ ਗਏ, ਲੱਭ ਜਾਓ ਨਾਮ ਚੇਤਾ ਲੈ ਨਹੀਂ, ਜੋ ਅਕਾਲ ਤਖਤ ਉਹਨਾਂ ਪ੍ਰਵਾਨ ਸਿੰਘ ਰਹਿ ਗਏ ਲੈ ਕੇ ਪੜ੍ਹ, ਵੱਖਰੀ ਗੱਲ ਹੈ ਕਿ ਸਾਡੇ ਆਪਣੇ ਆਪਣੇ ਬਾਬਿਆਂ ਨੇ ਪਤਾ ਨਹੀਂ ਕੀ ਕਿਵੇਂ ਜੋੜ ਦਿੱਤਾ ਹੈ, ਵੱਖਰੀ ਗੱਲ ਹੈ, ਪਰ ਉੱਥੇ ਲੱਭ ਗਿਆ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ,
ਸਰਬੱਤ ਖਾਲਸਾ ਜੀ ਤੋਂ ਵਾਹਿਗੁਰੂ 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 ਚਿੱਤ ਆਵੇ, ਚਿੱਤ ਵਿੱਚ ਆਵੇ। ਇਹ ਨਹੀਂ ਆ ਗਿਆ ਮਨ ਵਿੱਚ ਸਾਰੇ, ਇਹ ਉਹਨਾਂ ਦੀ ਬੇਨਤੀ ਕੀਤੀ ਗੁਰੂ ਪਾਤਸ਼ਾਹ ਨੇ ਜਿਹੜੇ ਜ਼ੁਬਾਨੀ ਕਲਾਮੀ ਪੜ੍ਹੀ ਜਾ ਰਹੇ ਨੇ ਜ਼ੁਬਾਨ ਕਰਕੇ ਮਾਫ਼ ਕਰਨਾ। ਇੱਕ ਗੱਲ ਕਹਿੰਦੇ ਆ, ਪਰਿਵਾਰ ਵਿੱਚ ਵੀ ਜੇ ਪਤੀ ਪਤਨੀ ਨੂੰ ਜ਼ੁਬਾਨੀ ਕਲਾਮੀ ਕਹਿੰਦਾ ਹੋਵੇ ਨਾ ਕਿ ਮੈਂ ਤੇਰਾ ਬੜਾ ਪਿਆਰ ਕਰਦਾ, ਪਰ ਅੰਦਰੂਨੀ ਤੌਰ ਤੇ ਕਿਤੇ ਹੋਰ ਹੋਵੇ, ਜਲਦੀ ਦੇਰ ਨਿਭਾਈ ਨਹੀਂ ਹੁੰਦੀ। ਜੇ ਔਰਤ ਵੀ ਪਤੀ ਨੂੰ ਨਹੀਂ ਕਰੇ ਜ਼ੁਬਾਨੀ ਕਲਾਮੀ ਕਿ ਤੂੰ ਮੇਰਾ ਜੀਵਨ ਸਾਥੀ ਹੈ, ਪਰ ਮਨ ਕਿਤੇ ਹੋਰ ਹੋਵੇ, ਜਲਦੀ ਦੇਰ ਨਿਭਦੀ ਨਹੀਂ, ਅਖੀਰ ਤਲਾਕ ਹੋ ਜਾਂਦੇ ਆ। ਸਵਪਨ ਇਹ ਨਹੀਂ ਹੁੰਦੇ, ਜੋ ਮਨ ਕਰਕੇ ਵਫ਼ਾਦਾਰ ਹੈ, ਤਨ ਕਰਕੇ ਵਫ਼ਾਦਾਰ ਹੈ। ਮੈਂ ਇਹ ਵੀ ਮਹਿਸੂਸ ਕਰਦਾ ਜੀ, ਬੋਲਦਿਆਂ ਮੈਂ ਇੱਕ ਲਫ਼ਜ਼ ਬੋਲਿਆ ਸੀ, ਵਿਸ਼ਵਾ ਕਿਹਨੂੰ ਕਿਹਾ ਜਾਂਦਾ ਵਾ, ਜਿਹੜੇ ਆਪਣੇ ਤਾਨਾ ਪੀਆਂ ਦੇ ਘਰ ਬਰਬਾਦ ਕਰਦੇ ਆ। ਸਰੀਰ ਤੌਰ ਤੇ ਵਿਸ਼ਵਾ ਸਮਾਜ ਨੂੰ ਪ੍ਰਵਾਹ ਨਹੀਂ ਕਰਦਾ, ਪਰ ਆਤਮਕ ਤੌਰ ਤੇ ਮਨ ਕਰਕੇ ਪਤਾ ਨਹੀਂ ਕਿੰਨੀਆਂ ਵਿਸ਼ਵਾ ਸਮਾਜ ਵਿੱਚ ਦੁਨੀਆਂ ਵਰਤੀਆਂ ਹੁੰਦੀਆਂ। ਜਿਨ੍ਹਾਂ ਨੇ ਆਪਣੇ ਮਨ ਚ ਕੇਵਲ ਗੁਰੂ ਨੂੰ ਥਾਂ ਦੇਣਾ ਸੀ, ਪਤਾ ਨਹੀਂ ਕਿੰਨੀਆਂ ਨੂੰ ਥਾਂ ਦੇ ਕੇ ਬੈਠੇ ਆ, ਹਰ ਇੱਕ ਦੇ ਨਾਲ ਹੀ ਸਬੰਧ ਬਣਾ ਲਿਆ, ਹਰ ਇੱਕ ਦੇ ਨਾਲ ਹੀ ਸਬੰਧ ਬਣਾ ਕੇ ਬੈਠੇ ਹੋਏ ਹਨ। ਵੀ ਫਕਰ ਵੀ ਮੇਰਾ ਹੈ, ਫਲਾਣਾ ਬਾਬਾ ਵੀ ਮੇਰਾ ਹੈ, ਫਲਾਣਾ ਪੀਰ ਵੀ ਮੇਰਾ ਹੈ, ਫਲਾਣਾ ਵੀ ਮੇਰਾ ਹੈ, ਹੱਦ ਹੋ ਗਈ, ਇੱਕ ਤੇ ਹੋ ਜਾਈਏ। ਹੁਣ ਸਤਿਗੁਰ ਨੇ ਕਿੰਨੀ ਕੀਮਤੀ ਗੱਲ ਕਹੀ, ਜਵਾਨੀ ਕਲਾਮੀ ਤਾਂ ਸਾਰੇ ਕਹੀ ਜਾਂਦੇ ਨੇ, ਰਾਮ ਰਾਮ ਕਰਤਾ ਸਭ ਜਗ ਫਿਰੈ। ਅਗਲਾ ਵਚਨ ਕੀ ਹੈ, ਰਾਮ ਨਾ ਪਾਇਆ ਜਾਏ। ਅਗਲੇ ਨਾਲ ਹੀ ਗੱਲ ਕਰਦੀ ਵੀ ਏਦਾਂ ਰਾਮ ਨਹੀਂ ਪਾਇਆ ਜਾਂਦਾ, ਏਦਾਂ ਰਾਮ ਨਹੀਂ ਪਾਇਆ ਜਾਂਦਾ, ਕੇਵਲ ਜਵਾਨੀ ਕਲਾਮੀ ਕਿਹਾ। ਹੁਣ ਇੱਥੇ ਗੁਰੂ ਅਰਜਨ ਸਾਹਿਬ ਨੇ ਕਿਹਾ, ਸਿਮਰ ਮਨਾ ਰਾਮ ਨਾਮ ਚਿਤਾਰੇ, ਚਿਤਾਰੇ ਦਾ ਅਰਥ ਹੈ ਚਿੱਤ ਲਾ ਕੇ, ਚਿੱਤ ਲਾ ਕੇ ਪਰਮਾਤਮਾ ਦੇ ਗੁਣਾਂ ਨੂੰ ਸਮਝ, ਜੋ ਉਹਦੇ ਗੁਣ ਨੇ ਉਹਨਾਂ ਗੁਣਾਂ ਨੂੰ ਜ਼ਿੰਦਗੀ ਵਿੱਚ ਵਸਾ ਅਗਲੀ ਧੁੱਪ ਬੜੀ ਪਿਆਰੀ। ਬਸ ਰਹਿ ਹਿਰਦੈ, ਬਸ ਰਹਿ ਹਿਰਦੈ ਗੁਰ ਚਰਨ ਪਿਆਰੇ, ਗੁਰੂ ਦੇ ਪਿਆਰੇ ਗੁਰੂ, ਇਹਨੂੰ ਆਪਾਂ ਕਿੰਝ ਕਰਦੇ, ਪਿਆਰੇ ਗੁਰੂ ਦੇ ਚਰਨ ਜਿਸ ਹਿਰਦੇ ਵਿੱਚ ਵਸਦੇ ਨੇ, ਉਹ ਹੀ ਪਰਮਾਤਮਾ ਨਾਲ ਅਕਾਲ ਪੁਰਖ ਨਾਲ ਸਾਂਝ ਪਾਉਂਦਾ ਹੈ। ਪਿਆਰੇ ਗੁਰੂ ਦੇ ਚਰਨ ਸਵਾਲ ਪੈਦਾ ਹੋ ਗਿਆ, ਜਿਹਦੇ ਵਿਚਾਰੇ ਨੇ ਕਦੀ ਬਾਣੀ ਨਹੀਂ ਪੜ੍ਹੀ, ਜਿਹਦੇ ਕਦੀ ਬਾਣੀ ਨੂੰ ਖੋਜਿਆ ਨਹੀਂ, ਜਿਹੜਾ ਕਦੀ ਖੋਜੀ ਬਿਰਤੀ ਲੈ ਕੇ ਗੁਰੂ ਕੋਲ ਆਇਆ ਹੀ ਨਹੀਂ ਵੀ ਕੁਝ ਲੱਭਣਾ ਹੈ। ਦੇਖੋ ਤਰ੍ਹਾਂ ਤਰ੍ਹਾਂ ਦੇ ਬੰਦੇ ਨੇ, ਇੱਕ ਬੰਦੇ ਨੂੰ ਸਮੁੰਦਰ ਭੇਜੋ ਵੀ ਇਹਦੇ ਵਿੱਚ ਬੜਾ ਕੁਝ ਹੈ, ਹੁਣ ਸਮੁੰਦਰ ਦੀ ਛਲ ਆਏਗੀ ਬਾਅਦ ਉਹ ਲੱਭਦਾ ਨਹੀਂ ਫਿਰੇਗਾ, ਘੋਗੇ ਸਿੱਪੀਆਂ ਲੱਭਦਾ ਫਿਰੇਗਾ, ਉਹ ਲੱਭ ਭੋਗਦਾ ਝੋਲਾ ਭਰ ਕੇ ਘਰ ਨੂੰ ਆ ਜਾਏ, ਉਹ ਕਹੇਗਾ ਲੱਭ ਆਇਆ ਮੈਨੂੰ ਕਿਹੋ ਜਿਹੇ ਬੜੇ। ਖੋਜੀ ਬੰਦਾ ਸਮੁੰਦਰ ਦੀ ਤਹਿ ਤੱਕ ਜਾਏਗਾ, ਇਹਦੇ ਵਿੱਚੋਂ ਬੜਾ ਕੁਝ ਕੀਮਤੀ ਰਤਨ ਪਦਾਰਥ ਪਤਾ ਨਹੀਂ ਕਿੰਨੇ ਕੁਝ ਮਿਲ ਜਾਣਗੇ, ਗਰੀਬੀ ਦੂਰ ਕਰ ਸਕਦੇ, ਇਹਦਾ ਗੁਰੂ ਸਮੁੰਦਰ ਹੈ। ਗੁਰੂ ਸਮੁੰਦਰ ਵਿੱਚੋਂ ਲੱਭਣ ਤੁਰਾਂਗੇ ਤੇ ਪਤਾ ਨਹੀਂ ਕੀ ਕੁਝ ਲੱਭ ਜਾਏ, ਜਿਹੜੇ ਲੱਭਣ ਤੁਰੇ ਉਹਨਾਂ ਦੇ ਨਾਂ ਅਰਦਾਸ ਵੀ ਸ਼ਾਮਿਲ ਨੇ, ਜਿਹੜੇ ਲੱਭਣ ਤੁਰੇ ਉਹਨਾਂ ਨੂੰ ਅੱਜ ਕੌਮ ਯਾਦ ਕਰ, ਜਿਹੜੇ ਲੱਭਣ ਤੁਰੇ ਪਰਿਵਾਰ ਨੇ ਸਮਾਜ ਦੁਨੀਆਂ ਉਹਨਾਂ ਨੂੰ ਯਾਦ ਕਰਦੀ ਹੈ, ਜਿਹੜੇ ਲੱਭਣ ਅੱਜ ਵੀ ਤੁਸੀਂ ਵੇਖ ਲਓ ਸਾਰੇ ਲੱਭਣ ਨਹੀਂ ਹੁੰਦੇ, ਮਾਫ਼ ਕਰਨਾ ਬਹੁਤੇ ਕੁਝ ਜੋ ਪਹਿਲਾਂ ਮਿਲਿਆ ਉਹਦੇ ਬਾਰੇ ਦੱਸਣ ਆਉਂਦੇ ਨੇ, ਜੋ ਨਹੀਂ ਮਿਲਿਆ ਉਹਦੇ ਬਾਰੇ ਦੱਸਣ ਆਉਂਦੇ ਨੇ, ਜੋ ਨਹੀਂ ਉਹਦੇ ਬਾਰੇ ਹੋਰ ਵਾਹ ਮੰਗਣ ਆਉਂਦੇ ਨੇ, ਮਾਲਕ ਆ ਦੇ ਮੈਨੂੰ ਆ ਦੇ। ਪਰ ਕਦੀ ਗੁਰੂ ਕੋਲ ਇਸ ਭਾਵਨਾ ਨਾਲ ਆਈਏ, ਦਾਦਾ ਤੇਰੇ ਕੋਲ ਕੁਝ ਪਦਾਰਥ ਲੈਣ ਆਏ ਆ, ਜਿਹੜੇ ਨੇ ਜ਼ਿੰਦਗੀ ਜੋ ਮਿਲਿਆ ਇਹਨੂੰ ਸਵਾਦ ਨਹੀਂ ਲਿਆ, ਬਹੁਤ ਹੈ ਤੁਸੀਂ ਦਿੱਤਾ ਇਮਾਨਦਾਰੀ ਨਾਲ, ਅਸੀਂ ਬੇਈਮਾਨੀ ਨਾਲ ਵਿਗਾੜ ਗਿਆ। ਕਦੀ ਇੰਨੀ ਇਮਾਨਦਾਰੀ ਨਾਲ ਸੇਵਾ ਗੁਰੂ ਨੂੰ ਕਰੇਗਾ, ਇਮਾਨਦਾਰੀ ਨਾਲ ਸਰੀਰ ਦਿੱਤਾ ਬੇਈਮਾਨੀ ਨਾਲ ਵਿਗਾੜ ਗਿਆ, ਮੈਂ ਆਪ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਦਿੱਤਾ। ਸਤਿਗੁਰੂ ਜੀ ਕਹਿੰਦੇ ਬਸ ਰਹਿ ਹਿਰਦੈ ਗੁਰ ਚਰਨ ਪਿਆਰੇ, ਪਿਆਰੇ ਗੁਰੂ ਦੇ ਚਰਨ। ਹੁਣ ਜਿਹਨੇ ਬਾਣੀ ਨਹੀਂ ਪੜ੍ਹੀ ਉਹਦੇ ਵਿਚਾਰ ਪੜ੍ਹਦੀ ਜਾਏਗਾ, ਉਹਦੇ ਚਰਨ ਲੱਭਣ ਤੁਰੇ ਤਾਂ ਹੀ ਤੁਸੀਂ ਦੇਖਿਆ,
ਸਿੱਖ ਰਹਿਤਮੁਰੇ ਦਾ ਇੱਕ ਬਹੁਤ ਪਿਆਰੀ ਤਜਰਬੀ ਹੈ। ਗੁਰਦੁਆਰੇ ਆ ਕੇ ਪੀਰੇ ਦੀਆਂ ਮੁੱਠੀਆਂ ਭਰਨੀਆਂ ਮਨ ਮਤ ਨੇ ਕਿਉਂ ਲਿਖਦਾ ਭੁਲਾ ਉਹਨਾਂ ਨੂੰ ਇਹਦਾ ਅਰਥ ਕਈ ਵਿਚਾਰੇ ਆਉਂਦੇ ਨੇ ਘਰੋਂ ਉਹ ਮਹਾਰਾਜ ਦਾ ਪ੍ਰਕਰਮਾ ਕਰਦੇ ਕਰਦੇ ਜਿਸ ਪੀੜੇ ਤੋਂ ਮਹਾਰਾਜ ਦਾ ਪ੍ਰਕਾਸ਼ ਕਹਿਣਾ ਮੁੱਠੀਆਂ ਭਰਦੇ ਨੇ। ਕਈਆਂ ਗੁਰਦੁਆਰੇ ਇਤਿਹਾਸਿਕ ਗੁਰਦੁਆਰੇ ਤਾਂ ਗਹਿਰਾ ਸਿਰਾਂ ਦਾ ਰੱਖਿਆ ਹੁੰਦਾ ਵੀ ਚਲੋ ਭਾਈ ਇਹ ਕੰਮ ਕਰਨਾ ਘਰ ਜਾ ਕਰੋ ਜੇ ਸੱਸ ਬਿਮਾਰ ਹੈ ਸਹੁਰਾ ਬਿਮਾਰ ਹੈ ਦੱਸ ਲੋ ਜੀ ਲੱਤਾਂ ਬਾਹੋ ਬਜ਼ੁਰਗ ਦੀਆਂ ਲੱਤਾਂ ਬਾਹ ਦਿਓ ਜੇ ਘਰ 'ਚ ਕੋਈ ਪਰਿਵਾਰਕ ਮੈਂਬਰ ਹੈ ਜਿਹਨੂੰ ਵਾਕਿਆ ਜ਼ਰੂਰਤ ਹੈ ਮੁੱਠੀ ਜਾ ਕੇ ਵੀ ਕਰ ਦੇ ਪਰ ਉਹਨਾਂ ਅੰਦਰ ਵੀ ਜਿਸ ਪੀੜੇ ਦੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਤੂੰ ਮੁੱਠੀਆਂ ਭਰਾਂਗੇ ਸ਼ਾਇਦ ਮਹਾਰਾਜ ਦਾ ਥਕੇਵਾ ਦੂਰ ਹੋ ਜਾਏ। ਹੁਣ ਕੀ ਕਰੋਗੇ ਐਸੇ ਬੰਦੇ ਦਾ ਜੀ ਹੁਣ ਐਸੇ ਬੰਦੇ ਨੂੰ ਤਾਂ ਕਿਸੇ ਹੋਸਪਿਟਲ ਖੜ੍ਹਨ ਦੀ ਲੋੜ ਹੈ ਤੂੰ ਗੁਰੂ ਕੋਲ ਕਦੀ ਮਾਨਦਾਰੀ ਨਾਲ ਆਇਆ ਹੀ ਤੂੰ ਕਿੱਥੇ ਪਾਣੀ ਟਿੱਕੀ ਜਾਂਦਾ ਭਰਿਆ ਐਸੇ ਬੰਦੇ ਨੂੰ ਵੇਖ ਕੇ ਸਭ ਤੋਂ ਲੱਗਿਆ ਸਿਰਫ ਭਰਮੇ ਪੂਰਾ ਐਸੇ ਬੰਦੇ ਨੂੰ ਵੇਖ ਕੇ ਕਿਹਾ ਤਾਂ ਭਰਮ ਵਿੱਚ ਭੁੱਲਿਆ ਹੋਇਆ ਤੈਨੂੰ ਪਤਾ ਨਹੀਂ ਲੱਗਾ ਗੁਰੂ ਦੇ ਚਰਨ ਕਿਹੜੇ ਤੂੰ ਕਿੱਥੇ ਪਾਣੀ ਚੋਂ ਨਹਿਰੀ ਲਾ ਕੇ ਬੈਠਾ ਭਰਮੇ ਭੁੱਲਾ ਸਾਕਤ ਸਿਰਤਾ ਨੀਰ ਵਿਰੋਧ ਹੈ ਖਪ ਖਪ ਮਰ ਹੁਣ ਪਾਣੀ ਚੋਂ ਨਹਿਰੀ ਪਾਇਆ ਅੱਜ ਤੱਕ ਕਿਸੇ ਨੂੰ ਪ੍ਰਾਪਤ ਹੋਇਆ ਕੁਛ ਜਿੰਨਾ ਮਰਜ਼ੀ ਰੜਕੀ ਜਾਵੇ ਜਿੰਨਾ ਮਰਜ਼ੀ ਰੜਕੀ ਜਾਵੇ ਹੁਣ ਐਸੇ ਬੰਦੇ ਆਉਂਦੇ ਵਿਚਾਰੇ 10 ਮਿੰਟ ਸੇਵਾ ਚ ਲਾ ਕੇ ਆਪਣਾ ਚਲੇ ਜਾਂਦੇ ਨੇ ਸ਼ਾਇਦ ਜਿੱਦਾਂ ਪ੍ਰਾਪਤ ਹੋ ਜਾਏ ਮੈਨੂੰ ਸ਼ਾਇਦ ਜਿੱਦਾਂ ਗੱਲ ਬਣ ਜਾਏ ਹੁਣ ਗੁਰੂ ਦੇ ਚਰਨ ਕਿਹੜੇ ਨੇ ਸਵਾਲ ਪੈਦਾ ਹੋ ਗਿਆ ਇਹ ਵੀ ਜਵਾਬ ਸਭ ਤੋਂ ਬਾਣੀ ਚੁਣਦਾ ਹਿਰਦੇ ਚਰਨ ਕਿੰਨੀਆਂ ਪਿਆਰੀਆਂ ਹਿਰਦੇ ਚਰਨ ਸ਼ਬਦ ਸਤ ਵਰਗੋ ਹੁਣ ਇਹ ਤੋਂ ਵੱਡਾ ਕੋਈ ਹੈ ਜਵਾਬ ਜਿਹੜਾ ਸਤਗੁਰੂ ਦੀ ਦੇ ਸਕਣ ਵੀ ਹਿਰਦੇ ਵਿੱਚ ਚਰਨ ਗੁਰੂ ਦਾ ਸ਼ਬਦ ਹੁਣ ਜੇ ਆਪਾਂ ਸਰੀਰ ਦੇ ਚਰਨਾਂ ਦੀ ਗੱਲ ਕਰਾਂਗੇ ਸਰੀਰ ਦੇ ਚਰਨ ਤਾਂ ਅਸੀਂ ਨਾਸ਼ਵੰਤ ਨੇ ਤੇ ਖਤਮ ਹੋ ਰਹੇ ਨੇ ਪਰ ਇਹਨਾਂ ਸ਼ਬਦਾਂ ਦੀ ਆੜ ਦੇ ਵਿੱਚ ਬਹੁਤ ਐਸ਼ ਜੀ ਕੁਝ ਵਿਅਕਤੀਆਂ ਨੇ ਸਮਾਜ ਵਿੱਚ ਪੈਰ ਪਾ ਪਾ ਕੇ ਕੁਝ ਲੋਕਾਂ ਨੇ ਬੜਾ ਸੌਖਾ ਕੰਮ ਲੱਗਦਾ ਪੈਰ ਧੋ ਕੇ ਪੀਣੇ ਵੀ ਸੌਖਾ ਕੰਮ ਲੱਗਦਾ ਪੈਰ ਧੋਣੇ ਵੀ ਸੌਖਾ ਕੰਮ ਲੱਗਦਾ ਇਹਦੇ ਵਿੱਚ ਬਦਲਣਾ ਪੈਣਾ ਸਤਗੁਰੂ ਦੀ ਬਾਣੀ ਪੜਿਆ ਤੇ ਵਿਚਾਰਿਆ ਤੇ ਕੁਝ ਬਦਲਣਾ ਪੈਣਾ ਪੈਰ ਧੋਣੇ ਤੇ ਪੈਰ ਧੋਆ ਕੇ ਪੀਣੇ ਬੜਾ ਸੌਖਾ ਕੰਮ ਲੱਗਦਾ ਨਾ ਕੁਛ ਛੱਡਣਾ ਪੈਣਾ ਨਾ ਕੁਛ ਲਾਉਣਾ ਪੈਣਾ ਬਾਬਾ ਜੀ ਬੈਠੇ ਨੇ ਗਦੇਲਾ ਲਾ ਕੇ ਥੱਲੇ ਬਾਟਾ ਭਰਿਆ ਹੋਇਆ ਤੇ ਮਨ ਵਾਲਾ ਕੇ ਘੁੱਟੇ ਜਾ ਰਹੇ ਨੇ ਕਬਲ ਉੱਭਰੀ ਜਾਂਦੀ ਲਾਹੌਰ ਬਾਣੀ ਵਿਚਾਰ ਸਾਧ ਦੇ ਦੋ ਤੋਂ ਪੀਓ ਹੁਕਮ ਹੱਥ ਹੋ ਗਈ ਜੇ ਘਰ ਵਿੱਚ ਪਿਤਾ ਖੇਤਾਂ 'ਚ ਕੰਮ ਕਰਦਾ ਬਾਪੂ ਖੇਤਾਂ 'ਚ ਪੰਜਾਬ 'ਚ ਕਈ ਵਾਰੀ ਦੇਖਦਾ ਬਾਪੂ ਸੋਹਰੇ ਜਿਹੜੇ ਵਿਚਾਰਾ ਮੱਝਾਂ ਮਗਰ ਥੱਕ ਜਾਂਦਾ ਪਿੰਨੀਆਂ ਆਉਂਦੀਆਂ ਥੱਕ ਜਾਂਦੀਆਂ ਵਿਚਾਰਾ ਸ਼ਾਮ ਨੂੰ ਥੱਕਿਆ ਜਦੋਂ ਮੱਝਾਂ ਬੜੇ ਗੁਰਦਾਂ ਨੂੰ ਦਿੰਦਾ ਪਿੱਠਿਆ ਤੇ ਭੱਜ ਕੇ ਨੇੜੇ ਨੇੜੇ ਬੰਨਦੇ ਨੇ ਮੱਝਾਂ ਬਾਪੂ ਵਿਚਾਰਾ ਮੱਝਾਂ ਆਉਂਦਾ ਸ਼ਾਮ ਨੂੰ ਬਹਿ ਲੱਗੇ ਹਾਂ ਉਸ ਬਜ਼ੁਰਗ ਬਾਪੂ ਨੂੰ ਕਿਰਤੀ ਬਾਪੂ ਨੂੰ ਜ਼ਰੂਰਤ ਹੈ ਉਸੇ ਪਾਣੀ ਦੀ ਨੋ ਕਰੇ ਬਾਪੂ ਜੀ ਪਿਤਾ ਜੀ ਧੰਨਵਾਦ ਤੁਹਾਡਾ ਤੁਸੀਂ ਕਿੰਨੀ ਮਿਹਨਤ ਕਰਦੇ ਹੋ ਪੁੱਤ ਪੋਤਰੇ ਤੁਹਾਡਿਆਂ ਨੇ ਦੁੱਧ ਪੀਣਾ ਜਾਣ ਕੇ ਮੇਰੇ ਬੱਚਿਆਂ ਨੇ ਦੁੱਧ ਪੀਣਾ ਮੇਰਾ ਉਹਦੇ ਵੀ ਪ੍ਰੋਗਰੈਸ ਗਿਆ ਉਹ ਕਮਾਈ ਕਰਕੇ ਲੈ ਆਉਂਦਾ ਪੀ ਦਿੰਦਾ ਪਰ ਤੁਸੀਂ ਤੁਹਾਡੀ ਮਿਹਨਤ ਨਾਲ ਘਰ ਵਿੱਚ ਇੰਨਾ ਦੁੱਧ ਹੈ ਆਓ ਜਾਓ 10 ਮਿੰਟ ਆਪਣੇ ਪੁੱਤ ਨੂੰ ਆਵਾਜ਼ ਮਾਰੇ ਜਾ ਬੇਟਾ ਪਾਣੀ ਗਰਮ ਕਰ ਜਾਂ ਦਾਦਾ ਜੀ ਆਪਣੀ ਲੱਤਾਂ ਧੋ ਕਿਸੇ ਨੇ ਪੁੱਛਿਆ ਨਾ ਕਿ ਹਾਂ ਬਾਪੂ ਚੜਿਆ ਆਪਣੇ ਨਲਕਾ ਗੜਿਆ ਆਪਣੇ ਸਾਗ ਫੂਕ ਕੀਤਾ ਆਪਣੇ ਆਪਣੇ ਲੱਤਾਂ ਲੁੱਤਾਂ ਜਿੰਨੀਆਂ ਗਈਆਂ ਸੀ ਥੱਕਿਆ ਹੋ ਜਾਣਾ ਕੀ ਕਰ ਹੁਣ ਐਸਾ ਬਜ਼ੁਰਗ ਬਾਪੂ ਜਦੋਂ ਫਿਰ ਬੰਦੇ ਦੀਆਂ ਲੱਤਾਂ ਧੋਣੀਆਂ ਨੇ ਲੱਗ ਉਹ ਕਹਿੰਦਾ ਮੈਂ ਜਾ ਪਾਲਿਆ ਮੈਂ ਕਰਕੇ ਸੱਚੀ ਗੱਲ ਜੀ ਮੈਂ ਕਈ ਵੀ ਮਹਿਸੂਸ ਕਰਦਾ ਉਹ ਬਾਪੂ ਸੋਚਦਾ ਮੈਂ ਆ ਇੰਨਾ ਵਾਣਾ ਇੰਨਾ ਲਾਣਾ ਜਮ ਕੇ ਮੈਂ ਖੱਟੇ ਆ ਵਿਹੜ ਸਾਥ ਨਾ ਇਹਨੇ ਪੈਦਾ ਕੀਤਾ ਨਾ ਇਹਨੇ ਖੱਟਿਆ ਵੇਖ ਲਓ ਵਿਹਲਾ ਨੂੰ ਲੱਤਾਂ ਹੋਇਆ ਜਾਂਦਾ
ਉਹ ਸੋਚਦਾ ਹੈ ਨਾ ਕਿ ਮੇਰੇ ਚਾਰ ਨਿਆਣੇ ਇੱਕ ਹੀ ਮੇਰੇ ਕੋਲ ਆਉਣ ਕਿਹਾ ਨੀ, ਸਾਰੇ ਜਣੇ ਮਜ਼ਾ ਮਤਲਬ ਤੁਰ ਤੁਰ ਕੇ ਮੇਰੀਆਂ ਅੱਡੀਆਂ ਪਾੜ ਗਈਆਂ, ਪੈਰਾਂ 'ਚ ਮੇਰੇ ਖੂਨ ਵੱਗਦਾ ਪਿਆ, ਕੋਈ ਮੇਰੇ ਕੋਲ ਨਹੀਂ ਆਉਂਦਾ, ਇੱਥੇ ਬੰਦਾ ਰਹਿੰਦਾ ਮਿਲਦਾ ਹੈ, ਪੈਰ ਪਾਉਣ ਵਾਲੇ ਦੀ ਬਾਜੀ, ਇਹ ਕਹਿੰਦਾ ਮੇਰੇ ਕਿਤੇ ਬਾਬੇ ਦੇ ਗਿੱਟੇ ਨੂੰ ਹੱਥ ਲਾ ਜਾ, ਵੀ ਜੇ ਬਾਬਾ ਜਹਾਜ਼ ਹੁੰਦਾ ਵੀ ਪਤਾ ਨਹੀਂ ਬਾਹਰ ਲੈ ਜਾਂਦੇ ਨੇ, ਹੱਦੋ ਗਈ ਹੈ ਕਿਸੇ ਨੂੰ ਕੋਈ ਸ਼ਰਮ ਜਾਂ ਸਭ ਵੇਚ ਕੇ ਖਾ ਗਏ ਨੇ ਲੋਕ, ਜਿਹੜਾ ਉਹਦਾ ਕਿਰਤੀ ਮਿਹਨਤ ਕਰਦਾ ਉਹਦੇ ਕੋਲ ਜਾਣ ਨੂੰ ਤਿਆਰ ਨਹੀਂ। ਗੁਰੂ ਨਾਨਕ, ਗੁਰੂ ਨਾਨਕ ਸਾਹਿਬ ਦਾ ਘਰ ਕਿਰਤੀਆਂ ਦਾ ਘਰ ਹੈ, ਜਿਹੜਾ ਬੰਦਾ ਕੰਮ ਕਰਦਾ। ਹਾਂ, ਮੈਂ ਜਿਹਨੂੰ ਲੋੜ ਹੈ ਦਵਾਈ ਦਿੱਤੀ ਉਹਨੂੰ ਜਾਂਦੀ ਹੈ, ਜਿਹੜਾ ਬਿਮਾਰ ਹੈ ਤੰਦਰੁਸਤ ਬੰਦੇ ਨੂੰ ਦਵਾਈ ਨਾਲ ਕੀ ਮਤਲਬ। ਹੁਣ ਜਿਹਨੂੰ ਲੱਤਾਂ ਦੀ ਜ਼ਰੂਰਤ ਹੈ ਉਹਦੇ ਲੱਤਾਂ ਨਾ ਕਰੋ, ਉਹਦੇ ਪੈਰ ਸਾਫ਼ ਕਰੋ, ਗੱਲ ਬਣ ਜਾਏ, ਜਾ ਕੇ ਜਦੋਂ ਇੰਟਰਨੈਟ 'ਤੇ ਪਤਾ ਨਹੀਂ ਕਿੰਨੀਆਂ ਦੀਆਂ ਉਂਗਲੀਆਂ ਬਣੀਆਂ ਹੋਈਆਂ ਨੇ, ਬਹਿ ਬਹਿ ਕੇ ਪੈਰ ਪਾਏ, ਬੜਾ ਬੜਾ ਸੁੱਖਾ ਜਿਹਾ ਕੰਮ ਲੱਗਾ ਉਹਨਾਂ ਨੂੰ, ਕੋਈ ਪੜ੍ਹਾਈ ਕਰਨ ਦੀ ਲੋੜ ਨਹੀਂ। ਹਾਂ, ਕਿੰਨੇ ਵੀਰ ਨੇ ਜਿਹੜੇ ਮਿਹਨਤਾਂ ਕਰਕੇ ਵਿਦੇਸ਼ਾਂ ਵਿੱਚ ਆਏ, ਕੋਈ ਡਾਕਟਰ ਬਣਿਆ, ਕੋਈ ਇੰਜੀਨੀਅਰ ਬਣਿਆ, ਕਿੰਨੀ ਮਿਹਨਤ ਕੀਤੀ ਹੈ, ਕਿਸੇ ਨੇ ਸਰੀਰਕ ਤੌਰ 'ਤੇ ਮਿਹਨਤ ਕੀਤੀ, ਕਿਸੇ ਨੇ ਦਿਮਾਗੀ ਤੌਰ 'ਤੇ ਮਿਹਨਤ ਕੀਤੀ ਹੈ, ਪਰ ਕੋਈ ਹੋਇਆ ਕਿਸੇ ਨੇ ਡਾਕਟਰ ਨੇ ਇਮਾਨਦਾਰੀ ਦੇ ਨਾਲ ਕਿਸੇ ਦਾ ਆਪਰੇਸ਼ਨ ਕੀਤਾ ਹੋਵੇ, ਕੋਈ ਕਿਵੇਂ ਡਾਕਟਰ ਸਾਹਿਬ ਤੁਸੀਂ ਇੱਚੀ ਜਗ੍ਹਾ 'ਤੇ ਲਿਆ, ਮੈਂ ਤੁਹਾਡੇ ਚਰਨ 'ਤੇ ਹਾਂ, ਤੁਸੀਂ ਉਹਨੇ ਸਰੀਰ ਦਾ ਇਲਾਜ ਕੀਤਾ, ਕੋਈ ਇੰਜੀਨੀਅਰ ਦੇ ਕੋਲ ਗਿਆ ਹੋਵੇ, ਕਿਸੇ ਪੁਲਿਸ ਅਫਸਰ ਦੇ ਕੋਲ ਗਿਆ ਹੋਵੇ, ਪਰ ਜਿਹੜਾ ਬੰਦਾ ਸਭ ਤੋਂ ਵਿਹਲਾ ਸੜਕ ਛਡਾ ਕੇ ਬੈਠਾ ਹੋਇਆ, ਜਦੋਂ ਇਹ ਪੈਰ ਧੋਤੇ ਜਾਣਗੇ ਫਿਰ ਕਿਰਤੀ ਬੰਦਾ ਹੱਥ ਪਰ ਪ੍ਰੋਬਲਮ 'ਤੇ ਆ ਕੇ ਖੜੀ ਹੈ, ਕਿਰਤੀ ਬੰਦਾ ਸਮਝਣ ਨੂੰ ਤੇ ਪਿਆਰ ਨਹੀਂ ਨਾ, ਉਹਨੂੰ ਜੇ ਕੁਛ ਸਮਝਾਇਆ ਜਾਂਦਾ ਤਾਂ ਦੂਜੇ ਬੰਦੇ ਤੁਰਦਾ ਵਾਪਸ ਕਰਨ ਆਈਏ, ਸਮਝ ਆ ਜਾਏ ਸਾਨੂੰ ਗੁਰੂ ਦੀ ਬਾਣੀ ਕੀ ਕਹਿੰਦੀ, ਵਾਸਰਾ ਹਿਰਦੇ ਗੁਰ ਚਰਨ ਪਿਆਰੇ, ਇਹ ਗੱਲ ਪੱਕੀ ਕਰ ਲਈਏ ਆਪਣੇ ਜਿਹਨ ਦੇ ਵਿੱਚ ਬਿਠਾ ਲਈਏ ਵੀ ਗੁਰੂ ਦੇ ਚਰਨ ਗੁਰੂ ਦਾ ਸ਼ਬਦ ਹੈ, ਜਨ ਕੇ ਚਰਨ, ਜਨ ਕੇ ਚਰਨ, ਜਨ ਦੇ ਨੰਦੇ ਨੂੰ ਕਹਿਦਾ ਔਂਕੜ ਲੱਗਾ ਹੋਇਆ, ਜਨ ਦੇ ਨੰਦੇ ਨੂੰ ਕਹਿਦਾ ਔਂਕੜ, ਜਾ ਕੇ ਤੁਸੀਂ ਆਪਣੇ ਘਰਾਂ 'ਚ ਬਾਣੀ ਕਰ ਬੋਲਦੀ ਉਹਨੂੰ ਵੇਖ ਲੈਣਾ, ਉੱਥੇ ਜਨ ਦੇ ਨੰਦੇ ਨੂੰ ਔਂਕੜ ਹੈ, ਉਹਦਾ ਮੀਨਿੰਗ ਹੈ ਗੁਰੂ, ਜਨ ਕੇ ਚਰਨ ਵਸੈ ਮੇਰੇ ਹਿਰਦੇ, ਮੇਰੇ ਹਿਰਦੇ ਵਿੱਚ ਸੰਤ ਪੁਨੀਤਾ ਦੇ। ਹੁਣ ਕਿਹੜੇ ਚਰਨ ਆਸਣ ਨਾਲ ਦੇਹ ਪਵਿੱਤਰ ਹੁੰਦੀ ਗੱਲ, ਕਿਹੜੇ ਚਰਨ ਆਸਣ ਨਾਲ ਭਲਾ ਸਰੀਰ ਪਵਿੱਤਰ ਹੁੰਦਾ, ਗੁਰੂ ਦੀ ਸਿੱਖਿਆ, ਸੌਖੀ ਜੀ ਭਾਸ਼ਾ 'ਚ ਕਹਿ ਦਈਏ ਗੁਰੂ ਦੀ ਸਿੱਖਿਆ ਅੰਦਰ ਵਸੇ ਤੇ ਸਰੀਰ ਪਵਿੱਤਰ ਹੋ ਜਾਂਦਾ, ਗੁਰੂ ਦੀ ਸਿੱਖਿਆ ਨਹੀਂ ਸੀ ਵਿੱਚੀ ਤੇ ਲੋਕ ਠੱਗ ਸਕਣ ਕਹਿੰਦੇ ਸੀ ਵੀ ਸਾਡੇ ਠੱਗ ਹੈ, ਗੁਰੂ ਦੀ ਸਿੱਖਿਆ ਅੰਦਰ ਵਸਦੀ ਤੇ ਭਾਈ ਸਾਨੂੰ ਕਹਿਣ ਲੱਗਦਾ ਪਵਿੱਤਰ ਹੋ ਗਿਆ ਨਾ ਸਰੀਰ, ਉਹ ਭੁਲੇਖਾ ਰਹਿ ਗਿਆ, ਗੁਰੂ ਦੀ ਸਿੱਖਿਆ ਨਹੀਂ ਸੀ ਅੰਦਰ ਵਸੀ ਤੇ ਬਿਧੀ ਚੰਦ ਨੂੰ ਚੋਰ ਕੇ ਲੰਘਾ ਸੀ, ਸਿੱਖਿਆ ਅੰਦਰ ਵਸਦੀ ਤੇ ਭਾਈ ਬਿਧੀ ਚੰਦ ਬਣ ਗਿਆ, ਸਤਿਕਾਰ ਦੇ ਨਾਲ ਕਰੋ ਸਰੀਰ ਪਵਿੱਤਰ ਹੋ ਗਿਆ। ਹੁਣ ਜਨ ਕੇ ਚਰਨ ਵਸੈ ਮੇਰੇ ਹਿਰਦੇ ਸੰਗ ਪੁਨੀਤਾ ਦੇਹੀ, ਅਗਲੀ ਤੋਂ ਕਹਿ ਜਨ ਕੀ ਧੂਰ, ਅੱਗੇ ਧੂਰ ਲੋ ਜਾ ਗਿਆ ਉੱਤੇ ਜਨ ਕੇ ਚਰਨ ਆ ਗਿਆ, ਹੁਣ ਚਰਨ ਧੂੜ ਇਹ ਲੱਭ ਬੜੇ ਮਿਲਵੇ ਨੇ, ਧੂੜ ਹਮੇਸ਼ਾ ਉਹਨਾਂ ਰਸਤਿਆਂ ਤੋਂ ਬਣ ਜੀ ਜਿਹਦੇ ਜ਼ਿਆਦਾ ਲੋਕ ਲੰਘਦੇ ਹੁੰਦੇ, ਤੁਸੀਂ ਕਦੇ ਵੇਖਣਾ ਪਿੰਡਾਂ ਵਿੱਚ ਨਾ ਜਦੋਂ ਰਸਤਾ ਨਵਾਂ ਨਵਾਂ ਬਣਦਾ ਪਹਿਲਾਂ ਭੀਮਾਂ ਹੁੰਦੀਆਂ ਨੇ ਮੋਟੀਆਂ ਮੋਟੀਆਂ, ਜਦੋਂ ਇੱਕ ਬੰਦਾ ਲੰਘਦਾ ਹੈ ਦੋ ਲੰਘਦੇ ਨੇ, ਇੱਕ ਗੱਡਾ ਲੰਘੇ ਆ ਦੋ ਲੰਘੇ ਚਾਰ ਲੰਘੇ ਲੰਘ ਲੰਘ ਕੇ ਇੰਨਾ ਬਰੀਕ ਘੱਟਾ ਹੋ ਜਾਂਦਾ, ਕੋਈ ਧੂੜਤਾ ਲੋੜਦੀ ਹੈ, ਤਾਂ ਲੋੜਦੀ ਧੂੜ ਦਾ ਅਰਥ ਕੀ ਹੈ ਰਸਤਾ, ਮੈਨੂੰ ਗੁਰੂ ਦੇ ਰਸਤੇ ਬਾਰੇ ਪਤਾ ਲੱਗਦਾ ਹੈ, ਮੈਂ ਗੁਰੂ ਦੇ ਰਸਤੇ ਤੋਂ ਵਾਰਨੇ ਬਲਹਾਰਨੇ ਜਾਵਾਂ, ਮੈਂ ਗੁਰੂ ਦੇ ਰਸਤੇ ਤੇ ਤੁਰ ਤੁਰ ਕੇ ਆਪਣਾ ਥਕੇਵਾ ਲਾਵਾਂ, ਇੱਥੇ ਵੀ ਔਖਾ ਲੱਗਾ ਕੰਮ, ਬੜਾ ਸੌਖਾ ਕੰਮ ਲੱਗਾ ਜਿੱਥੇ ਜੁੜੇ ਲਾਹ ਜਾਂਦੇ ਨੇ, ਕਈ ਦੇ ਵਿਚਾਰੇ ਅੰਦਰ ਆਉਂਦੇ ਨੇ, ਆਉਂਦੇ ਨੇ ਦੌਦਾ ਮੱਥਾ ਟੇਕ ਟੱਲੀ ਕਰੀ ਜੁੱਤੀ ਚੁੱਕ ਕੇ ਮੱਥੇ ਨੂੰ ਲਾ ਕੇ, ਬੜਾ ਸੌਖਾ ਜਿਹਾ ਕੰਮ ਲੱਗਦਾ, ਆਉਂਦੇ ਜੁੱਤੀ ਚੁੱਕ ਕੇ ਮੱਥੇ ਨੂੰ ਲਾ ਕੇ, ਹੇ ਸੱਚਿਆ ਪਾਤਸ਼ਾਹ ਪਹਿਲੀ ਕਿਰਪਾ, ਵੀ ਇੱਥੋਂ ਗੱਲ ਬਣਦੇ ਹੁੰਦੇ, ਇੱਥੋਂ ਮੈਨੂੰ ਪ੍ਰਾਪਤੀ ਹੋ ਜਾਏ,
ਬਾਹਰ ਭਜਨ ਦੀ ਕੋਸ਼ਿਸ਼, ਅੰਦਰ ਆ ਪਿਆ ਗਿਆ, ਅੰਦਰ ਆ ਗੁਰੂ ਕੋਲ, ਗੁਰੂ ਤੇ ਵਿਖਦਾ ਪਿਆ ਤੇ ਮੈਂ ਤੈਨੂੰ ਦੇਣਾ ਚਾਹੁੰਦਾ। ਹੁਣ ਬੱਚੇ ਨੂੰ ਤੁਸੀਂ ਪਿਆਰ ਕਰਕੇ ਘਰੋਂ ਭੇਜੋ ਸਕੂਲੇ, ਉਹ ਬਾਹਰ ਬੰਗਲਿਆਂ ਨੂੰ ਪਾਣੀ ਪੂਣੀ ਪਾ ਕੇ ਮੋੜਾਏ, ਬਾਹਰ ਕਿਹੜੇ ਦਰਵਾਜ਼ੇ ਕਹਿੰਦੇ ਉਹਨੂੰ ਝਾੜ ਪੂੰਝਿਆ ਕਰਕੇ ਮੋੜਾਏ, ਤੁਹਾਡੇ ਸੁਣਨੇ ਹੋ ਗਏ ਨਾ, ਤੂੰ ਤੁਹਾਡੇ ਤੇ ਵੇਚਦਾ ਮਿਹਨਤ ਬੇਕਾਰ ਹੀ, ਕਿਉਂਕਿ ਜਿੱਥੇ ਪੜ੍ਹਾਈ ਹੋ ਰਹੀ ਸੀ ਉਸ ਕਲਾਸ ਰੂਮ ਤੇ ਗਿਆ ਹੀ ਨਾ ਬੱਚਾ, ਉੱਥੇ ਤੇ ਪਹੁੰਚੇ ਨਾ, ਉਹ ਦਰਵਾਜ਼ ਹੀ ਤੁਸੀਂ ਵਰਦੀ ਪ੍ਰੈਸ ਕੀਤੀ, ਉਹਦਾ ਨਾਸ਼ਤਾ ਕਿਹਨੂੰ ਤਿਆਰ ਕੀਤਾ, ਪਰ ਪਹੁੰਚਿਆ ਕਿੱਥੇ ਬੱਚਾ? ਉਹ ਬਾਹਰ ਹੀ ਖੇਡ ਖੁੱਲ ਕੇ ਘਰ ਨੂੰ ਆ ਗਿਆ। ਇੰਝ ਹੀ ਹੁੰਦਾ ਬੱਚੇ ਬਾਹਰ ਗੱਲਾਂ ਬਾਤਾਂ ਕਰਕੇ ਵਾਪਸ ਮੁੜ ਆਉਂਦੇ ਨੇ, ਬੱਚਿਆਂ ਦੀ ਗੱਲ ਚਿੰਤਾ ਹੈ, ਸਾਡੇ ਨਾਲ ਕਿਉਂ ਜੀ ਹੁੰਦਾ? ਅਸੀਂ ਘਰੋਂ ਪਿਆਰ ਪਿਆਰ ਕੇ ਰੂਗੇ ਜਦੋਂ ਆਉਂਦੇ ਹਾਂ ਗੁਰਦੁਆਰੇ, ਇੱਥੇ ਤੁਸੀਂ ਭਾਗਾਂ ਵਾਲੇ ਹੋ ਤੇ ਬਾਹਰ ਦੀਆਂ ਕੰਟਰੀਆਂ 'ਚ ਗੁਰਦੁਆਰਾ ਇੱਕ ਪਰਿਵਾਰ ਦੀ ਤਰ੍ਹਾਂ ਹੈ, ਬਾਹਰਲੀਆਂ ਕੰਟਰੀਆਂ 'ਚ ਨਾ, ਗੁਰਦੁਆਰਾ ਇੱਕ ਪਰਿਵਾਰ ਦੀ ਤਰ੍ਹਾਂ, ਇੱਕ ਬਹੁਤ ਵੱਡਾ ਜ਼ਰੀਆ ਇੱਕ ਦੂਜੇ ਨੂੰ ਜਾਣਨ ਦਾ। ਕਿੱਥੇ ਜਾਣਾ ਜੀ, ਇੱਕ ਨਵੀਂ ਫੈਮਿਲੀ ਆਈ ਹੈ, ਉਹ ਕੌਣ ਜਾਣਦਾ ਹੈ? ਗੁਰਦੁਆਰਾ ਕੇ ਜ਼ਰੀਏ ਭੈਣਾਂ ਭੈਣਾਂ ਨੂੰ ਕਹਿੰਦੀਆਂ, ਭੈਣ ਜੀ ਤੁਸੀਂ ਕਿੱਥੋਂ ਆਏ ਜੋ ਆਪਣਾ ਪਿੰਡ ਦੱਸੇਗੀ, ਗੱਲ ਰਿਸ਼ਤੇਦਾਰੀ ਨਿਕਲ ਆਏਗੀ, ਹੌਲੀ ਹੌਲੀ ਸਾਂਝ ਹੋ ਜਾਏਗੀ, ਇੱਦਾਂ ਵੀ ਰਾਮ ਕੇ ਮਿਹਣਗੇ, ਕੱਲ੍ਹ ਨੂੰ ਤੁਸੀਂ ਸੁੱਖ ਤਕਲੀਫ ਮਿਲੇ ਕਿਸੇ ਦਾ। ਗੁਰਦੁਆਰਾ ਇੱਕ ਪਰਿਵਾਰ ਹੈ, ਪਰਿਵਾਰ ਦੀ ਤਰ੍ਹਾਂ ਇੱਕ ਦੂਜੇ ਨਾਲ ਨੇੜਤਾ ਬਣਦੀ ਹੈ, ਦਿਲ ਲਗਾ ਲੈਂਦਾ ਹੈ, ਭੱਜੇ ਆਉਂਦੇ ਆ, ਪਰ ਕਦੀ ਸੋਚ ਕੇ ਵੇਖੋ ਗੁਰੂ ਨੇ ਕਿੰਨਾ ਸੋਹਣਾ ਸਾਧੂ ਦਿੱਤਾ ਸੀ ਸਾਨੂੰ ਬੈਠ ਕੇ ਸੰਗਤ ਕਰਨ ਦਾ। ਤੁਸੀਂ ਇੱਕ ਦੂਜੇ ਦੇ ਕੰਮ ਆ ਸਕੋ, ਇੱਕ ਦੂਜਾ ਦੁੱਧ ਦਰਦ ਵੰਡਾ ਸਕੋ। ਸਿਆਣੇ ਕਹਿੰਦੇ ਜਦੋਂ ਕਿਸੇ ਦੀ ਖੁਸ਼ੀ ਤੋਂ ਸ਼ਾਮਿਲ ਹੁੰਦਾ ਹੈ, ਖੁਸ਼ੀ ਵੱਧਦੀ ਹੈ, ਜਦੋਂ ਕਿਸੇ ਦੇ ਦੁੱਖ ਵਿੱਚ ਕੋਈ ਸ਼ਰੀਕ ਹੁੰਦਾ ਹੈ, ਦੁੱਖ ਕਰਦਾ ਹੈ, ਉਹਨੂੰ ਫਿਰ ਲੱਗਦਾ ਇਹ ਮੇਰੇ ਨਾਲ ਹੈ, ਮੈਂ ਕਦਾ ਥੋੜ੍ਹਾ ਅਜਿਹਾ ਮੇਰੇ ਧਾਰਮਿਕ ਬੇਚਾ ਨਾ, ਇਹ ਵੀ ਕਹਿੰਦਾ ਕੋਈ ਗੱਲ ਨਹੀਂ, ਭੁਲਾ ਨਾ ਮੈਂ ਤੇਰੇ ਨਾਲ, ਸਾਡਾ ਬੱਚਾ ਬਿਮਾਰ ਹੋਇਆ, ਮੇਰੇ ਕੋਲ ਇੰਨਾ ਵੀ ਜਾਣਾ ਸੀ, ਗੁਆਂਢੀ ਕਹਿੰਦਾ ਚੱਲ ਮੈਂ ਹੋਸਪਿਟਲ ਤੇਰੇ ਨਾਲ ਚੱਲਦਾ, ਤੇਰੇ ਕੋਲ ਨਹੀਂ ਰਹਿ ਜਾਣਾ, ਮੈਂ ਬੋਲਿਆ ਚੱਲਣਾ, ਕਿਵੇਂ ਲੈ ਜਾਣਾ। ਇਹ ਮਹਿਸੂਸ ਹੋਇਆ ਮਹਾਰਾਜ ਆ ਜਿਹੜਾ ਗੁਆਂਢੀ ਕਿੱਥੋਂ ਮਿਲਿਆ, ਮੈਨੂੰ ਗੁਰਦੁਆਰੇ ਮਿਲਦਾ, ਮਹਾਰਾਜ ਤੁਸੀਂ ਇਹ ਮੈਨੂੰ ਗੁਰਦੁਆਰੇ ਮਿਲਿਆ, ਜਿਹਨੂੰ ਮੈਂ ਵੀ ਸਜਾਣਦਾ, ਸਾਡੇ ਕੋਲ ਗੱਡੀ ਗਈ, ਗੁਆਂਢੀ ਨੇ ਫੋਨ ਕੀਤਾ, ਉਹ ਸਾਡੇ ਮਰੀਜ਼ ਨੂੰ ਹੋਸਪਿਟਲ ਲੈ ਗਿਆ, ਅਸੀਂ ਧੰਨਵਾਦ ਕੀਤਾ ਦਾਦਾ। ਇਹ ਸਭ ਰਿਸ਼ਤੇਦਾਰੀਆਂ ਸਾਕ ਸੰਬੰਧੀ, ਇਹ ਦੋਸਤ ਮਿੱਤਰ ਸਾਨੂੰ ਕਿੱਥੋਂ ਮਿਲੇ? ਸੰਗਤ ਵਿੱਚੋਂ ਪ੍ਰਾਪਤ ਕਰੇ, ਸੰਗਤ ਦਾ ਇੰਨਾ ਵੱਡਾ ਅਸਰ ਹੈ, ਇੱਕ ਦੂਜੇ ਬੰਦਾ ਕੰਮ ਹੋਣਾ ਸਿੱਖਦਾ ਹੈ, ਪਰ ਸਹਿਬ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਸੰਗਤ ਕਰਨੀ ਆ ਗਿਆ, ਗੁਰੂ ਕੋਲ ਬੈਠਾ ਗੱਲ ਕਰ ਰਹੇ ਸੀ, ਆਪਾਂ ਬਹੁਤੇ ਵਿਚਾਰੇ ਬਾਰੇ ਬਾਰੇ ਹੋ ਜਾਂਦੇ ਨੇ, ਗੁਰੂ ਕੋਲ ਪਹੁੰਚਦੇ ਨਹੀਂ। ਇੱਥੇ ਮਹਾਰਾਜ ਨੇ ਬੜੀ ਕੀਮਤੀ ਗੱਲ ਕਹੀ ਹੈ, ਬਸ ਰਹੇ ਹਿਰਦੇ ਗੁਰ ਚਰਨ ਪਿਆਰੇ, ਪਿਆਰੇ ਗੁਰੂ ਦੇ ਚਰਨ ਜਦੋਂ ਹਿਰਦੇ ਵਿੱਚ ਆਣ ਕੇ ਵਸਦੇ ਨੇ, ਜੀਵਨ ਵਿੱਚ ਕ੍ਰਾਂਤੀ ਆਉਂਦੀ ਹੈ। ਜੇ ਕੋ ਸਿੱਖ ਗੁਰੂ ਸਿੰਘ ਜੀ ਸਾਨੂੰ ਹੋਵੇ ਹੋਵੇ ਤਾਂ ਸਾਨੂੰ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ, ਗੁਰ ਕੇ ਚਰਨ ਪੜੋ ਜੀ ਹਿਰਦੇ ਪਿਆਰੇ ਅੰਤਰ ਆਤਮੇ ਸੰਭਾਲੇ। ਜਦੋਂ ਗੁਰੂ ਦੇ ਚਰਨਾਂ ਨੂੰ ਆਪਣੇ ਅੰਤਰ ਆਤਮਾ ਵਿੱਚ ਸੰਭਾਲਦੇ, ਹੁਣ ਕਿਹੜੇ ਚਰਨਾਂ ਦੀ ਜਿਹਨਾਂ ਨੂੰ ਅੰਤਰ ਆਤਮਾ ਸੰਭਾਲਾਂਗੇ? ਗੱਲ ਕਲੀਅਰ ਹੋ ਗਈ, ਗੁਰੂ ਦਾ ਸ਼ਬਦ, ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼, ਗੁਰੂ ਦੇ ਉਪਦੇਸ਼ ਨੂੰ ਅੰਦਰ ਵਸਾਉਣਾ ਹੈ, ਸਤ ਸੰਤੋਖ ਦਇਆ ਧਰਮ ਧੀਰਜ ਇਹ ਜ਼ਿੰਦਗੀ ਵਿੱਚ ਆ ਜਾਣ, ਜ਼ਿੰਦਗੀ ਸਫਲ ਹੋ ਜਾਏਗੀ, ਜ਼ਿੰਦਗੀ ਖੂਬਸੂਰਤ ਬਣ ਜਾਏਗੀ। ਬੰਦਾ ਪਰੇਸ਼ਾਨ ਵੀ ਆਪਣੀਆਂ ਆਦਤਾਂ ਕਰਕੇ ਤੇ ਬੰਦਾ ਸੁਖੀ ਵੀ ਆਪਣੀਆਂ ਆਦਤਾਂ ਕਰਕੇ, ਪਰੇਸ਼ਾਨੀ ਆਪਣੀਆਂ ਆਦਤਾਂ ਕਰਕੇ, ਜਿੰਨੀਆਂ ਵੀ ਪਰੇਸ਼ਾਨੀਆਂ ਸਹੇਲੀਆਂ ਹੁੰਦੀਆਂ, ਇਹ ਕੋਈ ਧੋਣ ਤਰਕਾ ਥੋੜ੍ਹਾ ਲੈ ਗਿਆ, ਇਹ ਸਾਰੇ ਕੰਮਾਂ ਚੋਂ ਪੈਦਾ ਹੋ ਜਾਂਦੇ, ਜੋ ਜੋ ਅਸੀਂ ਕੰਮ ਕਰਦੇ ਗਏ ਉਹਦੇ ਗਏ ਉਹਦੇ ਗਏ ਉਹਦੇ ਗਏ, ਐਸੀ ਤਾਣੀ ਤੜੀ, ਹੁਣ ਇਹ ਤੋਂ ਨਿਕਲਣਾ ਮੁਸ਼ਕਲ ਹੋ ਗਿਆ, ਬੜਾ ਮੁਸ਼ਕਲ ਹੋ ਗਿਆ, ਬੜੀਆਂ ਪਰੇਸ਼ਾਨੀਆਂ ਜਨਮ ਲੈ ਰਹੀਆਂ ਨੇ, ਬੜੀਆਂ ਪਰੇਸ਼ਾਨੀਆਂ ਜਨਮ ਲੈ ਰਹੀਆਂ, ਹੁਣ ਬੰਦਾ ਕੀ ਕਰ ਰਿਹਾ?
ਹੁਣ ਉਸ ਜਹਾਜ਼ ਨੂੰ ਕੱਟਣ ਦੀ ਕੋਸ਼ਿਸ਼ ਨਹੀਂ ਕਰਦਾ, ਪਾਠ ਕਰ ਰਿਹਾ ਹੈ, ਪੂਜਾ ਕਰ ਰਿਹਾ, ਅਰਦਾਸਾਂ ਕਰ ਰਿਹਾ। ਕਦੀ ਕਦੀ ਇੱਕ ਜ਼ੁਬਾਨ ਦੇ ਮੈਂ ਬੋਲ ਪੜ ਰਿਹਾ ਸੀ, ਕਹਿੰਦਾ ਜਿੰਨੇ ਮਨੁੱਖ ਅਰਦਾਸਾਂ ਬੇਨਤੀਆਂ ਬਾਹਰ ਨਿਕਲੀਆਂ ਗੁਰਦੁਆਰਾ, ਇਹ ਨਿਸ਼ਾਨੀ ਪਤਾ ਕੀ ਹੈ? ਡਰੇ ਹੋਏ ਨੇ। ਇਹ ਡਰੇ ਹੋਏ ਬੰਦੇ ਦੀ ਨਿਸ਼ਾਨੀ ਹੈ। ਜਿਹੜਾ ਬੰਦਾ ਡਰਿਆ ਨਾ, ਉਹ ਕਹਿੰਦਾ ਬਾਪੂ ਤੇਰੀ ਗੋਦ ਵਿੱਚ ਆਣ ਕੇ ਬੈਠਾ। ਡਰੇ ਹੋਏ ਬੰਦੇ ਨੂੰ ਵਕੀਲ ਕਰਨਾ ਪੈਂਦਾ, ਪਿਤਾ ਦੇ ਕੋਲੋਂ ਪੈਲੀ ਲੈਣ ਲਈ, ਜ਼ਮੀਨ ਲੈਣ ਲਈ, ਦੁਕਾਨਾਂ ਲੈਣ ਲਈ। ਡਰੇ ਹੋਏ ਬੰਦੇ ਨੂੰ ਜਿਹੜੇ ਆਪਣੇ ਕੋਲੇ ਕਰਤੂਤ ਨਾ ਹੋਏ, ਆਪਣੇ ਬਾਪ ਦੀ ਮਲਕੀਅਤ ਲੈਣ ਵਾਸਤੇ ਉਹਨੂੰ ਕੋਰਟ ਕਚਹਿਰੀਆਂ ਭੱਜਣਾ ਪੈਂਦਾ ਹੈ। ਜਿਹਦੇ ਅੰਦਰ ਡਰ ਨਾ ਹੋਵੇ, ਸੇਵਾ ਕੀਤੀ ਹੋਵੇ, ਬਾਪੂ ਸਭ ਕੁਛ ਛੋੜ ਦਿੰਦਾ, ਕਹਿੰਦਾ ਬਾਪੂ ਸਭ ਕੁਛ ਮੇਰਾ ਹੀ ਹੈ, ਕੀ ਭੱਜਣਾ ਤੈਨੂੰ। ਏਦਾਂ ਸੰਬੰਧ ਜੋੜਦਾ ਗੁਰੂ ਦੇ ਨਾਲ ਉਹ ਆਪਣਾ, ਜਿਹਦੇ ਅੰਦਰ ਡਰ ਨਹੀਂ। ਤੇ ਡਰ ਕਿੱਥੋਂ ਪੈਦਾ ਹੋਇਆ ਤੇਰੇ ਆਪਣੇ ਕੰਮਾਂ 'ਚ? ਤੂੰ ਕੰਮ ਸਹੀ ਨਹੀਂ ਕਰਦਾ, ਤੇਰੇ ਆਪਣੇ ਕੰਮਾਂ ਨੇ ਤੈਨੂੰ ਡਰਾਇਆ ਹੈ ਨਾ। ਇਹੋ ਜਿਹਾ ਗੁਰੂ ਪਾਤਸ਼ਾਹ ਨੇ ਕਿਹਾ, ਕਾਮ ਕ੍ਰੋਧ ਲੋਭ ਮੋਹ ਆ ਬੰਧਨ ਨੇ, ਇਹ ਬੰਧਨ। ਪਰ ਇਹਨਾਂ ਬੰਧਨਾਂ ਨੂੰ ਕਦੇ ਕਿਸੇ ਨੇ ਬੰਧਨ ਮੰਨਿਆ ਵੀ? ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਮਨ ਇਹਨਾਂ ਨੇ ਬੰਨਿਆ ਹੋਇਆ ਬੋਲ ਕੇ। ਤੇ ਗੁਰੂ ਕੀ ਕਰਦਾ? ਬੰਧਨ ਕਾਟ ਪੜੋ ਜੀ, ਬੰਧਨ ਕਾਟ। ਗੁਰੂ ਕੀ ਕਰਦਾ? ਬੰਧਨ ਕੱਟ ਦਿੰਦਾ, ਬੰਧਨ ਕਾਟ ਮੁਕਤ ਗੁਰ ਗੁਰੂ ਮੁਕਤ ਕਰ ਦਿੰਦਾ। ਤੇ ਮੁਕਤ ਕਰਦਾ ਕੌਣ ਹੈ? ਪਤਾ ਜਿਹੜਾ ਆਪ ਮੁਕਤ ਹੋਵੇ। ਤੁਸੀਂ ਕਦੀ ਦੇਖਣਾ ਜਦੋਂ ਕੋਈ ਡੁੱਬ ਰਿਹਾ ਹੋਵੇ, ਬਚਾਉਣ ਕੌਣ ਜਾਂਦਾ? ਪਰ ਜਿਹਨੂੰ ਤਰਨਾ ਹੁੰਦਾ, ਕੋਈ ਡੁੱਬ ਰਿਹਾ ਹੋਵੇ ਤੇ ਬਚਾਉਣ ਕੌਣ ਜਾਂਦਾ? ਪਰ ਜਿਹਨੂੰ ਤਰਨਾ ਹੁੰਦਾ, ਜਿਹਨੂੰ ਤਰਨਾ ਆਉਂਦਾ ਹੋਵੇ, ਕਦੀ ਉਹਦੇ ਆਸ ਰੱਖੀ ਜਾ ਸਕਦੀ ਕਿ ਉਹ ਬਚਾਊਗਾ? ਉਹਨੇ ਜਿਹੜਾ ਮਾੜਾ ਮੋੜ ਬਚਣਾ ਉਹ ਨਹੀਂ ਬਚਾਉਣਾ, ਉਹਨੇ ਉੱਤੋਂ ਵੀ ਹੱਥ ਪਾ ਪਾ ਕੇ ਆਪ ਕਹਿਣਾ ਮੈਨੂੰ ਬਾਹਰ ਨਿਕਲ ਆਏ ਮੇਰੇ, ਭਾਵੇਂ ਸਰਾ ਚੋਰੀ ਕਿਉਂ ਨਾ ਹੋਵੇ, ਪੜ੍ਹਾਈ ਕਿਉਂ ਨਾ ਹੋਵੇ। ਉਹਨੇ ਕਹਿਣਾ ਪਹਿਲਾਂ ਮੈਨੂੰ ਬਾਹਰ ਨਿਕਲ ਆਏ ਤੇ ਭਰਾਵਾ, ਮਸਾਂ ਤੇ ਹੱਥ ਪਿਆ, ਤੂੰ ਜਾ ਜਿੱਥੇ ਮੰਨਦਾ ਮੈਨੂੰ ਬਾਹਰ ਨਿਕਲ ਆਏਗੇ। ਆਪ ਹਮੇਸ਼ਾ ਜਦੋਂ ਡੁੱਬ ਰਿਹਾ ਬੰਦਾ ਉਹ ਬਚਾਉਣ ਜਾਂਦਾ ਜਿਹੜੇ ਕਾਰੂ ਹੁੰਦੇ। ਤੁਸੀਂ ਕਹਿਣਾ ਕਿ ਸਮੁੰਦਰਾਂ ਦੇ ਵਿੱਚ, ਖੂਹਾਂ ਦੇ ਵਿੱਚ, ਸਰੋਵਰਾਂ ਦੇ ਵਿੱਚ ਜਦੋਂ ਬੰਦਾ ਡੁੱਬ ਜਾਏ ਤੇ ਬਚਾਉਣ ਉਹ ਉਹਨੂੰ ਦੱਸਦੇ ਜਿਹੜਾ ਪੂਰਾ ਟ੍ਰੇਨ ਹੈ ਬੰਦਾ ਟ੍ਰੇਨਿੰਗ ਲਈ ਜਾਏ ਆਪ ਬੰਦੇ ਨੂੰ ਕਿਤੇ। ਹੁਣ ਸਮਾਜ ਵਿੱਚ ਇਹਨੇ ਬੰਧਨ ਨੇ ਬਚਾਓ ਕੌਣ? ਜਿਹੜਾ ਆਪ ਖੁਦ ਹੋਏਗਾ। ਹੁਣ ਦਵਾਈ ਲੱਗਦੀ, ਬੰਧਨ ਇਹਨੇ ਨੇ, ਮੁਕਤੀ ਉਹਨਾਂ ਕੋਲ ਐਂ ਤੁਰਿਆ ਜਿਹੜੇ ਵਿਚਾਰੇ ਆਪ ਮੁਕਤੀ ਖਾਦੇ। ਬਹੁਤਿਆਂ ਨੇ ਮੁਕਤੀ ਆਪਣੇ ਪਾਣੀ ਪਿਆ ਹੋਇਆ, ਉਹ ਕਹਿੰਦੇ ਦਵਾਈ ਲੱਗਦੀ। ਮੈਨੂੰ ਸਾਨੂੰ ਵਕੀਲਾਂ ਨੇ ਬਹਿਸ ਕੀਤੀ ਜਾ ਰਹੀ ਹੈ, ਜਿਹੜੇ ਖੋਤੇ ਹੋਏ ਨੇ ਆਪਣੇ ਹੱਥ ਵਕੀਲ ਕੀਤੇ ਹੋਏ ਨੇ, ਦਵਾਈ ਲੱਗਦੀ ਬਚਾਓ ਸਾਨੂੰ। ਤੇ ਲੋਕ ਉਹਨਾਂ ਕੋਲ ਫਿਰ ਬਾਬਾ ਜੀ ਦੀ ਲੀਲਾ ਸੀ, ਇਹ ਸਾਡੇ ਬਾਬਾ ਜੀ ਦੀ ਲੀਲਾ ਸੀ। ਮੈਂ ਐਸੇ ਸ਼ਰਮ ਬੰਦਿਆਂ ਨੂੰ ਕਿੱਥੇ ਖੜੋ ਮੈਨੂੰ, ਜਿਹੜੇ ਬੰਦੇ ਇਹਨਾਂ ਕੋਈ ਕਰਨ ਦੇ ਬਾਅਦ ਵੀ ਉਹਨੂੰ ਲੀਲਾ ਕਹਿ ਲੈਣ, ਕਿੱਥੇ ਲੈ ਕੇ ਜਾਓਗੇ ਸੁਪਨੇ ਨੂੰ? ਹੁਣ ਸ਼ਹਿਰ ਨੇ ਕਿੰਨੀਆਂ ਕੀਮਤੀ ਗੱਲਾਂ ਕਹੀਆਂ, ਕਿੰਨੇ ਕੀਮਤੀ ਵਿਚਾਰ ਦੇ ਕੇ ਸ਼ਰਮ ਆਖਿਆ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਗੁਰੂ ਦਾ ਕੀ ਰੋਲ ਹੈ ਸਾਡੇ ਜੀਵਨ? ਬੰਧਨ ਕਾਟ ਮੂਰਤ ਦੇ ਬਾਈ ਗੁਰਦਾਸ ਦਾ ਵਚਨ ਚਿੱਤੇ ਆ ਗਿਆ ਸਮਾਜ ਵਿੱਚ ਬੜਾ। ਹੋਰ ਇਸ ਵਿਆਖਿਆ ਨੂੰ ਖੋਲੇ, ਬੱਚੇ ਦਾ ਸਭ ਨੂੰ, ਬੱਚਾ ਛੋਟਾ ਹੁੰਦਾ ਨਾ, ਉਹ ਚਿਰ ਨੂੰ ਨਹੀਂ ਪਤਾ ਬੱਚੇ ਨੂੰ ਅੱਗ ਦਾ ਵੀ ਸਭ ਦਾ ਕੀ ਉਹਦੇ। ਸਾਨੂੰ ਪਤਾ ਅੱਗ ਜਿਹੜੀ ਹੈ ਸਾਗ ਦੀ, ਸਭ ਖਤਰਨਾਕ ਹੈ, ਘਰ ਚ ਸਭ ਕਦੇ ਆਉਣ ਵਾਲੀ, ਬੱਚਾ ਸਭ ਵੱਲ ਨੂੰ ਜਾਂਦਾ, ਉਹਦੇ ਮਨ ਚ ਖੇਡਣ ਵਾਲੀ ਚੀਜ਼ ਹੈ। ਸਾਰਾ ਜੀਵ, ਸਾਰੇ ਟੱਬਰ, ਸਾਰੇ ਜੀਵ ਮੰਜਿਆਂ ਤੇ ਚੜ ਜਾਣਗੇ, ਬੱਚਾ ਸਭ ਵੱਲ ਜਾਏਗਾ। ਸਾਨੂੰ ਆਖਰੀ ਕੀ ਫੜ ਸਕਦਾ ਬੱਚਾ? ਉਹ ਤੂੰ ਬਤਾਉਣ ਦਾ ਖੇਡਣ ਵਾਲੀ ਚੀਜ਼, ਥੱਲੇ ਭੱਜੀ ਫਿਰਦੀ ਖੇਡਣ ਵਾਲੀ ਚੀਜ਼ ਨਹੀਂ, ਕਿਉਂਕਿ ਇਹਦਾ ਤਾਂ ਸਭ ਕਈ ਵਾਰ ਮਿਲਾ ਮਾਂ ਬਾਪ ਨੇ ਲੈ ਕੇ ਦਿੱਤੇ ਸੀ ਨਾ, ਉਹਨੇ ਜਿਹੜਾ ਪਤਾ ਸੀ ਵੀ ਇਹ ਜਾਂਚ ਹੈਗੀ ਕਿ ਨਹੀਂ, ਇਹ ਖਤਰਨਾਕ ਵੀ ਉਹਨੇ ਵੇਖਿਆ ਵੀ ਇਹਦਾ ਤਾਂ ਸਭ ਤੇ ਮਾਂ ਨੇ ਕਈ ਵਾਰ ਵਿਚਾਰੋਂ ਮੇਲਿਆਂ 'ਚ ਲਿਆ ਲਿਆ ਦਿੰਦੇ ਨੇ, ਭਾਵੇਂ ਦੂਜੇ ਸੀ। ਹੁਣ ਇਹ ਨਹੀਂ ਪਤਾ ਅਸਲੀ ਸਾਰੇ ਬੱਚੇ ਨੇ ਹੱਥ ਵਿੱਚ ਫੜ ਲਿਆ। ਮਾਂ ਦਾ ਕੀ ਬੋਲਿਆ ਬੰਦਾ? ਮਾਂ ਬਹੁਤ ਪਿਆਰ ਨਾਲ ਬੱਚੇ ਦੇ ਹੱਥ ਸੱਤ ਛਡਾ ਕੇ
ਬੱਚੇ ਨੂੰ ਛਾਤੀ ਨਾਲ ਲਾ ਕੇ ਉਹਨੂੰ ਪਿਆਰ ਕਰਦੀ ਹੈ, ਮੱਥਾ ਚੁੰਮਦੀ ਹੈ ਵੀ ਕਿਤੇ ਮੇਰੇ ਬੱਚੇ ਨੂੰ ਕਿਤੇ ਡੰਗ ਤਾਂ ਨਹੀਂ ਮਾਰਿਆ ਸਾਰੇ, ਮੈਂ ਇਹ ਰਹੀ ਜਾਣਾ ਬੱਚੇ ਨੂੰ ਪਾਲ ਕੇ ਜਵਾਨ ਕੀਤਾ ਕਿ ਜੀਵਨ ਦਿਲਾਂ ਨਾਲ ਖਤਮ ਕਰਦੇ ਮੇਰੇ ਲਾਲ ਦੀ। ਉਹ ਛਾਤੀ ਨਾਲ ਰੋਂਦੀ ਹੈ, ਮੱਥਾ ਚੁੰਮਦੀ ਹੈ, ਪਿਆਰ ਕਰਦੀ ਹੈ। ਭਾਈ ਗੁਰਦਾਸ ਜੀ ਜੈਸੇ ਸਾਰ ਗਹਿਤ ਕਰ ਕਹਿੰਦੇ ਹੱਥ ਨੂੰ ਗਹਿਤ ਕਰੇ ਫੜ ਕੇ, ਜੈਸੇ ਸਾਰ ਗਹਿਤ ਸਤ ਸੁਤ ਟੇਕ ਮਾਤਾ, ਜਿਵੇਂ ਬੱਚੇ ਦੇ ਆਖਿਰ ਸਭ ਖੜਿਆ ਹੋਵੇ ਮਾਂ ਹੋਵੇ ਵੇਖ ਕਹਿੰਦੇ ਨਾ ਪੁਕਾਰ, ਰੌਲਾ ਨਹੀਂ ਪਾਉਂਦੀ ਦਵਾਈ ਲੱਗਦੀ, ਉਹ ਚੀਕਾ ਨਹੀਂ ਮਾਰਦੀ, ਦੁਨੀਆ ਨੂੰ ਨਹੀਂ ਦੱਸਦੀ ਉਹ ਦਵਾਈ ਲੋਕ ਲੋਕੋ ਮੇਰੇ ਪੁੱਤ ਨੇ ਸੱਤ ਫੜ ਲਿਆ, ਪਿਆਰ ਦੇ ਨਾਲ ਗੁਆਂਢ ਨੂੰ ਨਹੀਂ ਪਤਾ ਲੱਗਣ ਦਿੰਦੀ, ਉਹ ਗੁਆਂਢ ਨੂੰ ਨਹੀਂ ਪਤਾ ਲੱਗਣ ਦਿੰਦੀ ਸਾਡੇ ਘਰ ਕੀ ਲੀਲਾ ਵਾਪਰੀ, ਮੇਰੇ ਬੱਚੇ ਨੇ ਸੱਤ ਨੂੰ ਫੜ ਲਿਆ। ਜੈਸੇ ਘਰ ਬਹਿ ਸਰਬ ਸੁਤ ਟੇਕ ਮਾਤਾ, ਕਹੇ ਨਾ ਪੁਕਾਰ, ਉਹ ਪੁਕਾਰ ਕੇ ਨਹੀਂ ਕਿਸੇ ਨੂੰ ਕਹਿੰਦੀ, ਫੁਸਲਾਏ ਔਰ ਮੰਡ ਹੈ, ਪਿਆਰ ਦੇ ਨਾਲ ਮੱਥਾ ਚੁੰਮ ਕੇ ਛਾਤੀ ਨਾਲ ਲਾ ਕੇ ਬੱਚੇ ਨੂੰ ਹੌਸਲਾ ਦਿੰਦੀ ਹੈ। ਦੂਸਰੀ ਉਦਾਹਰਨ ਭਾਈ ਸਾਹਿਬ ਨੇ ਬਖਸ਼ਿਸ਼ ਕੀਤੀ, ਜੈਸੇ ਬੈਦ ਲੋਕੀ ਪ੍ਰਭ, ਕਹੇ ਨਾ ਬਿਥਾਰ ਬਿਰਥਾ। ਤੁਸੀਂ ਵੇਖਿਆ ਕਈ ਵਾਰੀ ਮਰੀਜ਼ ਨੂੰ ਕਈ ਬਿਮਾਰੀਆਂ ਹੁੰਦੀਆਂ ਨੇ ਅਤੇ ਡਾਕਟਰ ਪਤਾ ਨਹੀਂ ਕਰਦੇ ਸਨ, ਮਰੀਜ਼ ਨੂੰ ਨਹੀਂ ਦੱਸਦਾ, ਉਹ ਮਰੀਜ਼ਾਂ ਨੂੰ ਲਿਪਤ ਵਰਤੀ ਪਰਿਵਾਰ ਦੀ ਬਾਪ ਨੂੰ ਬਿਮਾਰੀ ਹੈ, ਪੁੱਤਰ ਨੂੰ ਬਿਮਾਰੀ ਹੈ, ਪਰਿਵਾਰ ਦਾ ਕੋਈ ਮੈਂਬਰ ਉਹਨੂੰ ਬੁਲਾਏਗਾ ਪਾਸੇ ਦੂਜੇ ਰੂਮ 'ਚ ਵੀ ਤੁਹਾਡੇ ਪਿਤਾ ਨੂੰ ਆਹ ਬਿਮਾਰੀਆਂ ਨੇ, ਇਹਨਾਂ ਵਿੱਚ ਆਹ ਜਾਣਾ ਖਤਰਨਾਕ ਹੈ, ਪਰ ਤੁਹਾਡੇ ਡੈਡੀ ਨੂੰ ਵੀ ਗੱਲ ਸੁਣੀ, ਉਹ ਤੋਂ ਇਹ ਗੱਲ ਕੋ ਕੇ ਰੱਖਣੀ ਹੈ, ਉਦਾਂ ਉਹਨੂੰ ਕਹਿਣਾ ਠੀਕ ਹੈ। ਜਦੋਂ ਜਦੋਂ ਸਿਆਣਾ ਡਾਕਟਰ ਮਰੀਜ਼ ਦੇ ਸਾਹਮਣੇ ਆ, ਉਹ ਤੈਨੂੰ ਹੋਇਆ ਕੁਝ ਨਹੀਂ, ਆਤਮ ਵਿਸ਼ਵਾਸ ਬਣਾਉਂਦੇ ਵੀ ਕੁਝ ਨਹੀਂ ਹੋਇਆ, ਘਬਰਾ ਨਾ ਬਣਾ, ਦਵਾਈ ਖਾਈ ਦਾ ਬਸ ਤਿੰਨ ਟਾਈਮ ਦਵਾਈ ਖਾਣੀ, ਆਹ ਸਲਾਹ ਦੇ ਕਰਨ ਹੋਇਆ ਕੁਝ ਨਹੀਂ, ਦਰਾਂ ਨਾਲ ਹੀ ਅੱਧਾ ਹੌਸਲਾ ਦੇਣਾ, ਅੱਧਾ ਇਲਾਜ ਦਵਾਈ ਨੇ ਕਰ ਦੇਣਾ। ਜੈਸੇ ਵੈਦ ਰੋਗੀ ਪ੍ਰਭ, ਜਿਵੇਂ ਸਿਆਣਾ ਵੈਦ ਹੁਣ ਅਣਜਾਣ ਗੱਲ ਕੀ ਕਰਦਾ, ਉਹ ਸਾਰਾ ਹੀ ਮੱਥਾ ਖੋਲ ਦਿੰਦਾ ਵੀ ਤੇਰੇ ਕਮਰੇ ਕਰਦੇ, ਬਸ ਤੂੰ ਮਰਿਆ ਭਾਵੇਂ, ਬਸ 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 ਵੇਖਦਾ ਜਿਹੜੇ ਨਿਆਣੇ ਨਿਆਣੇ ਵੇਖਦਾ ਜੀ ਵਹਿ ਜਾਂਦੇ ਠੀਕ ਹੈ, ਬਸ ਖਤਮ ਹੈ ਕਰਨੀ, ਇੱਦਾਂ ਹੀ ਜਿਹਨਾਂ ਕੱਚਿਆਂ ਵੈਦਾ ਅਸੀਂ ਜਾ ਰਹੇ ਕਰਦੇ ਹਾਂ, ਬਸ ਵੀ ਬਸ ਖਤਮ ਕਰਨੀ ਕਰਦੇ, ਵੇਖਦਾ ਜੀ ਇੰਨਾ ਜ਼ਿਆਦਾ ਹੁੰਦਾ ਗਾਹ ਹੀ ਕਰਦੇ, ਇੰਨਾ ਬਾਬਾ ਜੀ ਜ਼ਮੀਨ ਕਰਦੇ ਦੌਰੋਂ ਨਾ ਆਪਣੇ ਖੇਰੋ ਕਿਰਪਾ, ਦੋ ਦੁਕਾਨਾਂ ਨੇ ਵੇਚ ਕੇ ਵੀ ਭਰੇ ਛਾ ਰਹੇ, ਮੁੰਡਾ ਵੀ ਬਣ ਜੋਗੀ ਉਮਰ ਜੋ ਨਾ ਸਾਨੂੰ ਜੀ, ਇੰਨਾ ਕੁ ਜਿਹੜਾ ਲੋਕਾਂ ਦੇ ਹੱਥ ਹਨ, ਮੈਂ ਮਹਿਸੂਸ ਕਰ ਰਿਹਾ ਸੀ ਸਾਡੀ ਹਾਲਤ ਤਰਸ ਜੋ ਮਰ ਗਈ, ਅੱਜ ਪਤਰਾਂਚਾ ਚ ਕਿੰਨਾ ਕੁਝ ਹੋਇਆ, ਭਾਵੇਂ ਸਾਡੇ ਸਿੱਖ ਸ਼ਰਧਾਲੂ ਗਏ, ਭਾਵੇਂ ਦੂਜੇ ਸ਼ਰਧਾਲੂ ਗਏ, ਤਬਾਹੀ ਮੱਚੀ, ਤੇਲ ਗੱਡੀਆਂ ਗੱਡੀਆਂ ਲੈਂਦੀਆਂ, ਦੋ ਕਿਸ਼ਤਾਂ ਤਾਰ ਗਿਆ, ਤੀਹ ਤਾਰ ਦੀ ਮਸ਼ੀਨ ਨਹੀਂ ਹੋਈ, ਗੱਡੀਆਂ ਨਹੀਂ ਲੱਗੀਆਂ, ਕਈ ਪਰਿਵਾਰਾਂ ਦੇ ਪੂਰੇ ਪੂਰੇ ਜੀਵ ਲੱਗ ਗਏ, ਪੂਰਾ ਪੂਰਾ ਟੱਬਰ ਰੁੜ ਗਿਆ, ਔਰ ਦਵਾਈ ਆਪਣੀ ਪੂਰੀ ਦੁਨੀਆਂ ਦੇ ਵਿੱਚੋਂ ਕਿਸੇ ਤਾਂਤਰਕ, ਕਿਸੇ ਜੋਤਸ਼ੀ, ਕਿਸੇ ਬਾਬੇ, ਕਿਸੇ ਸਿਆਣੇ ਨੇ ਆਖਿਆ ਨਾ ਜਾਇਓ ਭਾਈ ਟੱਬਰ ਲੱਗ ਗਏ, ਤੁਸੀਂ ਨਹੀਂ ਜੇ ਤੁਸੀਂ ਸਲਾਮ ਕਰਨਾ, ਕਿਸੇ ਨੇ ਦੇਵਾ ਨਹੀਂ ਆਇਆ, ਕਿਸੇ ਨੇ ਜਾਣ ਤੋਂ ਪਹਿਲਾਂ ਨਹੀਂ ਦੱਸਿਆ, ਹੁਣ ਮਗਰੋਂ ਪਤਾ ਨਹੀਂ ਹੋਣਾ, ਕਈਆਂ ਨੇ ਕਹਿ ਦਿੱਤਾ, ਕਈਆਂ ਨੇ ਭੁਲੇਖ ਵਾਲੀ ਹੁਣ ਥੋੜ੍ਹੀ ਬਹੁਤੀ ਕਰ ਦਿੱਤੀ, ਵੈਸੇ ਨੁਕਸਾਨ ਤਾਂ ਜ਼ਿਆਦਾ ਹੋਣਾ ਸੀ, ਲਓ ਇਹ ਬੜਾ ਸੌਖਾ ਕੰਮ, ਮੈਂ ਕਹਿ ਦਿੰਦਾ ਕਿਸੇ ਵੇਲੇ ਚੋਰੀ ਹੋ ਗਈ, ਮੈਂ ਕਹਿ ਦਿੰਦਾ ਬੜਾ ਸੌਖਾ ਕੰਮ ਹੈ, ਵੇਖੋ ਭਾਈ ਚੋਰੀ ਤਾਂ ਦਸਾਂ ਘਰਾਂ ਚੋਂ ਆਉਣੀ ਸੀ, ਮੈਂ ਮੰਤਰ ਮੁੰਤਰ ਸਾਰੀ ਰਾਤ ਪੜ੍ਹ ਗਈ, ਮਸਾਂ ਇੱਕ ਘਰ ਦੀ ਚੋਰੀ ਹੋ ਦਿੱਤੀ, ਬਾਕੀ ਪਿੰਡ ਵਿੱਚ ਚੱਲ ਗਿਆ, ਮਜ਼ਾ ਖਾਸ ਸੀ ਵੀ ਉਹ ਇੱਕ ਪਿੰਡ 'ਚ ਇੱਕ ਘਰ 'ਚ ਵੀ ਚੋਰੀ ਨਾ ਹੁੰਦੀ, ਇਹ ਕੰਮ ਬੜਾ ਸੌਖਾ, ਨੁਕਸਾਨ ਹੋਣ ਤੋਂ ਬਾਅਦ ਮੈਂ ਕਹਿ ਦਿੰਦਾ ਵੀ ਭਾਈ ਚੋਰੀ ਤਾਂ ਹੋਣੀ ਸੀ ਦਸਾਂ ਵੀਹਾਂ ਘਰਾਂ 'ਚ, ਪਰ ਮੈਂ ਸੋਰੀ ਰਾਤ ਇਹ ਰਾਤ ਦੇ ਖਲੋ ਕੇ ਗਵਾਈ ਰੱਬ ਦੀ, ਰੱਬ ਨੂੰ ਬਹੁਤ ਪਾਛੇ ਪਾ, ਮੈਂ ਕਿਹਾ ਰੱਬ ਨਹੀਂ ਕਰੂੰ ਕਿਰਪਾ, ਇਹ ਤਾਂ ਪਿੰਡ ਬੜਾ ਇਮਾਨਦਾਰ, ਮੈਂ ਕਿਹਾ ਚਲੋ ਫਿਰ ਠੀਕ ਹੈ, ਕੁਝ ਤੇਰੀ ਮਾਰ ਲੈਂਦੇ ਕੁਝ ਮੇਰੀ ਮਾਰ, ਇੱਕ ਘਰ 'ਤੇ ਚੋਰੀ ਕਰੀ ਆ, ਬੜਾ ਸੌਖਾ ਕੰਮ ਹੈ ਲੋਕ ਨਾ ਦੇਖੋ, ਚਲੋ ਪਿੰਡ ਦੇ ਪਾਸ ਗਿਆ,
ਸਾਡੇ ਸਮਾਜ ਚੇਂਜ ਹੋ ਰਿਹਾ ਹੈ। ਹੁਣ ਕਈਆਂ ਨੇ ਵੇਖੋ ਜੀ ਪਾਣੀ ਤੋਂ ਬੜਾ ਆਉਣਾ ਸੀ, ਪੰਜਾਬ ਵੀ ਵਿੱਚੇ ਚਲਾ ਜਾਣਾ ਸੀ, ਉਹ ਵੀ ਬੜਾ ਹੋ ਜਾਣਾ ਸੀ, ਮਜ਼ਾ ਆਇਆ ਪਹਿਲਾਂ। ਹੁਣ ਇਹ ਕਿਵੇਂ ਲੋਕਾਂ ਦੀਆਂ ਲੋਹਾਂ ਸਸਾਂ ਲਾਉਣ ਜੋਗੀ ਵੀ ਗੁਆਂਢੀ ਨੇ ਵਿਆਹ ਕਰਤਾ ਤੇ ਵਿਆਹ ਕਰਤਾ? ਕਦੀ ਕਿਸੇ ਨੇ ਥੋੜੀ ਬਹੁਤੀ ਦਿਮਾਗ ਦੀ ਵਰਤੋਂ ਕੀਤੀ ਪੁੱਛਣ ਦੀ ਗੱਲ ਕਰੇ ਵੀ ਤੁਹਾਡੇ ਅੱਗੇ ਵਿਆਹ ਕਰ ਕੇ ਹੁੰਦੀਆਂ ਕਿਸ ਕੰਮ ਦੇ? ਪਤਾ ਜਦੋਂ ਦੁਨੀਆਂ ਦਾ ਇੰਨਾ ਤਬਾਹੀ ਵੱਜ ਜਾਂਦੀ ਤੁਸੀਂ ਆਪਣੇ ਘੋਨੇ ਜਿਹੇ ਬਣ ਜਾਂਦੇ। ਜਦ ਤੁਸੀਂ ਇੰਨਾ ਕਰਦੇ ਹੋ ਜੀ ਫਲਾਣੇ ਤੁਹਾਨੂੰ ਟੇਵਾ ਕਰਦਾ, ਤੁਸੀਂ ਨਿਊਜ਼ੀਲੈਂਡ ਵਿੱਚ ਆਸਟ੍ਰੇਲੀਆ ਵਿੱਚ ਤੁਹਾਨੂੰ ਉੱਥੇ ਟੂਣਾ ਕਰੀ ਜਾਂਦੀ ਉਹ ਕਰੀ ਜਾਂਦਾ। ਆਹ ਅਮੈਰੀਕਾ ਜਦੋਂ ਮੈਂ ਇੱਥੋਂ ਆਉਣਾ ਸੀ ਇੱਕ ਰਾਤ ਪਹਿਲੇ ਇੱਕ ਭੈਣ ਦਾ ਫੋਨ ਆਇਆ ਅਮੈਰੀਕਾ ਤੋਂ, ਬਿਲਕੁਲ ਸਾਰੀ ਹਾਲ ਨਾਲ ਪਤਾ ਨਹੀਂ ਮੇਰੇ ਕੋਲ ਰਿਹਾ ਨਹੀਂ ਜਾਂਦਾ ਵੀ ਅਸੀਂ ਬਿਮਾਰ ਮਨਸਿਕਤਾ ਲੈ ਕੇ ਬਾਹਰ ਥੋੜ੍ਹੀ ਬਹੁਤ ਸਾਫ਼ ਸੁਥਰੀ ਲੈ ਕੇ ਆਉਂਦੀ ਸਕੈਨ ਕਰਕੇ ਲੈ ਕੇ ਆਉਂਦੀ ਗੁਜ਼ਾਰ ਬਣ ਜਾਂਦੀ ਸ਼ਾਇਦ। ਉਹ ਭੈਣ ਦਾ ਫੋਨ ਆਇਆ ਕਹਿੰਦੀ ਵੀਰ ਜੀ ਵੈਸੇ ਮੈਂ ਪਰੇਸ਼ਾਨ ਤਾਂ ਨਹੀਂ ਸੀ ਪਰ ਮੈਂ ਦੱਸਣਾ ਚਾਹੁੰਦਾ ਵੀ ਜੇ ਤੁਹਾਡੇ 'ਚ ਕੋਈ ਪਰੇਸ਼ਾਨ ਹੋ ਤਾਂ ਪਰੇਸ਼ਾਨੀ ਰੱਖਣ ਦੀ ਲੋੜ ਨਹੀਂ, ਲਾਹ ਕੇ ਮਾਰੋ ਬੁਲਾ। ਕਹਿੰਦੀ ਮੈਂ ਸਵੇਰੇ ਉੱਠੀ ਤਾਂ ਸਾਡੇ ਦਰਵਾਜ਼ੇ ਦੇ ਅੱਗੇ ਕਿਸੇ ਨੇ ਟੂਣਾ ਕੀਤਾ ਹੋਇਆ, ਟੂਣਾ ਕਿੱਦਾਂ? ਇੱਕ ਨਾਰੀਅਲ ਮਾਂ ਦੀ ਦਾਲ ਕੇ ਇੱਕ ਦੋ ਗੁੱਡੀਆਂ, ਇੱਕ ਗੁੱਡੀ ਦੇ ਨਾਲ ਗੁੱਡਾ, ਇੱਕ ਲੜਕੀ ਦੀ ਗੁੱਡੀ ਸੀ ਬਣਾਈ, ਇੱਕ ਲੜਕੀ ਦਾ ਬਣਾ ਕੇ ਮੈਂ ਕਹਿੰਦਾ ਗੁੱਡਾ ਉੱਤੇ ਨਾਂ ਲਿਖੀ। ਕਹਿੰਦੀ ਮੇਰੀ ਇੱਕ ਗੁੱਡੀ 'ਤੇ ਮੇਰੀ ਨੂੰਹ ਦਾ ਨਾਂ ਲਿਖਿਆ ਅਤੇ ਗੁੱਡੇ ਦੇ ਉੱਤੇ ਨਿਗੇ ਜਿੱਤੇ ਮੇਰੇ ਪੁੱਤ ਦਾ ਨਾਂ ਲਿਖਿਆ। ਮੈਂ ਕਿਹਾ ਨੂੰਹ ਪੁੱਤ ਮਤਲਬ ਘਰੇ ਨੇ? ਕਹਿੰਦੀ ਇਹਦੇ ਪੁੱਤ ਤੋਂ ਸੁੱਖ ਨਾ ਗਿਆ ਉਹਨਾਂ ਨੂੰ ਉਹਨਾਂ ਵੀ ਨੂੰਹ ਨੇ ਘਰ ਹੋਣਾ ਪਹਿਲੇ ਕਿਹਨ ਚੰਦ ਚੜਾਉਂਦਾ। ਮੈਂ ਕੌਣ ਪੈਸੇ ਦੇ, ਤੂੰ ਬੈਠੀ ਅਮੈਰੀਕਾ, ਇਹ ਗੱਲ ਕੌਣ? ਤੂੰ ਕਿਸੇ ਬਾਬੇ ਨੂੰ ਫੋਨ ਕਰਦੀ, ਉਹਨੇ ਕਹਿਣਾ ਇੱਥੇ ਵਿਆਹ ਕਰ ਰਿਹਾ, ਤੂੰ ਐਂ ਕਰ ਹੀ ਨਹੀਂ ਯਾਦ ਆਉਂਦੀ ਪਾਲੀ ਜੀ ਵੀ ਚੰਗਾ ਪਾ ਰਹੇ ਹਨ, ਮਤਲਬ ਤੁਸੀਂ ਗੱਲ ਕਰਦਾ ਲੱਗੇ ਬੜੇ ਗੁੱਸਾ ਨਾ ਕਰੇ ਕਿੱਥੇ ਉਹ ਨਾਲੇ ਲੋਕ ਉਹ ਬੁੱਢੇ ਹੈਗੇ ਤੇ ਵੀ ਜੇ ਤੇ ਛੋਟੇ ਹੁੰਦੇ ਸੋਹਣੇ ਸੋਹਣੇ ਜੇ ਉਹ ਬੜਾ ਹੋ ਜੋ ਵੀ ਤੁਹਾਡਾ ਕੋਲ ਗਾਹ ਹੋ ਮੇਰਾ ਨਾਮ ਲਿਆ। ਅੱਗੇ ਆਉਂਦੀ ਨਹੀਂ ਵੀਰ ਜੀ ਇਹਨੇ ਹਿੰਮਤ ਕਰ ਲਈ, ਮੈਂ ਚੁੱਕੇ ਸੁੱਟ ਆਈ ਹਾਂ, ਲਾਗੇ ਲੱਗੀ ਰਹਿੰਦੀ ਸੀ ਮੈਂ ਚੁੱਕੇ ਸੁੱਟ ਆਈ। ਮੈਂ ਕਿਹਾ ਸ਼ੁਕਰ ਕਿਸੇ ਨੇ ਦਿਲ ਲਾਈ, ਕਿਸੇ ਨੇ ਦਲੇਰੀ, ਇਹ ਇਹਦੇ ਦਲੇਰੀ। ਹੁਣ ਪਤਾ ਕਰੀ ਜਾਵੇ ਪਾਠ ਕਹੀ ਜਾਵੇ, ਮੈਂ ਇੰਨੇ ਪਾਠ ਕੀਤੇ ਨਾਰੇ ਲੈ ਕੇ ਕਿਹੜਾ ਜਿਵੇਂ ਪਤਾ ਨਹੀਂ ਪ੍ਰਮਾਣੂ ਬਾਬ ਵੀ ਇਹਨੂੰ ਪਤਾ ਨਹੀਂ ਫਾੜੀ ਨਾ ਜਾਵੇ ਜਿਹੜੇ ਕੀ ਤੇਰੇ ਪਾਠ ਦਾ ਫਾਇਦਾ ਭਲਿਆ, ਅੰਦਰ ਉਹ ਤੱਕ ਗਿਆ ਪਿਆ, ਅੰਦਰ ਉਹ ਡਰਿਆ ਪਿਆ ਡਰਾਕਰ ਸੱਜੇ ਲੈ। ਹੁਣ ਉਸ ਭੈਣੇ ਅਗਲੀ ਗੱਲ ਕਹੀ, ਮੈਂ ਉਹਨੂੰ ਜਿਹੜੀ ਫੋਨ 'ਤੇ ਗੱਲ ਕੀ ਉਹ ਦੱਸਣ ਲੱਗਾ, ਮੈਂ ਕਿਹਾ ਮੇਰੀ ਭੈਣੇ ਗੁੱਸਾ ਨਾ ਕਰੀ, ਤੁਹਾਡੀ ਨੂੰਹ ਦੇ ਨਾਂ ਦਾ ਕਿਸੇ ਗੋਰੇ ਨੂੰ ਤਾਂ ਪਤਾ ਨਹੀਂ ਨਾ, ਗੁਆਂਢੀਆਂ ਨੂੰ ਨਹੀਂ ਪਤਾ ਨਾ, ਭਾਵੇਂ ਗੋਰੀ ਰਹਿੰਦੀ ਹੈ ਭਾਵੇਂ ਗੋਰਾ ਰਹਿੰਦਾ। ਕਿੰਨੇ ਪੰਜਾਬੀ ਹੋਰ ਤੁਹਾਡੇ ਲਾਗੇ ਵੀ ਤੁਹਾਡੀ ਨੂੰਹ ਦਾ ਨਾਂ ਤਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਪਤਾ ਹੋਏਗਾ, ਤੁਹਾਡੀ ਤੁਹਾਡੀ ਸਹੇਲੀ ਨੂੰ ਪਤਾ ਹੋਏਗਾ, ਤੁਹਾਡੇ ਤਾਂ ਮੁਕਰੇਗੀ। ਫਿਰ ਉਹ ਸੋਚ ਕੇ ਵੀ ਹਾਂ ਇਹ ਗੱਲ ਕੀ, ਮੈਂ ਕਿਹਾ ਹੁਣ ਧਿਆਨ ਮਾਰੋ ਵੀ ਉਹਨਾਂ ਵਿੱਚੋਂ ਕਿਹੜਾ ਹੋ ਸਕਦਾ ਜਿਹਨੂੰ ਇਹ ਪਸੰਦ ਸੀ ਕਿ ਉਹਨਾਂ ਨੂੰ ਲੜਕਾ ਵਿਆਹ ਹੈ। ਉਹ ਕਿੰਨੀ ਪ੍ਰੋਬਲਮ ਆਈ ਹੋ ਗਿਆ ਨਾ ਵੀ ਲੜਕੀ ਕੁਛ ਤਾਂ ਦੇਖੀ ਉਹਨਾਂ ਜਦ ਗਏ ਨਾ ਪਾ ਤਾਂ ਲੈ ਹੈ ਚਾਰ ਜਣੇ ਘਰ ਰੋਟੀਆਂ ਮਾਈ ਹਵਦੀ ਮੌਤ ਲੈ ਗਈ ਉਹਦਾ ਗੁਰਦੁਆਰੇ ਥਾਲੀਆਂ ਖਾ ਛੱਡੀਆਂ ਸੀ ਦਵਾਈ ਵਾਲੀ ਵਕਤ ਪਾਇਆ ਹੁੰਦਾ ਸੀ ਅੰਦਰ ਟਕਟ ਅੰਦਰ ਫਰੇਬ ਲਿਖਿਆ ਹੋਇਆ ਹੈ ਉਸ 'ਤੇ ਨਿਗਾਹ ਰੱਖੀ ਹੋਈ ਹੈ ਕਿਤੇ ਸਾਡੀ ਧੀ ਵਿਆਹੀ ਜਾਵੇ ਸਾਡਾ ਫਿਰ ਟੂਣੇ ਕਰ ਕਰਕੇ ਬਾਬੇ ਵੱਲ ਜਾਣੀ ਜਾਂਦੇ ਹਾਂ ਗੁਰਦੁਆਰੇ ਆਈ ਜਾਂਦੇ। ਇਹ ਮਾਨਸਿਕ ਇਹੋ ਜਿਹੜਾ ਮਾਨਸਿਕ ਬਿਮਾਰੀ ਇਹੋ ਜਿਹੜਾ ਪਰੇਸ਼ਾਨੀ ਹੋਰ ਕੀ ਹੈ ਇਹੋ ਜਿਹੀ ਬਿਮਾਰੀਆਂ ਨੇ ਜਿਹੜੀਆਂ ਗੁਰਦੇਵ ਸਾਡੇ ਹਿਰਦੇ ਵਿੱਚੋਂ ਜੀਵਨ ਵਿੱਚੋਂ ਬਾਹਰ ਕਰਨਾ ਚਾਹੁੰਦੇ ਨੇ। ਮੈਂ ਕਿਹਾ ਭੈਣੇ ਹੁਣ ਬਿਲਕੁਲ ਨਾ ਡਰੀ, ਤੂੰ ਦਲੇਰੀ ਕੀਤੀ ਹੈ ਸਾਡੇ ਦਸੋਂ ਤੋਂ ਪਹਿਲਾਂ ਹੀ ਕਰ ਲਈ ਮੈਂ ਲਹਿਰ ਸੁੱਟ ਪੈਣੀ ਬਿਲਕੁਲ ਘਬਰਾਉਣ ਦੀ ਲੋੜ ਨਹੀਂ। ਕਹਿੰਦੀ ਹੁਣ ਇੱਕ ਡਰ ਬਹਿ ਗਿਆ ਨਾ ਥੋੜ੍ਹਾ ਹੁੰਦਾ ਹੀ ਇਹਨਾਂ ਭੈਣਾਂ ਨੂੰ ਬਾਣੀ ਦਾ ਬਾਣੀਆਂ ਨਹੀਂ ਪੜ੍ਹਦੀ ਹੁਣ ਕਿੱਥੋਂ ਲੱਗਦੀਆਂ ਜੀ ਭੈਣਾਂ ਮੀਆਂ ਬੰਦ ਦੀ ਜੇਲ੍ਹ ਵਰਗੀਆਂ ਕਿੱਥੋਂ ਲੱਗਦੀਆਂ ਸਮਾਜ ਵਿੱਚ ਰਿਵਾਜ ਕਿਆ ਨੇ ਉਹ ਭੈਣਾਂ ਜਿਹੜੀਆਂ ਮੀਰ ਬੰਦ ਦੀ ਜੇਲ੍ਹ ਵਿੱਚ ਬਹਿ ਕੇ ਵੀ ਬੱਚੇ ਦੇ ਟੁਕੜੇ ਕਰਵਾ ਗੱਲਾਂ ਵਿੱਚ ਹਾਰ ਪਾ ਕੇ ਉਹ ਮੀਰ ਮਨੂ ਦੀ ਅੱਖਾਂ 'ਚ ਅੱਖਾਂ ਪਾ ਗੱਲਾਂ ਕਰਦੀਆਂ ਨੇ ਕਰੀ ਧਾਰੀਆਂ ਧੀਆਂ ਹਾਂ ਸੀ ਕਿੱਥੋਂ ਲੱਗੀਆਂ ਸਮਾਜ ਵਿੱਚ ਐਸ਼ ਪ੍ਰਸਤੀ ਵਿੱਚ ਫੈਸ਼ਨ ਪ੍ਰਸਤੀ ਵਿੱਚ ਧੀਆਂ ਬੱਚੀਆਂ ਮਾਵਾਂ 'ਚ ਗਵਾ ਗਈਆਂ ਨੇ। ਸਰ ਵੇਖੋ
ਉਹ ਮੀਰਮਣੀ ਦੇ ਜਿਹੜੇ ਪੁੱਤਰ ਦੇ ਟੁਕੜੇ ਗਲ ਚ ਪਵਾ ਕੇ ਨਹੀਂ ਡੋਲਦੀਆਂ ਸੀ, ਨਾਰੀਅਲ ਦੇਖ ਕੇ ਇੰਨਾ ਫੈਸਲਾ ਨਹੀਂ ਤਾਂ ਸਿੱਧੇ ਨਹੀਂ ਲੈ ਜਾਂਦੇ ਸੀ। ਇੰਨੇ ਕੁ ਭੈਣ ਦੇ ਪਾਪ ਸਿਆਣੀ ਹੁੰਦੇ ਤਾਂ ਦੱਸ ਰਿਹਾ ਇਸ ਰੇਡੀਓ ਚੈਨਲ ਦੇ ਰਾਹੀਂ ਕੋਈ ਘਰ ਵੀ ਨਹੀਂ ਭੈਣ ਸੁਣਦੀ ਹੋਵੇ ਤੇ ਭੈਣੇ ਪ੍ਰਚਾਰ ਦੇ ਬਾਬੇ ਨੂੰ ਪੁੱਛਣ ਦੀ ਲੋੜ ਨਹੀਂ, ਹਿੰਮਤ ਕਰਕੇ ਆਪ ਵੀ ਪਾਣੀ ਸੁਣਦੇ ਕੁਝ ਵੀ ਨਹੀਂ ਹੁੰਦਾ। ਵੈਸੇ ਬੇਨਤੀ ਕਰਾਂ ਜਿਹੜੇ ਟੂਣੇ ਵਾਲੇ ਨਾਰੀਅਲ ਅਸੀਂ ਖਾਦੇ ਨੇ ਕਾਲਜ ਪੜ੍ਹਦੇ ਸ਼ਾਇਦ ਕਿਸੇ ਨੇ ਨਹੀਂ ਖਾਣੇ, ਤਮਲਿਆਂ ਨੂੰ ਬੋਲੀ ਜਾਂਦੇ ਤੁਹਾਡੇ ਸਾਹਮਣੇ ਅੰਦਰ ਡਾਲਾ ਲਓ ਤੁਸੀਂ ਇਹ ਤੁਸੀਂ ਤਮਲ ਕਹਿ ਲਓ ਮਰਜ਼ੀ ਕਹਿ ਲਓ ਜਿੰਨੇ ਅਸੀਂ ਖਾਦੇ ਕੱਖ ਨਹੀਂ ਹੁੰਦਾ, ਇੰਨਾ ਸਖਤ ਲਾ ਗਿਆ ਉਹ ਸਰੇ ਨੂੰ ਸਿੱਧੀ ਗੱਲ ਵਿੱਚ ਵੜਦੇ ਵਾਲੇ ਕੀ ਬਾਤ ਬੁਲਾਉਂਦੇ ਜੀ, ਪਰ ਲੋੜ ਨਹੀਂ ਆਉਂਦੇ। ਉਹ ਨਾਰੀਅਲ ਫਰੂਟ ਦੀ ਦੁਕਾਨ ਤੇ ਪਜਾਉਂਦਾ ਚੰਗਾ ਲੱਗਦਾ, ਲੋਕ ਘਰ ਲੈ ਕੇ ਆਉਂਦੇ ਨੇ ਸਰਨ ਦੇ ਟੋਕਰੇ ਦੇ ਨਾਲ, ਰਾਤ ਨੂੰ ਚੱਲ ਰਿਹਾ ਦੇ ਪਵੇ ਨਾ ਚੰਗੇ ਪਾਏ ਬੰਦੇ ਨਹੀਂ ਚੱਲਦੇ, ਦਿੱਤਾ ਉਦਾਂ ਹੀ ਖਰੀਦਿਆ ਉਦਾਂ ਹੀ। ਇਹੋ ਸਾਡੇ ਸਮਾਜ ਦੀ ਸਮੱਸਿਆ, ਇਹ ਮਾਨਸਿਕ ਤੌਰ ਤੇ ਬਿਮਾਰ ਬੰਦਿਆਂ ਦੀਆਂ ਨਿਸ਼ਾਨੀਆਂ ਨੇ, ਗੁਰਦੇਵ ਦੀਆਂ ਵਹਿਮਾਂ ਚੋਂ ਭਰਮਾਂ ਚੋਂ ਪਖੰਡ ਤੋਂ ਸਾਨੂੰ ਬਾਹਰ ਕੱਢੇ। ਖੈਰ ਗੱਲ ਕਰ ਰਹੇ ਸੀ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਵੈਦ ਰੋਗੀ ਪ੍ਰਭ, ਜਿਵੇਂ ਇੱਕ ਸਿਆਣਾ ਵੈਦ ਰੋਗੀ ਪ੍ਰਭ ਕਹਿੰਦੇ ਨਾ ਬਿਥਾਰ ਬਿਥਾ, ਉਹ ਡਰਾਉਂਦਾ ਨਹੀਂ ਸੰਜਮ ਕੇ ਔਖਰ ਖਵਾ ਲਿਆ ਉਹਦੇ ਦੰਦ ਹੈ, ਸੰਜਮ ਚ ਰੱਖ ਕੇ ਨਾ ਉਹਦੇ ਰੋਗ ਨੂੰ ਦੰਦ ਦਿੰਦਾ। ਕਹਿੰਦਾ ਸੰਜਮ ਆਹ ਮਰਿਆਦਾ ਪਾਣੀ ਜਾ, ਤੂੰ ਲੰਬੀ ਹੋਣ ਭੋਗੇਗਾ, ਕੁਝ ਨਹੀਂ ਹੋਇਆ ਤੈਨੂੰ, ਘਬਰਾ ਨਾ ਸਿਆਣੇ ਦਾ ਨਿਸ਼ਾਨੀ। ਇਹਦੇ ਵਿੱਚ ਗੁਰੂ ਵੈਦ ਹੈ, ਮੇਰਾ ਵੈਦ ਗੁਰੂ, ਪੜੋ ਜੀ ਮੇਰਾ ਵੈਦ ਗੁਰੂ, ਹਰ ਹਰ ਨਾਮ ਕਾਟੇ ਜਨ ਕੀ ਤੀਜੀ ਤੁਰ ਭਾਈ ਸਾਹਿਬ ਸਿੰਘ ਜੈਸੇ ਭੂਲ ਚੂਕ ਚੰਗਿਆ ਕੀਨਾ ਵਿਚਾਰੇ ਬੰਦ, ਜੈਸੇ ਭੂਲ ਚੂਕ ਚੰਗਿਆ ਕੀਨਾ ਵਿਚਾਰੇ ਬੰਦ, ਇਹ ਬਚਨ ਕਿਹਦੇ ਨੇ ਸਾਹ ਸਿਰਾਂ ਭਲਾ ਭਾਈ ਗੁਰਦਾਸ ਜੀ ਦੇ। ਵੈਸੇ ਅੱਜ ਦੇ ਸਮੇਂ 'ਚ ਸਨਮਾਨ ਕਰਨਾ ਚਾਹੀਦਾ ਜਿਹਨਾਂ ਕੋਲੋਂ ਭਾਈ ਗੁਰਦਾਸ ਜੀ ਦੇ ਵਿੱਚ ਕੁਬੇ ਕੁਤੇ ਵਾਲਾ ਨਾ ਜਾਣ, ਸੱਚੀ ਗੱਲ ਹੈ ਉਹਨੇ ਸਨਮਾਨ ਕਰੇ ਗੁਰਦੁਆਰੇ ਜਾ ਕੇ ਦੁਆਈ ਰਾਮ ਜੀ ਤੇਰੇ ਘਰ ਸ਼ਰਾਬਾ ਪਾਉਣ ਨੂੰ ਜੀ ਕਰਦਾ, ਤੂੰ ਭਾਈ ਗੁਰਦਾਸ ਸਮਝ ਰੱਖਿਆ ਗੁਰਦਾਸ ਮਹਾਰਾਜ ਦੀਆਂ ਸੀਡੀਆਂ ਤੇ ਬੜਿਆ ਲੋਕਾਂ ਸਮਝੀਆਂ, ਕਲਾਕਾਰਾਂ ਦੇ ਗਾਣੇ ਤੇ ਬਹੁਤ ਸਮਝੇ, ਦੁਆਈ ਰਾਮ ਜੀ ਕੋਈ ਹੈ ਭਾਗਾਂ ਵਾਲਾ ਪਰਿਵਾਰ ਟੱਬਰ ਹੈ ਜਿਹਨੇ ਭਾਈ ਗੁਰਦਾਸ ਜੀ ਦੇ ਦੀਵਾਰ ਹੀ ਦਰਸ਼ਨ, ਜੇ ਇਹਨਾਂ ਦਾ ਅਸੀਂ ਪਾਠ ਕਰੀਏ ਨਾ ਸੱਸ ਨੇ ਵਿਸ਼ਵਾਸ ਨਾ ਕਰਕੇ ਨਾ ਤੁਸੀਂ ਇਹਨਾਂ ਦਾ ਪਾਠ ਕਰਨਾ ਸ਼ੁਰੂ ਕਰੋ, ਇਹਨਾਂ ਦਲੀਲਾਂ ਤੁਹਾਡੇ ਪਾ ਲੈਣਗੇ, ਤੁਹਾਡੇ ਸਾਹਮਣੇ ਸਹਿਮ ਜੁੜਦਾ ਕੋਈ ਨਹੀਂ, ਤੁਹਾਨੂੰ ਸਮਝ ਆ ਜਾਣੀ ਕਿ ਸਾਨੂੰ ਇਹਨਾਂ ਤੇ ਰੁੱਟਿਆ ਜਦੋਂ ਹੋਈ ਜਾਵੇ। ਔਰ ਇਹਨੂੰ ਉਦਾਹਰਨ ਪਹਿਲੀ ਮਾਂ ਵਾਲੀ ਜਿੱਤੇ ਸਾਨੂੰ ਚੇਤਾ ਭੁੱਲਣ ਦੀ ਵੀ ਮਾਂ ਬੱਚੇ ਨੂੰ ਕਿਵੇਂ ਪਿਆਰ ਕਰਦੀ ਹੈ, ਕਿਵੇਂ ਉਹਦੇ ਉਹਦੇ ਹੱਥੋਂ ਸਭ ਸ਼ਰਾਰ ਕਿਵੇਂ ਸ਼ਾਦੀਆਂ ਲਾਉਂਦੀ, ਜਿਵੇਂ ਸਿਆਣਾ ਵੈਦ, ਇੱਕ ਸਿਆਣਾ ਵੈਦ ਸਿਆਣਾ ਕਿਉਂ ਮਰੀਜ਼ ਦਾ ਇਲਾਜ ਕਰਦਾ। ਤੀਸਰੀ ਉਦਾਹਰਨ ਜੈਸੇ ਭੂਲ ਚੂਕ ਚੰਗਿਆ ਕੀਨਾ ਵਿਚਾਰੇ ਬੰਦ, ਤੁਸੀਂ ਵੇਖਿਆ ਬੱਚੇ ਨੂੰ ਪਹਿਲੇ ਦਿਨ ਸਕੂਲੇ ਜਾਵੇ ਉਹ ਕਈ ਵਾਰੀ ਪ੍ਰਿੰਸੀਪਲ ਦੀ ਕੁਰਸੀ ਜਾ ਪੈਂਦਾ, ਕਈ ਵਾਰੀ ਟੀਚਰ ਦੀ ਕੁਰਸੀ ਜਾ ਪੈਂਦਾ, ਕਈ ਵਾਰੀ ਉਹ ਪ੍ਰਿੰਸੀਪਲ ਦਾ ਟੀਚਰ ਦਾ ਨਾਸ਼ਤਾ ਕੱਢ ਕੇ ਲੰਚ ਕੱਢ ਕੇ ਖਾ ਜਾਂਦਾ। ਹੁਣ ਹੌਲੀ ਹੌਲੀ ਜੋ ਹੋਣਾ ਸਮਾਂ ਸਿਆਣਾ ਹੋਣਾ, ਹੌਲੀ ਹੌਲੀ ਟੀਚਰ ਨੂੰ ਪਿਆਰ ਕਰਦਾ, ਮੱਥਾ ਚਾਹੁੰਦਾ। ਹੁਣ ਪਿੰਡਾਂ ਵਿੱਚ ਆਂਗਣ ਵਾਲੇ ਸਕੂਲ ਬਣੇ ਨੇ, ਉੱਥੇ ਬੱਚਿਆਂ ਨੂੰ ਕਿੱਦਾਂ ਬੈਠਣਾ, ਉਹਨਾਂ ਨੂੰ ਸਕੂਲੇ ਜਾਣ ਤੋਂ ਪਹਿਲਾਂ ਪਹਿਲਾਂ ਟ੍ਰੇਨ ਦਿੰਦੇ ਨੇ ਬੱਚੇ ਨੂੰ। ਸਿਆਣਾ ਕਿਤੇ ਦਾ ਰੋਲ ਹੀ ਹੋ ਨਾ ਵੀ ਉਹ ਬੱਚੇ ਨੂੰ ਬੱਚੇ ਵਰਗਾ ਹੋ ਜਾਣਾ, ਐ ਬੱਚੇ ਵਰਗਾ ਹੋ ਗਿਆ ਉਹਨੂੰ ਪਿਆਰ ਕਰਨਾ। ਜੈਸੇ ਭੂਲ ਚੂਕ ਚੰਗਿਆ ਕੀਨਾ ਵਿਚਾਰੇ ਬੰਦ, ਸਿਆਣੇ ਬੰਦੇ ਦੀ ਗੱਲ ਕੀ ਹੋ, ਉਹ ਭੁੱਲ ਚੁੱਕ ਨਹੀਂ ਜਾਣਦਾ ਆਪਣੇ ਸਟੂਡੈਂਟ ਨੂੰ। ਜੈਸੇ ਭੂਲ ਚੂਕ ਚੰਗਿਆ ਕੀਨਾ ਵਿਚਾਰੇ ਬੰਦ, ਦੇਹ ਦੇ ਸਿੱਖਿਆ ਸਿੱਖਿਆ ਦੇ ਦੇ ਕੇ ਮੂਰਖ ਤੋਂ ਮਤ ਖੰਡ ਹੈ, ਉਹਦੀ ਮੂਰਖਾਂ ਵਾਲੀ ਮਤ ਨੂੰ ਪਾਸੇ ਕਰ ਦਿੰਦਾ ਤੇ ਉਹਦੇ ਵਿੱਚ ਸੋਹਣਾ ਸਟੂਡੈਂਟ ਇੱਕ ਜਨਮ ਲੈਂਦਾ। ਇਹਦੇ ਲਈ ਅਖੀਰ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਪੈਸੇ ਫੇਕ ਅਵਗੁਣ, ਇਹ ਹੈ ਮੇਨ ਹੁੰਦਾ ਤੇਨ ਉਦਾਹਰਨ ਲੱਗੀਆਂ ਅਖੀਰ ਤੇ ਕਹਿੰਦੇ ਪੈਸੇ ਫੇਕ ਅਵਗੁਣ। ਇਸ ਤਰ੍ਹਾਂ ਗੁਰੂ ਆਪਣੇ ਆਉਣ ਵਾਲੇ ਸਿੱਖ ਵਿੱਚ ਸ਼ਿਸ਼ ਵਿੱਚ ਅਵਗੁਣ ਵੇਖ ਵੀ ਲੈਂਦਾ ਹੈ ਪਰ ਰੌਲਾ ਨਹੀਂ ਪਾਉਂਦਾ,
ਵੀ ਔਗਣਕਾਰੀ ਮੇਰੇ ਕੋਲ ਕੀ ਲੈਣਾ ਹੈ, ਰੌਲਾ ਨਹੀਂ ਪਾਉਂਦਾ। ਉਹ ਕਹਿੰਦਾ ਨਹੀਂ ਔਗਣਾ ਮੇਰੇ ਕੋਲ ਹੋਣਾ। ਕਈ ਕਹਿਣਗੇ ਮੈਂ ਨਵਸੁਰ ਤੋਂ ਅਖਾ ਕੇ ਬਿਜਲੀ ਆ ਜਾਂਦੀ ਚਲੀ, ਵੀ ਸ਼ੁਭ ਹੈ ਇਸ ਬਿਜਲੀ ਨੂੰ ਤਿਹਾਜ ਦੱਸ ਪਿਆ ਤੁਹਾਨੂੰ ਲੈ ਕੇ ਵੀ ਦੱਸੇ। ਇਹ ਵੀ ਇੱਕ ਤਰਣੀ ਗੱਲ ਹੈ ਵੀ ਇਸ ਬਿਜਲੀ ਨੂੰ ਤਿਹਾਜ ਦੱਸ ਪਿਆ, ਪਤਾ ਨਹੀਂ ਤੁਹਾਡੀਆਂ ਬਿਜਲੀਆਂ ਨੂੰ ਅੱਜ ਤੋਂ ਦੱਸਣਾ। ਵੀ ਇਹ ਤੇ ਆਉਂਦੀਆਂ ਬਿਜਲੀ ਉਹ ਨੇ ਜਿਹੜੇ ਚੂਹੇ ਖਾਦੇ ਨੇ, ਜਿਹੜਾ ਚੂਹੇ ਖਾਣੇ ਛੱਡਦੇ ਨਾ, ਉਹਦੇ ਆਉਣ ਦੀ ਲੋੜ ਹੀ ਨਹੀਂ। ਮਰੀਜ਼ ਤੇ ਬੰਦਾ ਹੀ ਹੋਸਪਿਟਲ ਆਉਂਦਾ ਹੈ ਨਾ, ਮਰੀਜ਼ ਬੰਦੇ ਨੇ ਤੇ ਆਉਣਾ, ਬਿਮਾਰ ਬੰਦਾ ਹੀ ਹੋਸਪਿਟਲ ਦਾ ਕੰਮ ਉਸ ਨੂੰ ਭਲਾ ਹੋਸਪਿਟਲ ਦੀ ਕੀ ਜ਼ਰੂਰਤ ਹੈ। ਕੱਪੜਾ ਗੰਦਾ ਹੀ ਤੇ ਮਸ਼ੀਨ ਵਿੱਚ ਪਾਇਆ ਜਾਂਦਾ, ਸਾਫ਼ ਕੱਪੜੇ ਤੇ ਮਸ਼ੀਨ ਦੀ ਲੋੜ ਹੀ ਨਹੀਂ, ਉਹਦੇ ਤਾਂ ਦੇ ਉੱਤੇ ਪਾਉਣ ਦੀ ਲੋੜ। ਹੁਣ ਪੈਸੇ ਪੇਟ ਅਵਗੁਣ ਕਰੇਗਾ ਸਰਵ ਕੰਮ, ਅਵਗੁਣ ਲੈ ਕੇ ਗੁਰੂ ਰੌਣਾ ਨਹੀਂ ਪਾਉਂਦਾ। ਪੂਰਨ ਵਿਵੇਕ ਗਿਆਨ ਪ੍ਰਚੰਡ ਹੈ, ਆਪਣਾ ਗਿਆਨ ਦੇ ਕੇ ਵਿਵੇਕਤਾ ਦੇ ਕੇ ਅੰਦਰ ਦੀ ਕਾਇਰਤਾ ਹੋ ਕੇ ਗੁਰੂ ਬਾਹਰ ਕਰ ਦਿੰਦਾ ਹੈ। ਬਸ ਗੁਰੂ ਦਾ ਰੋਲਾ ਹੈ, ਗੁਰੂ ਦਾ ਰੋਲ ਜਿਹਨੂੰ ਜਾ ਹੈ ਤੈਸੇ ਪੇਟ ਅਵਗੁਣ। ਗੁਰੂ ਆਪਣੇ ਆਉਣ ਵਾਲੇ ਸ਼ਿਸ਼ ਵਿੱਚ ਅਵਗੁਣ ਲੈ ਕੇ ਰੋਣਾ ਨਹੀਂ ਪਾਉਂਦਾ, ਦੱਸ ਦਿੰਦਾ ਆਹ ਅਵਗੁਣ ਦੂਰ ਕਰ ਲੈ, ਤੂੰ ਤਾਲ ਦਾ ਬਣ ਜਾਂਦਾ ਹੈ, ਅਵਗੁਣਾ ਉਹ ਧਿਆਨ ਦਵਾ ਦਿੰਦਾ ਹੈ ਆਹ ਅਵਗੁਣ। ਵੈਸੇ ਸਿਰ ਦੇ ਵਿੱਚ ਬਾਣੀ ਪਾਣੀ ਤਾਂ ਅਵਗੁਣ ਕੱਢੀ ਜਾ, ਗੁਣ ਵੱਧਦੇ ਜਾ, ਤਾਂ ਇਹ ਕੀ ਕਰਨ ਦੀ ਲੋੜ ਹੈ, ਰੋਸ਼ਨੀ ਕਰਦੀ ਗਈ, ਰੋਸ਼ਨੀ ਕਰਦੀ ਹੈ ਮੇਰਾ ਆਪਣੇ ਆਪ ਨੂੰ ਬੋਲ ਜਾਂਦੇ, ਰੋਸ਼ਨੀ ਕਰਦੀ ਹੈ ਗੁਰਬਾਣੀ ਸਜਾਗਨ ਹੈ ਚਾਨਣ, ਇਹ ਗੁਰਬਾਣੀ ਦੀ ਚਾਨਣ ਹੈ, ਰੋਸ਼ਨੀ ਹੈ। ਜਦੋਂ ਸਾਡੇ ਜੀਵਨ ਚ ਰੋਸ਼ਨੀ ਆਏਗੀ, ਨਾਨਕ ਜੇਤੇ ਹੇ ਨਾਨਕ ਆਖ ਅਵਗੁਣ ਜੇਤੜੇ, ਜਿੰਨੇ ਵੀ ਅਵਗੁਣ ਤੇਤੇ ਗਲੀ ਜੰਜੀਰ, ਜੇ ਗੁਣ ਹੋਵਣ ਤਾਂ ਕੱਟੀਆਂ ਸੇ ਭਾਈ ਸੇਵੀ, ਜਿੰਨੇ ਅਵਗੁਣ ਨੇ ਉਹਦੀਆਂ ਜੰਜੀਰਾਂ ਨੇ, ਇਹਨਾਂ ਜਗੀਰਾਂ ਨੂੰ ਕੌਣ ਕੱਟੂ, ਨਾ ਕੋਈ ਪਾਠ ਨਾ ਕੋਈ ਪੂਜਾ ਨਾ ਤੇਰੀ ਅਰਦਾਸ ਕਰਨਾ, ਗੁਣਾਂ ਨੇ ਬਾਣੀ ਤਾਂ ਲਿਖਿਆ ਵੇ ਗੁਣ ਕੀਤੇ ਆਏ ਗੁਰੂ ਦਾ ਫੈਸਲਾ। ਅਸਲ ਵਿੱਚ ਗੁਣ ਹੀ ਭਗਤੀ ਹੈ, ਤੂੰ ਪਾਠ ਕਰਨਾ ਗੁਣ ਪੈਦਾ ਕਰਨ ਲਈ, ਤੂੰ ਗੁਰਦੁਆਰੇ ਆਉਣਾ ਹੈ ਗੁਣ ਪੈਦਾ ਕਰਨ ਲਈ, ਤੇ ਫੈਸਲਾ ਕਰ ਜਿੱਦਣ ਪਹਿਲੇ ਦਿਨ ਗੁਰੂ ਕੋ ਆਇਆ ਸੀ ਕਿਹੜਾ ਅਵਗੁਣ ਸੀ, ਹੁਣ ਕਿਹੜਾ ਅਵਗੁਣ ਨਿਕਲਿਆ ਤੇ ਕਿਹੜਾ ਗੁਣ ਪੈਦਾ ਹੋਇਆ, ਫਿਰ ਗੁਰੂ ਹੋਰ ਪਿਆਰਾ ਮਿਲੇਗਾ। ਸਿਮਰ ਮਨਾ ਕਿਹਦਾ ਯਾਦ ਕਰ, ਸਿਮਰ ਮਨਾ ਰਾਮ ਨਾਮ ਚਿਤਾਰੇ, ਚਿਤ ਲਾ ਕੇ ਬਸ ਰਹੇ ਤੇ ਗੁਰ ਚਿਨ ਪੂਰੇ ਮਾਰ ਜਿਹਨੇ ਬਤਾਇਆ। ਹੁਣ ਸਾਹ ਸਿੱਧੇ ਤੋਂ ਭੋਗ ਦਾ ਪਤਾ ਕਰਨ ਭਗਵਾਨ, ਤੁਸੀਂ ਆਪਣੇ ਘਰ ਤੋਂ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾਣਾ ਹੋਵੇ, 100 ਕਿਲੋਮੀਟਰ ਦੂਰ ਹੋਵੇ, ਇੱਕੋ ਸਿਮਰ ਰੋਡ ਜਾਂਦਾ ਹੋਵੇ, ਕਦੇ ਭੁੱਲੋਗੇ? ਪਹਿਲੀ ਵਾਰੀ ਜਾਣਾ ਹੋਵੇ ਤਾਂ ਵੀ ਭੁੱਲੋਗੇ, ਪਰ ਜੇ ਰਸਤੇ ਦੋ ਪਾਰ ਜਾਂ ਅੱਗੇ ਰਹਿ ਗਏ, ਤੁਸੀਂ ਕਦੇ ਦੇਖਣਾ ਲੋ ਆਪਾਂ ਕਦੇ ਰਸਤਾ ਪੁੱਛਦੇ ਹਾਂ ਕਿਸੇ ਕੋਲ ਤਾਂ ਸੈਨ ਕੋਲ ਕੋਈ ਨਾ ਲੱਗਾ ਹੋਵੇ, ਜਦੋਂ ਰਸਤੇ ਪਾਟਣਗੇ ਉਦੋਂ ਭੁੱਲਣ ਦਾ ਕਾਰਨ ਬਣਗੇ। ਉਹਨਾਂ ਚੋਂ ਇੱਕ ਤੁਹਾਡੀ ਮੰਜ਼ਿਲ ਵੱਲ ਜਾਂਦਾ ਤੇ ਇੱਕ ਤੁਹਾਨੂੰ ਮੰਜ਼ਿਲ ਤੋਂ ਦੂਰ ਕਰਦਾ, ਕਦੇ ਦੇਖਣਾ ਤੁਸੀਂ ਜਿੱਥੇ ਸਿੱਧਾ ਰਸਤਾ ਜਾਂਦਾ ਹੈ ਤੁਸੀਂ ਕਦੇ ਨਹੀਂ ਪੁੱਛਦੇ। ਆਪਾਂ ਕਿਸੇ ਨੂੰ ਰਸਤਾ ਪੁੱਛਿਆ ਭਾਈ ਫਲਾਣੀ ਜਗ੍ਹਾ ਜਾਣਾ, ਉਹ ਤੁਹਾਨੂੰ ਦੱਸ ਦਿੱਤਾ ਭਾਈ ਇੱਥੋਂ 20 ਕਿਲੋਮੀਟਰ ਦੂਰ ਹੈ, 6 ਕਿਲੋਮੀਟਰ ਤੇ ਆਣ ਕੇ ਰਸਤੇ ਦੋ ਪਾ ਲਈਆਂ, ਫਿਰ ਅਸੀਂ ਕਦੇ ਖੜਾ ਲਈਆਂ, ਹੁਣ ਉੱਥੇ ਅਸੀਂ ਰਸਤਾ ਪੁੱਛਾਂਗੇ। ਜੇ ਤੇ ਕਿਸੇ ਨੂੰ ਪਤਾ ਹੋਇਆ ਮੰਜ਼ਿਲ ਵੱਲ ਸਾਨੂੰ ਪਾ ਦੇਵੇਗਾ, ਜੇ ਕਿਸੇ ਨੂੰ ਨਾ ਪਤਾ ਹੋਣਾ ਪਤਾ ਕੀ ਹੈ, ਜਿੰਨਾ ਅਸੀਂ ਤੁਰਨਾ ਹੈ ਮੰਜ਼ਿਲ ਤੋਂ ਦੂਰ ਹੁੰਦੇ ਜਾਣਾ ਹੈ। ਇਹ ਜੋ ਰਿਹਾ ਸਰਗੁਰ ਨੇ ਆ ਗਿਆ ਭੁੱਲਦਾ ਬੰਦਾ ਕਦੋਂ ਰਸਤੇ ਦੋ ਦਿਨ, ਤੇ ਇੱਕ ਰਸਤਾ ਇੱਕੋ ਹੀ ਇੱਕੋ ਹੈ ਭਾਈ ਸਾਹਿਬ ਮੇਰਾ ਹੁਸਤੇ ਜਾਂ ਰਸਤੇ ਪਤਾ ਨਹੀਂ ਕਿੰਨੇ ਬਣ ਗਏ, ਉਹਦੇ ਜਿਵੇਂ ਜਲੇਬੀ ਵਾਲਾ ਸਿਸਟਮ ਬਣ ਗਿਆ, ਪਤਾ ਨਹੀਂ ਕਿੰਨੇ ਆ, ਕੁਛ ਬੱਚੇ ਨੇ ਉੱਥੇ ਵਿਚਾਰੇ ਭਜਨ ਹੋ ਗਏ ਵੀ ਕਿੱਧਰ ਚਲੀ ਹੋਣੀ, ਸਾਰੀ ਜ਼ਿੰਦਗੀ ਘੁੰਮਣ ਘੇਰੀਆਂ 'ਚ ਪੈ ਗਿਆ ਹੈ। ਅਸਲ ਵਿੱਚ ਪੁੱਛਣ ਵਾਲੇ ਨਹੀਂ ਅਣਜਾਣਦੇ, ਦੱਸਣ ਵਾਲੇ ਨਹੀਂ ਅਣਜਾਣ, ਕਿਹਾ ਨਾ ਗੁਰੂ ਅੰਗਦ ਸਾਹਿਬ ਨੇ, ਮੈਂ ਕਹਿੰਦਾ ਗੁਰੂ ਅੰਗਦ ਸਾਹਿਬ ਨੇ ਆਪਣਾ ਨਿੱਜੀ ਤਜਰਬਾ ਆਪਣੇ ਸਰੋਤਾਂ 'ਚ ਬਿਆਨ ਕਰਤਾ। ਗੁਰੂ ਅੰਗਦ ਸਾਹਿਬ ਕਹਿੰਦੇ ਨੇ ਅੰਧੇ ਕਹਿ ਰਾਹ ਦੱਸੇ, ਅੰਧਾ ਹੋ ਸਕਿਆ
ਹੁਣ ਪੁੱਛਣ ਵਾਲਾ ਵੀ ਹੈ ਨਾ, ਸੁਣੇ ਤੁਸੀਂ ਆਹ ਆਖਾਂ ਨਹੀਂ, ਪੁੱਛਣ ਵਾਲਾ ਵੀ ਹੈ ਗਿਆਨੀ ਤੇ ਦੱਸਣ ਵਾਲਾ ਵੀ ਅਗਿਆਨੀ। ਅੰਧੇ ਕਹਿਰਾ ਦੱਸੇ, ਅੰਧਾ ਹੋਏ ਸੋ ਜਾਏ, ਹੋਏ ਸੁਜਾਖਾ ਨਾ ਲਗਾ, ਸੋ ਕਿਉਂ ਉਜੜ ਪਾਏ। ਸੁਜਾਖਾ ਬੰਦਾ ਆਉਂਦੇ ਨਾ ਬਈ ਗੱਲ ਪੁੱਛੋ, ਜੇ ਉਹ ਤੇ ਉਹਨੇ ਧਿਆਨ ਲਿਆ ਕੇ ਪੁੱਛਣ ਤੋਂ ਪਿਆ, ਜਦੋਂ ਉਹਨੇ ਦੱਸਣਾ ਨਾਲ ਹੀ ਬਾਹਰ ਫੜ ਲੈਣੀ, ਗਲਤ ਗੁਮਰਾਹ ਕਰਦਾ ਲੋਕਾਂ ਨੇ, ਗਲਤ ਰਸਤੇ ਪਾਉਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਜਾਗੇ ਨੇ, ਕਦੀ ਹਰਿਦੁਆਰ ਜਾਂਦੇ ਨੇ, ਕਦੀ ਗੰਗਾ ਜਾਂਦੇ ਨੇ, ਕਦੀ ਪੁਰੀ ਜਾਂਦੇ ਨੇ, ਕਦੀ ਮੱਕੇ ਜਾਂਦੇ ਨੇ, ਆਪਸ ਜਾ ਕੇ ਨੇ ਪੁੱਛੋ, ਉਹਨਾਂ ਦਾ ਵੀ ਧਿਆਨ ਲੈਣ ਜਾਂਦੇ ਨੇ, ਜਿਹੜਾ ਰਾਹ ਦੱਸ ਰਹੇ ਹੋ ਕਿਹੜਾ ਨਾ ਜਾਣਦੇ ਰਾਹ ਗਲਤ ਕਰਨਾ, ਤੁਸੀਂ ਇਸ ਤਰ੍ਹਾਂ ਦੱਸ ਰਹੇ ਗੁਮਰਾਹ ਕਰ ਰਹੇ ਲੋਕਾਂ ਨੂੰ। ਜੇ ਇਸ ਤਰੀਕੇ ਨਾਲ ਤੂੰ ਤੁਰੇ ਪੜਿਆ ਜ਼ਿੰਦਗੀ ਸਫਲ, ਪਰ ਅੱਜ ਪ੍ਰੋਬਲਮ ਇਹ ਹੈ ਅਸੀਂ ਵੀ ਅਗਿਆਨੀ ਹਾਂ, ਜਿਹਨੂੰ ਕੋਈ ਪੁੱਛਣ ਜਾਣੇ ਉਹ ਵੀ ਅਗਿਆਨੀ, ਆਓ ਸਭ ਨੂੰ ਛੱਡ ਲਈਏ, ਇਹ ਗੁਰੂ ਤੇ ਭਰੋਸਾ ਰੱਖ ਲਈਏ, ਜਿਹੜਾ ਸਾਨੂੰ ਭੁੱਲਿਆਂ ਨੂੰ ਭਟਕਿਆਂ ਨੂੰ ਪੁਰਾਏ ਪਿਆਂ ਨੂੰ ਜ਼ਿੰਦਗੀ ਦਾ ਸਹੀ ਮਾਰਗ ਦਿਖਾਉਂਦਾ ਹੈ। ਜੇ ਮਾਰਗ ਆਖਿਆ ਜ਼ਿੰਦਗੀ ਨੂੰ ਦੱਸਦੀ ਤਰੀਕਾ ਗੁਰੂ ਦੱਸਦਾ ਹੈ, ਉਹਨੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਹੁਣ ਸਵਾਲ ਪੈਦਾ ਹੋ ਗਿਆ ਵੀ ਵੱਡਿਆਂ ਭਾਗਾਂ ਨੂੰ ਗੁਰੂ ਮਿਲਦਾ, ਹਾਰੇ ਹਾਰੇ ਲਗੇ ਜਿਹੜਾ ਵੱਡੇ ਭਾਗ ਹੋਣਗੇ ਤੇ ਗੁਰੂ ਮਿਲੇਗਾ, ਸਾਡੇ ਚ ਵੱਡੇ ਭਾਗ ਹੀ ਹੈ। ਵੱਡੇ ਭਾਗ ਜਦੋਂ ਬਣ ਜਾਂਦੇ ਨੇ ਗੁਰੂ ਕਦੋਂ ਮਿਲਦਾ, ਬੜੀ ਅਹਿਮ ਗੱਲ ਹੈ ਸਾਨੂੰ ਨੇ ਕਿਹਾ। ਦੇਖੋ ਬੰਧਨ ਕਾਟ ਮਨੁੱਖ ਗੁਰੂ ਬੰਧਨਾਂ ਤੋਂ ਮੁਕਤ ਕਰਦਾ ਹੈ। ਹੁਣ ਸਹਿਬ ਸੱਚੇ ਪਾਤਸ਼ਾਹ ਨੇ ਬੜੀ ਕੀਮਤੀ ਗੱਲ ਕਹੀ ਹੈ, ਬੰਧਨਾ ਹਰ ਬੰਧਨਾ ਗੁਣ ਗਾਓ ਗੋਪਾਲ ਵਾਲੇ। ਹੇ ਭਾਈ ਉਸ ਦੋ ਪਾਰ ਜਿਹੜਾ ਧਰਤੀ ਨੂੰ ਪਾਲਣ ਵਾਲਾ ਨਾ, ਉਹਦੇ ਗੁਣ ਗਾਉਣੇ ਹੀ ਅਕਾਲ ਗੁਰੂ ਨੂੰ ਬੰਧਨ, ਅਕਾਲ ਗੁਰੂ ਨੂੰ ਨਮਸਕਾਰ ਕਰਨੀ ਹੈ। ਬੰਧਨਾ ਹਰ ਬੰਧਨਾ ਗੁਣ ਗਾਓ ਗੋਪਾਲ ਲਾਏ। ਵੱਡੇ ਭਾਗ ਕਦੋਂ ਭਲਾ ਭੇਟੇ ਗੁਰਦੇ ਵਾਲੇ, ਜਦੋਂ ਗੁਰੂ ਮਿਲਦਾ ਤੇ ਵੱਡੇ ਭਾਗ ਬਣਦੇ ਨੇ। ਹੁਣ ਜੇ ਵੱਡੇ ਭਾਗ ਪਹਿਲੇ ਹੀ ਨਹੀਂ ਸਾਡੇ ਤੇ ਫਿਰ ਤੇ ਗੁਰੂ ਦੀ ਲੋੜ ਹੀ ਨਹੀਂ। ਜੇ ਵੱਡੇ ਭਾਗ ਦੇ ਘਰ ਵਿੱਚ ਨਹੀਂ ਬਣ ਕੇ ਜਾਣਾ ਤਾਂ ਵੱਡੇ ਭਾਗ ਹੋਣਗੇ ਤੇ ਭਾਈ ਗੁਰਦੁਆਰੇ ਜਾਵਾਂਗੇ। ਹੁਣ ਕੋਈ ਬੰਦਾ ਕਵੇ ਪਹਿਲਾਂ ਮੈਂ ਠੀਕ ਹੋ ਜਾਵਾਂ ਫਿਰ ਡਾਕਟਰ ਕੋਲ ਜਾਵਾਂਗਾ, ਕੋਈ ਬੰਦਾ ਕਵੇ ਪਹਿਲਾਂ ਮੈਨੂੰ ਪੜ੍ਹਨਾ ਲਿਖਣਾ ਆ ਜਾਏ ਫਿਰ ਸਕੂਲੇ ਜਾਵਾਂ, ਤਾਂ ਫਿਰ ਸਕੂਲ ਦੀ ਤਾਂ ਲੋੜ ਹੀ ਨਹੀਂ ਹੈ ਜੇ ਤੁਹਾਨੂੰ ਪੜ੍ਹਨਾ ਲਿਖਣਾ ਪਹਿਲਾਂ ਹੀ ਆਉਂਦਾ ਹੈ। ਗੁਰੂ ਜਦੋਂ ਜੀਵਨ ਚੱਲਦਾ ਤੇ ਵੱਡੇ ਭਾਗ ਹੋਣ ਜਾਵੇ। ਕਿਸੇ ਨੇ ਡਾਕਟਰ ਬਣਨਾ ਹੋਵੇ ਕਵੇ ਪਹਿਲਾਂ ਡਾਕਟਰ ਬਣ ਜਾਵਾਂ ਫਿਰ ਕੋਰਸ ਕਰਾਂਗਾ, ਫਿਰ ਭਾਈ ਜਾਵਾਂਗਾ ਮੈਂ ਡਿਪਲੋਮਾ ਕਰਨ ਵਾਸਤੇ, ਪਹਿਲਾਂ ਮੈਨੂੰ ਓਪਰੇਸ਼ਨ ਕਰਨਾ ਆ ਜਾਣਾ, ਕਦੇ ਇਹਦਾ ਹੁੰਦਾ। ਹੁਣ ਕੋਈ ਵਕੀਲ ਬਣਨਾ ਹੋਵੇ, ਵਕਾਲਤ ਕਰਨੀ ਹੋਵੇ, ਕਦੇ ਪਹਿਲਾਂ ਮੈਨੂੰ ਭਾਈ ਵਕਾਲਤ ਕਰਨੀ ਆ ਜਾਏ, ਮੈਂ ਸੇਵਾ ਤੋਂ ਕਰਾਂ ਫਿਰ ਮੈਂ ਪੜ੍ਹਾਈ ਕਰਾਂਗਾ, ਫਿਰ ਮੈਂ ਸਟੱਡੀ ਕਰਾਂਗਾ, ਸਟੱਡੀ ਤੋਂ ਬਾਅਦ ਵਕਾਲਤ ਕਰੇਗਾ, ਫਿਰ ਜਾ ਕੇ ਮੈਂ ਕਰਾਂਗਾ। ਜਦੋਂ ਧਰਮ ਦਾ ਮਸਲਾ ਆਇਆ ਕਹੇ ਬੇਟੇ ਵੇਖੋ ਭਾਈ ਵੱਡੇ ਭਾਗ ਹੋਣਗੇ ਤੇ ਗੁਰਦੁਆਰੇ ਸਿੰਘ ਚੱਲ ਜਾਓਗੇ। ਹੁਣ ਇਹ ਪਤਾ ਨਹੀਂ ਵੀ ਵੱਡੇ ਭਾਗ ਨੂੰ ਨਿਸ਼ਾਨੀ ਕੀ ਵੀ ਸਾਰੀ ਗੱਡੀ ਆਪੇ ਸਟਾਰਟ ਹੋ ਜਾਣੀ ਹੋਣੀ, ਵੀ ਆਪੇ ਅੱਜ ਡਰਾਈਵਰ ਦੀ ਲੋੜ ਨਹੀਂ, ਬਾਹਰ ਜਾਣਾ ਚਲੋ ਭਾਈ ਵੀ ਅੱਜ ਤੁਹਾਡਾ ਡਰਾਈਵਰ ਵੀ ਹੈ, ਮੈਂ ਤੁਹਾਨੂੰ ਗੁਰਦੁਆਰੇ ਲੈ ਜਾਂਦਾ, ਆਪੇ ਬਾਰਿਸ਼ ਖੁੱਲੇਗੀ, ਆਪੇ ਗੁਰਦੁਆਰੇ ਆਣਗੇ। ਪਤਾ ਨੂੰ ਰੱਬ ਜਾਣਦਾ ਵੀ ਉਹ ਨਿਸ਼ਾਨੀ ਕੀ ਹੈ ਜਿਹੜੀ ਅਸੀਂ ਸੋਚ ਕੇ ਬੈਠੇ। ਗੁਰੂ ਜੀ ਨੂੰ ਜਾ ਜਾ ਵੱਡੇ ਭਾਗ ਨੂੰ। ਹੁਣ ਸਾਗੋ ਜੀ ਕਹਿੰਦੇ ਭੂਲ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵੱਡ ਭਾਗ ਹੀ ਪਾਇਆ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ। ਇਹ ਬੰਧਨ ਨੇ, ਕਾਮ ਬੰਧਨ ਹੈ, ਕ੍ਰੋਧ ਬੰਧਨ ਹੈ, ਲੋਭ ਮੋਹ ਬੰਧਨ ਨੇ, ਬੰਧਨ ਨਹੀਂ ਪਿਆਰ ਬੰਧਨ ਨਹੀਂ ਹੈ, ਲੋਭ ਬੰਧਨ ਹੈ, ਪਿਆਰ ਦੇ ਸਾਰੇ ਨਾਲ ਇੱਕੋ ਜਿਹਾ ਹੈ। ਮੋਹ ਕੀ ਹੈ, ਬੰਦਾ ਕਹਿੰਦਾ ਮੇਰੇ ਬੱਚੇ ਰੋਟੀ ਕਿਹੜੇ, ਦੂਜਾ ਵੀ ਕੋਈ ਪਰਵਾਹ ਨਹੀਂ।
ਮੇਰਾ ਕਿਰਪਾ ਰੱਜ ਕੇ ਰੋਟੀ ਖਾਵੇ, ਮੈਨੂੰ ਕਿਸੇ ਦੀ ਪਰਵਾਹ ਨਹੀਂ। ਦੂਜੇ ਲੋਕ ਮਰਨਾ ਜੀਵਨ ਦੇ ਨੂੰ ਕਿਸੇ ਦਾ ਕੀ ਮਤਲਬ ਹੈ? ਮੋਹ ਹੈ ਤੇ ਮੋਹ ਦੁੱਖ ਨੂੰ ਜਨਮ ਦਿੰਦਾ ਹੈ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀ ਨਾ। ਬੰਧਨਾਂ ਨੂੰ ਕੱਟ ਕੇ ਗੁਰੂ, ਆ ਬੰਧਨਾਂ ਨੂੰ ਕੱਟ ਕੇ ਗੁਰੂ ਮੁਕਤ ਕਰ ਦਿੰਦਾ ਹੈ, ਆਜ਼ਾਦ ਕਰ ਦਿੰਦਾ ਹੈ, ਦੁੱਖ ਸੁੱਖ ਸਿਧਾਰ ਦਿੰਦਾ ਹੈ। ਸਤਿਗੁਰ
ਵਿਸ਼ਿਆਂ ਉਤਾਰਾ ਕਿਉਂ ਇਸ ਸੰਸਾਰ ਦੀ ਆ ਕਿਸੇ ਬਾਹਰ ਕੱਢ ਕੇ ਅਤੇ ਛਾਤੀ ਨਾਲ ਲਾ ਕੇ ਇੰਝ ਪਿਆਰ ਕਰਦਾ ਜਿਹੜੇ ਮਾਂ ਬੱਚੇ ਨੂੰ ਪਿਆਰ ਕਰਦੀ ਹੈ, ਜਿਹੜੇ ਮਾਂ ਚ ਕੇਵਾਂ ਲਾਭ ਹੁੰਦੀ ਹੈ ਆਪਣੇ ਪੁੱਤਰ ਦਾ, ਗੁਰੂ ਇਹਨਾਂ ਚ ਕੇਵਾਂ ਲਾਭ ਹੁੰਦਾ, ਆਓ ਆਪਣੇ ਕਿਵੇਂ ਗੁਰੂ ਮਾਂ ਦੀ ਗੋਦ ਵਿੱਚ ਬੈਠ ਕੇ ਲਾਈ ਸ਼ਬਦ ਜੇ ਸੰਸਾਰ ਦੀਆਂ ਉਹਨਾਂ ਘੁੰਮਣ ਘੇਰੀਆਂ ਨੂੰ ਜਿਹੜੀਆਂ ਬੰਦੇ ਨੂੰ ਡੁੱਬਦੀਆਂ ਨੇ, ਇੱਕ ਗੁਰੂ ਤੇ ਭਰੋਸਾ ਲਾ ਕੇ ਵਿਸ਼ਵਾਸ ਕਰੀਏ। ਹੇ ਸੱਚਾ ਪਾਤਸ਼ਾਹ, ਸਿਰਫ ਤੁਸੀਂ ਸਾਡੀ ਸੰਸਾਰ ਦੇ ਵਿੱਚ ਡੁੱਬ ਰਹੀ ਜਿਹੜੀ ਨੂੰ ਬੰਨੇ ਲਾ ਸਕਦੇ ਹੋ। ਗੁਰਦੇਵ ਜੀ ਕਿਰਪਾ ਕਰ, ਸਾਹਿਬ ਦਾ ਸ਼ੁਕਰਾਨਾ ਹੈ, ਧੰਨਵਾਦ ਹੈ, ਜਿਹਨਾਂ ਨੇ ਸਾਨੂੰ ਜ਼ਿੰਦਗੀ ਦੇ ਨਾਲ ਜੀਣਾ ਵਿੱਚੋਂ ਸਮਾਂ ਕਰਨ ਲਈ ਹੌਸਲਾ ਦਿੱਤਾ ਸੀ, ਤਾਕਤ ਕੀਤੀ ਤੇ ਗੁਰੂ ਦੀ ਗੋਦ ਵਿੱਚ ਆਣ ਕੇ ਜੁੜ ਕੇ ਬੈਠੇ ਹਾਂ। ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰ, ਅੱਜ ਆਪ ਜੀ ਨੂੰ ਪਤਾ ਹੋਵੇਗਾ ਕਿ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਅੱਜ ਦਿਨ ਇਸੇ ਗੁਰਦੁਆਰੇ ਦੀ ਓਪਨਿੰਗ ਹੋਈ ਸੀ, ਇਸ ਵਿਸ਼ਵਾਸ ਵਿੱਚ ਵੀ ਤੁਸੀਂ ਸਾਰੇ ਜੁੜ ਕੇ ਬੈਠੇ ਹੋ। ਸੱਚੀ ਗੱਲ ਹੈ, ਭਾਵੇਂ ਕਿ ਬਹੁਤ ਧਾਰਮਿਕ ਸਟੇਜਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ, ਪੰਜਾਬ ਵਿੱਚ, ਪਰ ਕੁਝ ਸਟੇਜਾਂ ਐਸੀਆਂ ਹੁੰਦੀਆਂ ਜਿੱਥੇ ਬੈਠ ਕੇ ਨਿਰਪੱਖ ਹੋ ਕੇ ਜੋ ਗੁਰੂ ਪਾਤਸ਼ਾਹ ਦੀ ਬਾਣੀ ਦੇ ਸਿਧਾਂਤ ਦੀ ਗੱਲ ਜਿਹੜੀ ਹੈ ਕਹੀ ਜਾ ਸਕਦੀ ਹੈ, ਸੁਣਦੇ ਬੜੇ ਪਿਆਰ ਨਾਲ ਸੁਣ ਸਕਦੇ ਨੇ। ਇਹ ਸੱਚਾਈ ਹੈ, ਕਿਤੇ ਬਹੁਤ ਥਾਵਾਂ ਤੇ ਕਿਤੇ ਨਾ ਕਿਤੇ ਸਵਾਰਥ ਵਾਸ ਕੋਈ ਕਿਸੇ ਨਾਲ ਜੁੜਿਆ ਹੈ, ਕੋਈ ਕਿਸੇ ਧਰੇ ਨਾਲ ਜੁੜਿਆ ਹੈ, ਕੋਈ ਕਿਸੇ ਰਾਜਨੀਤਿਕ ਪਾਰਟੀ ਨਾਲ ਜੁੜਿਆ ਹੋਇਆ ਹੈ, ਇਹ ਸਮੱਸਿਆ ਬਣ ਜਾਂਦੀ ਹੈ। ਜਿੱਦਾਂ ਅਸੀਂ ਇਹਨਾਂ ਸੰਸਾਰ ਦੀਆਂ ਘੁੰਮ ਕੇ ਏਰੀਆ ਚੋਂ ਬਾਹਰ ਨਿਕਲ ਆਏ ਨਾ, ਜਦੋਂ ਸਾਨੂੰ ਨਹੀਂ ਲੱਗਣਾ ਇਹ ਪਲਾਕੀ ਮਾਰ ਕੇ ਅਸੀਂ ਸੰਸਾਰ ਦੀ ਉਸ ਬੁਰਾਈ ਦੀ ਬਣ ਲਈ ਆਦਮੀ ਚੋਂ ਨਿਕਲ ਆਉਣਾ, ਜਿੱਦਾਂ ਅਸੀਂ ਨਿੱਜੀ ਸਵਾਰਥ ਆਪਣੇ ਸ਼ਬਦ ਤੇ ਖੁਦ ਗਰਜੀ ਤਿਆਰ ਦਿੱਤੀ। ਜਦੋਂ ਇਹ ਭਾਵਨਾ ਆ ਗਈ ਨਾ, ਪੰਥ ਵਸੇ ਮੈਂ ਉੱਜਣਾ ਮਨ ਚਾਹੋ ਹਨੇਰਾ। ਸੱਚੀ ਗੱਲ ਹੈ ਸਾਧ ਸੰਗਤ, ਇਹ ਐਵੇਂ ਕਹਿਣ ਵਾਲੀਆਂ ਗੱਲਾਂ ਨੇ ਵੀ ਪਤਾ ਨੀ ਸੰਸਾਰ ਨੂੰ ਕੀ ਹੋ ਗਿਆ, ਸੰਸਾਰ ਨੂੰ ਹੋਇਆ ਕੁੱਝ ਨਹੀਂ, ਅਜੇ ਇਹ ਹੈ ਪੰਥ ਉਜੜੇ ਮੈਂ ਵਸਾਂ, ਅਜੇ ਇਹ ਹੈ ਵੀ ਮੈਂ ਵਸਾਂ ਹੈ ਪੰਥ ਚੋਂ ਕੀ ਲੈਣਾ। ਜਦੋਂ ਇਹ ਆ ਗਿਆ ਨਾ ਗੁਰੂ ਪਾਤਸ਼ਾਹ ਤੁਹਾਡਾ ਪੰਥ ਵਸੇ, ਤੇ ਪੰਥ ਕੇਵਲ ਇਹੋ ਨਹੀਂ, ਅੱਜ ਮੈਂ ਰੇਡੀਓ ਦੀ ਗੱਲ ਕੀਤੀ ਕੌਮੀਆਂ ਦੇ ਬਹੁਤ ਸਮਝਾ ਕੇ ਨਾ, ਕੌਮ ਦਾ ਤੇ ਸਮੁੱਚਾ ਸੰਸਾਰ ਜਿਹੜਾ ਹਰੇਲੀ ਰਾਜ ਦੀ ਗੱਲ ਗੁਰੂ ਗ੍ਰੰਥ ਸਾਹਿਬ ਚ ਛੁਪੀ ਪਈ ਹੈ, ਜਦੋਂ ਗੁਰੂ ਕੇ ਸਿੱਖੋ ਤੁਸੀਂ ਜੂਣੀ ਸ਼ੁਰੂ ਕਰ ਦਿੱਤੀ ਨਾ, ਬਾਹਰਲੀਆਂ ਕੰਟਰੀ ਰਸਮ ਵਾਲੇ ਤੁਹਾਡੇ ਗੁਆਂਢੀ ਨੇ ਕਹਿਣਾ ਕਿ ਏਡਾ ਸੋਹਣਾ ਹੀਰਾ ਲਾਲ ਮੋਤੀ ਗਿਆਨ ਕਿੱਥੇ ਛੁਪਾ ਕੇ ਰੱਖਿਆ ਸੀ, ਪਿਆਰੇ ਹੋਏ ਇੰਨੀ ਕਮਾਲ ਦੀ ਵਿਚਾਰ ਤੁਹਾਡੇ ਕੋਲ ਪਈ ਸੀ। ਜਦੋਂ ਅਸੀਂ ਪੜ੍ਹਨ ਦੇ ਨਾਲ ਨਾਲ ਇਹਨੂੰ ਜੀਵਨ 'ਚ ਲਾਗੂ ਕਰਨੀ ਵੀ ਸ਼ੁਰੂ ਕਰ ਦਿੱਤੀ, ਪਾਤਸ਼ਾਹ ਕਿਰਪਾ ਕਰਨ, ਸ਼ੁਕਰਾਨਾ ਬਾਦਸ਼ਾਹ ਦਾ, ਧੰਨਵਾਦ ਤੁਹਾਡਾ ਸਾਰਿਆਂ ਦਾ, ਤੁਸੀਂ ਜਿਵੇਂ ਵਿੱਚ ਸਮਾਂ ਕੱਢ ਕੇ ਸਾਧੂ ਦੀ ਗੋਦੀ ਜੁੜ ਕੇ ਬੈਠੇ ਹੋ। ਬਾਕੀ ਜਿੰਨਾ ਕੁ ਸਮਾਂ ਅੱਗੇ ਬਾਕੀ ਹੈ ਉਹਦੇ ਵਿੱਚ ਆਪਾਂ ਰਲ ਮਿਲ ਕੇ ਗੁਰੂ ਸ਼ਬਦ ਦੀਆਂ ਵਿਚਾਰਾਂ ਦੀ ਸਾਂਝ ਕਰਾਂਗੇ। ਗੁਰੂ ਸ਼ਬਦ ਨੇ ਜੇ ਮਨ ਵਿੱਚ ਕੋਈ ਸਵਾਲ ਇਹਨਾਂ ਵਿਚਾਰਾਂ ਵਿੱਚੋਂ ਉਤਪੰਨ ਹੋਇਆ ਹੋਵੇ, ਤੁਸੀਂ ਦੀਵਾਨ ਤੋਂ ਬਾਅਦ ਆਪਾਂ ਪੁੱਛ ਸਕਦੇ ਹਾਂ। ਹੋਏ ਕਦਰ ਮਿਲੋ ਮੇਰੇ ਭਾਈ, ਦੁੱਧਾ ਦੂਰ ਕਰੋ ਮੇਰੇ ਭਾਈ, ਸਮਾਂ ਕੱਢੋ, ਕਾਰੋਬਾਰ ਕਰੋ, ਆਪਣੇ ਬੱਚੇ ਪਾੜੋ, ਪਰ ਨਾਲ ਨਾਲ ਥੋੜ੍ਹਾ ਕੁ ਸਮਾਂ 10-15 ਮਿੰਟ ਸਮਾਂ ਪੜ੍ਹਨ ਦਾ ਵਿਚਾਰ ਦਾ ਜ਼ਰੂਰ ਰੱਖੋ, ਆਪਣੇ ਪਰਿਵਾਰਾਂ ਵਿੱਚ ਵੀ ਆਦਮੀ ਪਾ ਲਓ, ਵੇਖਿਓ ਆਪਣੇ ਆਪ ਨਿਖਾਰ ਹੋਣਾ ਸ਼ੁਰੂ ਹੋ ਜਾਣਾ ਹੈ। ਇਹ ਵੇਚ ਕੇ ਤੁਸੀਂ ਅੱਖਾਂ 'ਚ ਅੱਖਾਂ ਪਾ ਗੱਲਾਂ ਕਰਨੀਆਂ ਵੀ ਇਹ ਵੀ ਵਧੀਆ ਸਤਿਗੁਰ ਨੇ, ਕਿਉਂਕਿ ਬਾਣੀ ਵੱਡੇ ਕੀ ਦਿੰਦੀ ਹੈ, ਇਹ ਗਿਆਨ ਦਿੰਦੀ ਹੈ, ਬੰਦੇ ਨੂੰ ਦ੍ਰਿੜਤਾ ਦਿੰਦੀ ਹੈ। ਕੀ ਸੀ ਬਾਬਾ ਫਤਿਹ ਸਿੰਘ ਦੇ ਕੋਲ ਗੁਰਬਾਣੀ ਦੀਆਂ ਵਿਚਾਰਾਂ ਸਨ, ਉਹ ਤਿੱਤਾ ਜੀ ਮਲਾਣਿਆਂ ਦੇ ਪਸੀਨੇ ਸ਼ਾਸ ਦੱਸਣ ਬਾਬਾ ਫਤਿਹ ਸਿੰਘ ਯੋਧੇ ਨੇ, ਪਰ ਅੱਜ ਵੇਖ ਲਓ ਸਾਡੇ ਪਸੀਨੇ ਸੁੱਤੇ ਪੈ ਰਹੇ ਨਿੱਕੇ ਨਿੱਕੀਆਂ ਚੀਜ਼ਾਂ ਵੇਖ ਕੇ, ਇਹ ਦੇਖ ਲਓ ਉਹਨਾਂ ਕੋਲ ਬਾਣੀ ਦਾ ਉਹ ਨਿਡਾਰ ਗਿਆਨ ਸੀ, ਅੱਜ ਸਾਡੇ ਕੋਲ ਗੁਰਬਾਣੀ ਦੀ ਨਿਰੋਲ ਵਿਚਾਰ ਨਹੀਂ ਹੈ, ਕਿਤੇ ਨਾ ਕਿਤੇ ਪ੍ਰੋਬਲਮ ਇਹ ਚੀਜ਼ਾਂ ਦੀ ਖੜੀ ਹੈ। ਪਰਿਵਾਰਾਂ 'ਤੇ ਲਾਗੂ ਕਰੋ, ਆਪ ਪੜ੍ਹਨ ਦੀ ਆਦਤ ਪਾਓ, ਜਦੋਂ ਕਿਤੇ ਪੰਜਾਬ ਜਾਂਦੇ ਹੋ ਕੱਪੜੇ 2 ਸੂਟ ਘੱਟ ਲਿਆਓ, ਉੱਥੋਂ ਕਿਤਾਬਾਂ 2-4 ਨਾਲ ਲੈ ਕੇ ਆਓ, ਇਹ ਆਦਤ ਪਾ ਲਈ, ਵੈਸੇ ਹੋਰ ਕਈਆਂ ਨੇ ਵੀ ਆਦਤ ਪਾ ਲਈ ਹੈ, ਉਹ 2-4 ਸੂਟ ਘੱਟ ਲੈ ਕੇ ਵੇਖੋ, ਕੱਪੜੇ ਅਸੀਂ ਪਾਉਣੇ ਦੀ ਜ਼ਰੂਰਤ ਹੈ ਪਰ ਕਿਤਾਬਾਂ ਨੇ ਨਾ ਸਾਡਾ ਮਨ ਸਵਾਰਨਾ ਹੈ, ਕਿਤਾਬਾਂ ਘਰ ਜਾਣਗੀਆਂ ਨੇ, ਉਹਨਾਂ ਨੇ ਮਨ ਖੂਬਸੂਰਤ ਕਰੀ ਜਾਣਾ ਹੈ, ਮਨ ਖੂਬਸੂਰਤ ਹੋ ਗਿਆ ਫਿਰ ਤਨ ਦੀ ਜਿਹੜੀ ਹੈ ਨਾ
ਉਹ ਖੂਬਸੂਰਤੀ ਵਾਲੇ ਕਿਸੇ ਨੇ ਦੇਖਣਾ ਹੀ ਨਹੀਂ, ਅਜੇ ਉਲਟ ਕੰਮ ਹੋਏ ਹੈ। ਤਨ ਖੂਬਸੂਰਤ ਕਰਨ ਵਾਸਤੇ ਦੁਕਾਨਾਂ ਬੜੀਆਂ ਖੁੱਲ ਗਈਆਂ, ਮਨ ਕਰੂਪ ਹੁੰਦੇ ਜਾ ਰਹੇ ਨੇ, ਤਾਂ ਹੀ ਵਿਛੜੇ ਖੜੇ ਨੇ, ਤਾਂ ਹੀ ਲੜਾਈ ਹੈ, ਤਾਂ ਹੀ ਕਲੇਸ਼ ਹੈ, ਤਾਂ ਹੀ ਝਗੜੇ ਨੇ। ਕਿਤਾਬਾਂ ਮਨੁੱਖ ਦਾ ਸਾਥੀ ਹੈ, ਇਹਦਾ ਮਨ ਕੇ ਚੱਲਣਾ ਪੈਣਾ। ਤੁਸੀਂ ਕਦੇ ਸਬਰ ਕਰ ਰਹੇ ਹੋ ਨਾ, ਤੁਹਾਡੇ ਕੋਲ ਕਿਤਾਬ ਹੈ, ਤੁਹਾਨੂੰ ਇਹ ਲੱਗਣਾ ਮੇਰਾ ਸਾਥੀ ਮੇਰੇ ਨਾਲ ਹੈ। ਦੋ ਘੰਟੇ ਪੜ੍ਹ ਲਿਆ, ਫਿਰ 10 ਮਿੰਟ ਆਰਾਮ ਕਰ ਲਿਆ, ਫਿਰ ਪੜ੍ਹ ਲਿਆ 10 ਮਿੰਟ ਆਰਾਮ ਕਰ ਲਿਆ, ਫਿਰ ਪੜ੍ਹ ਲਿਆ। ਪੜ੍ਹਦਿਆਂ ਪੜ੍ਹਦਿਆਂ ਤੁਸੀਂ ਬੜਾ ਗੁਰੂ ਪ੍ਰਾਪਤ ਕਰ ਜਾਣਾ। ਪੱਲੇ ਵੀ ਹੋਏਗਾ ਕਿ ਪੁੱਤਰਾਂ ਧੀਆਂ ਨਾਲ ਗੱਲ ਕਰ ਲੈਂਦੇ ਹਾਂ, ਕਿਤਾਬ ਦੀ ਕਿਸੇ ਵਿਦਵਾਨ ਦੀ ਕਿਤੇ ਬਾਣੀ ਦੀ ਉਦਾਹਰਣ ਦੇ ਪਾਉਣਗੇ। ਸਾਡੇ ਕੋਲ ਹੁੰਦਾ ਕੁਝ ਨਹੀਂ, ਨਿਆਣਾ ਲੜਦਾ ਦਬਕਾ ਮਾਰ ਕੇ ਇਹੋ ਜਿਹਾ ਡਰਾਉਂਦੇ ਹੁੰਦੇ, ਉਹ ਦੁਬਾਰਾ ਪੁੱਛਦੇ ਹੀ ਨਹੀਂ ਵਿਚਾਰਾ, ਤਲ ਕੇ ਪਰਾਂ ਲੈ ਜਾਂਦਾ, ਟੀਵੀ ਲਾ ਕੇ ਦੋ ਕਰੋ ਦੂਸਰੇ ਜਾ ਕੇ ਰੋਡ ਜਿਹਾ ਭੰਨ ਦਿੰਦਾ ਕਈ ਵਾਰੀ। ਫੁੱਲ ਬਾਲ ਜੀ ਨੂੰ ਰੋਕਦਾ ਮਿਲਿਆ ਬਾਪ ਕੋਲ ਠਹਿ ਮੇਰੇ ਨੂੰ ਪੱਲੇ ਬਾਪ ਨੂੰ ਚੱਲਦੇ ਹੋਏਗਾ ਤੇ ਮੇਰੇ ਨਾਲ ਸਾਂਝਾ ਕਰੇਗਾ ਨਾ, ਤੇ ਪੱਲੇ ਬਾਪ ਤੇਰੇ ਤਾਂ ਹੋਣਾ ਜੇ ਥੋੜ੍ਹਾ ਬਹੁਤਾ ਸਮਾਂ ਕੱਢ ਕੇ ਆਪ ਪੜ੍ਹਨ ਤੇ ਵਿਚਾਰਨ ਦੀ ਕੋਸ਼ਿਸ਼। ਕਈ ਵਾਰੀ ਨਾ ਬੱਚੇ ਬਹੁਤ ਕੀਮਤੀ ਸਵਾਲ ਕਰਦੇ ਨੇ ਮਾਂ ਬਾਪ ਦੇ, ਪਰ ਮਾਂ ਬਾਪ ਦੇ ਕੋਲ ਜਵਾਬ ਕੋਈ ਨਹੀਂ ਹੁੰਦਾ। ਟਾਣਾ ਮਾਰ ਜੀ ਕਰਦੇ ਨੇ, ਲੈ ਬੱਚਾ ਉਹ ਦੁਕਾਨ ਲੈ ਕੇ ਆਏ ਬਜ਼ਾਰ, ਉਹਨੂੰ ਪਤਾ ਵੀ ਇਹ ਗੱਲ ਖਾ ਪਾ ਰਿਹਾ ਨੇ, ਗੱਲ ਬੜੀ ਵੱਡੀ ਕੁਛ ਨਹੀਂ, ਵੀ ਇਹ ਫਾਂਸੀਆਂ ਵੱਡਾ ਕੰਮ ਮੇਰੇ ਵਾਸਤੇ ਹੈ, ਵੀ ਉਹ ਚੌਕਲੇਟ ਵਾਲੇ ਬੋਲੇ ਲੈ ਬੁੱਧ ਕੱਲ੍ਹ ਕੀ ਲੈਣਾ, ਉਹਨੂੰ ਜਹਾਜ਼ ਤਾਂ ਦੁਬਾਰਾ ਕਰਦੇ ਉਹਦੇ ਮਨ ਦੀ ਸਵਾਲ ਨਹੀਂ। ਮੈਂ ਐਸੇ ਐਸੇ ਪੁਰਾਣੇ ਲੈ ਕੇ ਜੇ ਬੱਚਾ ਮਨ ਕੋਈ ਦਾ ਮਾਂ ਆਹ ਦੱਸਦੇ ਹੋਈ ਕੀ ਨਹੀਂ ਆਪਾਂ ਹੁਣ ਪੜ੍ਹ ਕੇ ਆਏ, ਹੁਣ ਮਾਂ ਬਜ਼ਾਰ ਮਿਲਦਾ ਕੋਈ ਨਹੀਂ, ਉਹ ਕਹਿੰਦੀ ਚੱਲ ਤੈਨੂੰ ਪੁੱਤਰਾ ਬਜ਼ਾਰ ਲੈ ਕੇ ਚੱਲ, ਉਹ ਜਾ ਕੇ 10-15 ਰੁਪਏ 20 ਡਾਲਰ ਬਜ਼ਾਰ ਖਰਚਾ ਉਹ ਵੀ ਆਉਂਦੀ ਆ ਨਾ ਜਾ ਪੈ ਗਿਆ। ਹੁਣ ਬੱਚੇ ਨੂੰ ਵੀ ਦੱਸਾਂ ਵੀ ਆਹ ਇਹ ਕਹਿੰਦੀਆਂ ਨੇ ਮਿਹਨਤ ਕੀ ਨੇ, ਪਰ ਹਿੰਮਤ ਕਰੀ ਕਿੰਨਾ ਕੁ ਦੇਰ ਭਜਾਵਾਂਗੇ, ਕਿੰਨੀ ਕੁ ਦੇਰ ਛਪਾਵਾਂਗੇ ਜੀ ਆਪਣੇ ਆਪ ਨੂੰ। ਅਕਸਰ ਸਾਡਾ ਪਤਾ ਲੱਗ ਜਾਣਾ ਹੈ ਇਹ ਸਾਨੂੰ ਪਾਉਂਦਾ ਕੁਝ ਨਹੀਂ, ਤੇ ਆਓ ਤਗੜੇ ਹੋ ਗਏ ਉਗੜ ਗਿਆ ਜੈਸੇ ਖੋਟਾ ਕਮਲਾ ਨਦਰ ਸਰਾਫਾ ਆਇਆ। ਥੋੜ੍ਹੀ ਹਿੰਮਤ ਕਰਨ ਦੀ ਲੋੜ ਹੈ, ਥੋੜ੍ਹੀ ਹਿੰਮਤ ਕਰੋਗੇ ਤੇ ਹਿੰਮਤ ਕਰਕੇ ਬਾਣੀ ਦੀਆਂ ਵਿਚਾਰਾਂ, ਬਾਣੀ ਦੀਆਂ ਜਿਹੜੀਆਂ ਬਾਣੀ ਨਾਲ ਸੰਬੰਧਿਤ ਕਿਤਾਬਾਂ ਨੇ ਕਰਾਂਗੇ ਰੱਖੋ, ਪੜ੍ਹਨ ਦੀ ਆਦਤ ਪਾਓ, ਜੀਵਨ ਸਾਡਾ ਸਫਲ ਹੋ ਜਾਏਗਾ। ਧੰਨਵਾਦ। ਆਉਣ ਵਾਲੇ ਸਮੇਂ ਵਿੱਚ ਬਾਕੀ ਜਨ ਸਾਂਝੇ ਕਰਾਂਗੇ। ਅਨੁਸਤਾਰ ਫਤਿਹ ਬੁਲਾਓ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ।